ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਤੋਂ ਕਿਰਨਜੀਤ ਸਿੰਘ ਅੱਜ ਆਪ ਸਾਰਿਆਂ ਨੂੰ ਭਗਤ ਜੈਦੇਵ ਜੀ ਦੇ ਉਸ ਸਥਾਨ ਤੇ ਜੋੜਨ ਜਾ ਰਿਹਾ ਹੈ ਜਿਸ ਸਥਾਨ ਤੇ ਭਗਤ ਜੈਦੇਵ ਜੀ ਜਨਮ ਸਥਲੀ ਹੈ। ਅਸੀਂ ਆਪ ਜੀ ਨੂੰ ਦੱਸ ਦਈਏ, ਜਾਣਕਾਰੀ ਦਿੱਲੇ ਕਿ ਭਗਤ ਜੈਦੇਵ ਜੀ ਦੀਆਂ ਦੋ ਰਚਨਾਵਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ਾਮਿਲ ਹਨ ਅਤੇ ਭਗਤ ਜੈਦੇਵ ਜੀ ਦੇ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। ਇਹਨਾਂ ਦੇ ਬਾਰੇ ਜਾਣਕਾਰੀ ਵੀ ਬਹੁਤ ਵਸਨੀਕਾਂ ਨੂੰ ਹੈ, ਇੱਥੇ ਬੰਗਾਲ ਦੇ ਵਿੱਚ ਵੀ ਇਸ ਦੀ ਜਾਣਕਾਰੀ ਨਹੀਂ ਹੈ। ਲੇਕਿਨ ਇਹਨਾਂ ਸਾਰੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਅਸੀਂ ਕੈਮਰੇ ਰਾਹੀਂ ਦਿਖਾਵਾਂਗੇ ਜਿਹੜੀ ਲੰਗਰ ਦੀ ਸੇਵਾ ਅੱਜ ਆਰੰਭ ਹੋਈ ਹੈ ਅਤੇ ਉਸ ਤਰਫ ਨਿਸ਼ਾਨ ਸਾਹਿਬ ਵੀ ਅੱਜ ਸਥਾਪਿਤ ਹੋਣ ਵਾਲੇ ਹਨ। ਉਹਨਾਂ ਸਾਰੇ ਵਿਸ਼ਿਆਂ 'ਤੇ ਚਾਨਣਾ ਅਸੀਂ ਪਾਵਾਂਗੇ, ਪਰ ਸਭ ਤੋਂ ਪਹਿਲਾਂ ਅਸੀਂ ਦੱਸੀਏ ਕਿ ਭਗਤ ਜੈਦੇਵ ਜੀ ਇਸੇ ਸਥਾਨ 'ਤੇ, ਕੇਂਦੂਲੀ ਸਥਾਨ ਹੈ ਬੰਗਾਲ ਦਾ ਜਿੱਥੇ ਭਗਤ ਜੈਦੇਵ ਜੀ ਦਾ ਜਨਮ ਸਥਲੀ ਹੈ। ਇਸ ਕੇਂਦੂਲੀ ਪਿੰਡ ਵਿੱਚ ਹੀ ਇਸ 12ਵੀਂ ਸਦੀ ਵਿੱਚ ਭਗਤ ਜੈਦੇਵ ਜੀ ਦਾ ਜਨਮ ਹੋਇਆ ਸੀ। ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਸ ਧਰਤੀ ਦੇ ਆਗਮਨ ਤੋਂ ਪਹਿਲਾਂ ਭਗਤ ਜੈਦੇਵ ਜੀ ਇਸ ਸਥਾਨ 'ਤੇ ਆਏ ਸਨ ਅਤੇ ਭਗਤ ਜੈਦੇਵ ਜੀ ਦੀਆਂ ਪਾਵਨ ਦੋ ਰਚਨਾਵਾਂ ਇਸੇ ਸਥਾਨ 'ਤੇ, ਇੱਥੋਂ 10 ਕੁ ਕਿਲੋਮੀਟਰ ਦੂਰ ਜਿਹੜਾ ਮੰਦਰ ਹੈ ਅਜੇ ਨਦੀ ਦੇ ਕਿਨਾਰੇ, ਉੱਥੇ ਭਗਤ ਜੈਦੇਵ ਜੀ ਦੀ ਰਚਨਾ ਜਿਹੜੀ ਹੈ ਸੰਪੂਰਨ ਹੋਈ ਸੀ ਅਤੇ ਇਹਨਾਂ ਸਥਾਨਾਂ 'ਤੇ ਸਭ ਤੋਂ ਪਹਿਲਾਂ ਪੁੱਜੇ ਹਨ ਸੰਪਰਦਾਇ ਬਾਬਾ ਤਾਰਾ ਸਿੰਘ ਜੀ, ਬਾਬਾ ਚਰਨ ਸਿੰਘ ਜੀ, ਉਹਨਾਂ ਦੇ ਜਿਹੜੇ ਮੌਜੂਦਾ ਉਸ ਸਥਾਨ ਦੇ ਮੁਖੀ ਹਨ ਬਾਬਾ ਸੁੱਖਾ ਸਿੰਘ ਜੀ, ਇਹ ਸਾਰੀਆਂ ਸੇਵਾ ਦਾ ਸੰਭਾਲ ਕਰ ਰਹੇ ਹਨ। ਸਤਿਕਾਰਯੋਗ ਸਾਧ ਸੰਗਤ ਜੀ, ਇਹ ਇੱਕ ਇਤਿਹਾਸਿਕ ਘਟਨਾ ਹੈ ਕਿ ਗੁਰਬਾਣੀ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਭਗਤਾਂ ਦੀਆਂ ਰਚਨਾਵਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ਾਮਿਲ ਹਨ ਉਹਨਾਂ ਭਗਤਾਂ ਦੀ ਖੋਜ ਵੀ ਜਾਰੀ ਹੈ ਅਤੇ ਬਾਬਾ ਸੁੱਖਾ ਜੀ ਨੇ ਇਸੇ ਖੋਜ ਨੂੰ ਸਾਹਮਣੇ ਰੱਖ ਕੇ ਭਗਤ ਜੈਦੇਵ ਜੀ ਦੇ ਸਥਾਨ ਦੀ ਖੋਜ ਕੀਤੀ। ਇਹਨਾਂ ਸਥਾਨ 'ਤੇ ਦੇਖੋ ਅੱਜ ਲੰਗਰ ਸੱਜ ਰਹੇ ਹਨ, ਕਿਸ ਤਰ੍ਹਾਂ ਸੰਗਤਾਂ ਲੰਗਰਾਂ ਦੀਆਂ ਸੇਵਾ ਕਰ ਰਹੀਆਂ ਹਨ ਅਤੇ ਬਾਬਾ ਸੁੱਖਾ ਸਿੰਘ ਜੀ ਇਸ ਸੇਵਾ ਵਿੱਚ ਆਪ ਸ਼ਾਮਿਲ ਹਨ। ਭਗਤ ਜੈਦੇਵ ਜੀ ਦੀਆਂ ਜਿਹੜੀਆਂ ਦੋ ਮੁੱਖ ਰਚਨਾਵਾਂ ਹਨ ਉਸ 'ਤੇ ਵੀ ਇੱਕ ਬਹੁਤ ਸੋਹਣੀ ਸਾਖੀ ਹੈ ਜੋ ਇੱਕ ਆਪਣੇ ਆਪ ਦੇ ਵਿੱਚ ਵਾਹਿਗੁਰੂ ਦੀ ਬਖਸ਼ਿਸ਼ ਦੇ ਨਾਲ ਉਹ ਸੰਪੂਰਨ ਹੋਈਆਂ ਸਨ। ਪਰ ਅਸੀਂ ਸਭ ਤੋਂ ਪਹਿਲਾਂ ਬਾਬਾ ਸੁੱਖਾ ਸਿੰਘ ਜੀ ਦੇ ਨਾਲ ਮੁਖਾਤਬ ਹੋਵਾਂਗੇ ਅਤੇ ਨਾਲ ਹੀ ਅਸੀਂ ਇਹ ਜਾਣਕਾਰੀ ਵੀ ਲਵਾਂਗੇ ਕਿ ਬਾਬਾ ਸੁੱਖਾ ਸਿੰਘ ਜੀ ਕਿਸ ਤਰ੍ਹਾਂ ਇੱਥੇ ਪਹੁੰਚੇ ਅਤੇ ਇਹਨਾਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਇੱਥੇ ਆਸੇ ਪਾਸੇ ਦੇ ਸਿੱਖ ਕਿੰਨੇ ਰਹਿੰਦੇ ਹਨ, ਸਿੱਖ ਪਰਿਵਾਰ ਕਿੰਨੇ ਰਹਿੰਦੇ ਹਨ, ਇਹਨਾਂ ਸੰਗਤਾਂ ਦਾ ਇੱਥੇ ਇਕੱਠ ਕਿਸ ਤਰ੍ਹਾਂ ਹੁੰਦਾ ਹੈ, ਇਹ ਸਾਰੀਆਂ ਸੇਵਾਵਾਂ ਦੇ ਲਈ ਬਾਬਾ ਜੀ ਨੂੰ ਕੀ ਉਪਰਾਲੇ ਪੈਂਦੇ ਹਨ, ਆਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਕਰਾਂਗੇ। ਬਾਬਾ ਜੀ, ਅਕਾਲ ਚੈਨਲ ਵੱਲੋਂ ਆਪ ਜੀ ਨੂੰ ਸਮੂਹ ਦਰਸ਼ਕ ਜਿਹੜੇ ਦੇਖ ਰਹੇ ਹਨ ਇੱਕ ਵਾਰ ਫਤਿਹ ਦੀ ਸਾਂਝ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਇੱਕ ਵਾਰ ਜਾਣਕਾਰੀ ਦੇ ਵਿੱਚ ਦੱਸੋ, ਇਹ ਜਿਹੜਾ ਪਾਵਨ ਸਥਾਨ ਹੈ ਇਹ ਭਗਤ ਜੈਦੇਵ ਜੀ ਦੇ ਜਨਮ ਸਥਲੀ ਹੈ, ਇਸ ਜਨਮ ਸਥਲੀ ਦੇ ਬਾਰੇ ਜਿਹੜੀ ਇਤਿਹਾਸਕ ਘਟਨਾ ਇਹ ਹੈ ਕਿ ਦੋ ਰਚਨਾਵਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਭਗਤ ਜੈਦੇਵ ਜੀ ਦੀ ਜਾਂ ਗੀਤ ਗੋਬਿੰਦਮ ਦੇ ਨਾਂ 'ਤੇ ਦਰਜ ਹਨ ਅਤੇ ਇਹਨਾਂ ਦੋ ਰਚਨਾਵਾਂ ਨੂੰ ਮੁੱਖ ਰੱਖ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਜਿਸ ਵੇਲੇ ਆਪਣੀ ਉਦਾਸੀ ਦੇ ਸਮੇਂ ਇਹਨਾਂ ਸਥਾਨਾਂ ਤੋਂ ਗੁਜ਼ਰੇ ਸਨ ਅਤੇ ਉਹ ਰਚਨਾਵਾਂ ਪਾਵਨ ਗ੍ਰਹਿਣ ਕਰਕੇ ਇੱਥੋਂ ਪ੍ਰਾਪਤੀ ਕਰਕੇ ਆਪਣੇ ਨਾਲ ਲੈ ਗਏ ਸਨ। ਪਰ ਇਹ ਵਿਸ਼ਾ ਇੱਕ ਵੱਖਰੇ ਇਤਿਹਾਸ ਦਾ ਹੈ, ਅਸੀਂ ਅੱਜ ਦੇ ਇਤਿਹਾਸ ਦੀ ਗੱਲ ਕਰਾਂਗੇ ਤੁਹਾਡੇ ਨਾਲ ਕਿ ਭਗਤ ਜੈਦੇਵ ਜੀ ਦੇ ਸੰਬੰਧ ਦੇ ਵਿੱਚ ਆਪ ਜੀ ਦੀ ਸੰਪਰਦਾ ਨੂੰ ਆਪ ਜੀ ਨੂੰ ਕਿਸ ਤਰ੍ਹਾਂ ਪਤਾ ਚੱਲਿਆ ਕਿ ਇਸ ਜਨਮ ਸਥਲੀ ਹੈ ਅਤੇ ਇੱਥੇ ਸੇਵਾਵਾਂ ਆਰੰਭ ਕਰਨੀਆਂ ਹਨ। ਦੋ ਕੁ ਸ਼ਬਦ ਆਪ ਜੀ ਸੰਗਤਾਂ ਦੇ ਸਨਮੁੱਖ ਬੋਲੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਪਰਦਾ ਕਹਾ ਸੇਵਾ ਸਰਿਆਲੀ ਜੋ ਕਿ ਭਾਰਤ ਦੇ ਅਨੇਕਾਂ ਪ੍ਰਾਂਤਾਂ ਵਿੱਚ ਕਾਰ ਸੇਵਾਵਾਂ ਜਿਹੜੀ ਉਹ ਕਰ ਰਹੀ ਹੈ, ਇਸ ਦੇ ਨਾਲ ਹੀ ਬੰਗਲਾਦੇਸ਼ ਦੇ ਜਿੰਨੇ ਇਤਿਹਾਸਕ ਸਨ ਉਹਨਾਂ ਦੀਆਂ ਕਾਰ ਸੇਵਾਵਾਂ ਸੰਪਰਦਾਇ ਕਰ ਰਹੀ ਹੈ। ਮਹਾਂਪੁਰਸ਼ ਸਤਿਕਾਰਯੋਗ ਸੱਚਖੰਡ ਵਾਸੀ ਸੰਤ ਬਾਬਾ ਤਾਰਾ ਸਿੰਘ ਜੀ ਔਰ ਸੰਤ ਬਾਬਾ ਚਰਨ ਸਿੰਘ ਜੋ ਕਿ ਲੰਮੇ ਸਮੇਂ ਤੋਂ ਕਲਕੱਤੇ ਦੀਆਂ ਸੰਗਤਾਂ 'ਚ ਵਿਚਰਦੇ ਸਨ, ਸੰਗਤਾਂ ਨੂੰ ਗੁਰੂ ਘਰ ਨਾਲ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਦੇ ਸਨ, ਗੁਰੂ ਕਾ ਅੰਮ੍ਰਿਤਕਾਰ ਗੁਰੂ ਦੇ ਲੜ ਲਗਾਉਂਦੇ ਸਨ। ਗੁਰੂ ਸ਼ਬਦ ਦਾ ਮਹਾਂਪੁਰਸ਼ਾਂ ਨੇ ਜਿਹੜਾ ਪ੍ਰਚਾਰ ਕੀਤਾ ਸਾਰੀ ਜ਼ਿੰਦਗੀ ਆਪਣੀ। ਇੱਥੇ ਜਦੋਂ ਮਹਾਂਪੁਰਸ਼ ਇੱਥੇ ਆਉਂਦੇ ਸੀ ਅਤੇ ਇੱਥੋਂ ਦੀਆਂ ਸੰਗਤਾਂ ਨੇ ਫਿਰ ਮਹਾਂਪੁਰਸ਼ਾਂ ਨੂੰ ਬੇਨਤੀ ਕੀਤੀ ਵੀ ਇੱਥੇ ਅਸਥਾਨ ਨੇ ਜਿਸ ਤਰ੍ਹਾਂ ਬੰਗਲਾਦੇਸ਼ ਅਸਥਾਨ ਉਹਨਾਂ ਦੇ ਸਮਾਂ ਬਾਕੀ ਆ, ਇੱਥੇ ਵੀ ਭਗਤ ਜੈਦੇਵ ਜੀ ਦਾ ਸਥਾਨ ਹੈ, ਕਿਸੇ ਨੇ ਸੇਵਾ ਨਹੀਂ ਕਰਾਈ, ਇੱਥੇ ਸੇਵਾ ਹੋਣੀ ਚਾਹੀਦੀ ਹੈ। ਅਤੇ ਸਮੇਂ ਦੇ ਨਾਲ ਫਿਰ ਜਦੋਂ ਦਾਸਾਂ ਕੋਲ ਜ਼ਿੰਮੇਵਾਰੀ ਆਈ ਫਿਰ ਮੇਰੇ ਨਾਲ ਸੰਗਤ ਨੇ ਬਚਨ ਕੀਤਾ, ਫਿਰ ਬੰਗਲਾਦੇਸ਼ ਵੀ ਜਾ ਕੇ ਸੇਵਾਵਾਂ ਸ਼ੁਰੂ ਕਰਾਈਆਂ। ਇੱਥੇ ਵੀ ਅਸਥਾਨ 'ਤੇ ਆਣ ਕੇ ਦਰਸ਼ਨ ਕੀਤੇ ਭਗਤ ਜੀ ਦੇ, ਜੋ ਕਿ ਸ਼੍ਰੋਮਣੀ ਭਗਤ ਜੈਦੇਵ ਜੀ ਜਿਨ੍ਹਾਂ ਦਾ ਬਹੁਤ ਵੱਡੇ ਦੇਣ ਹੈ ਇਸ ਇਲਾਕੇ ਨੂੰ, ਸਮਾਜ ਨੂੰ, ਉਹਨਾਂ ਦੇ ਸਥਾਨ 'ਤੇ ਫਿਰ ਅਸੀਂ ਸੇਵਾ ਕਰਨ ਦਾ ਮਨ ਬਣਾਇਆ। ਇੱਥੇ ਆਣ ਕੇ ਜਿਹੜੀ ਜਗ੍ਹਾ ਹੈ ਉਹ ਅਸੀਂ ਖਰੀਦ ਕੇ ਅੱਜ ਤੁਹਾਡੇ ਸਾਹਮਣੇ ਕਿੱਡਾ ਸੰਗਤ ਰੌਣਕਾਂ ਲੱਗੀਆਂ ਨੇ, ਗੁਰੂ ਨਾਨਕ ਸਾਹਿਬ ਦੀ ਬਖਸ਼ ਸਤਿਕਾਰ ਅੱਜ ਨਿਸ਼ਾਨ ਸਾਹਿਬ ਜਿਹੜੇ ਉਹ ਚਲਾਏ ਜਾਣੇ ਨੇ, ਗੁਰੂ ਕੇ ਲੰਗਰ ਜਿਹੜੇ ਅੱਜ ਤੋਂ ਕੰਟੀਨਿਊ ਚਾਲੂ ਹੋ ਜਾਣੇ ਨੇ। ਇਸ ਇੱਕ ਜਾਣਕਾਰੀ ਇਹ ਦਿਓ ਕਿ ਜਿਹੜੀ ਭਗਤ ਜੈਦੇਵ ਜੀ ਦੀ ਸਾਖੀ ਹੈ ਕਿ ਅਜੇ ਨਦੀ ਦੇ ਕਿਨਾਰੇ ਭਗਤ ਜੈਦੇਵ ਜੀ ਦਾ ਜਨਮ ਹੋਇਆ ਸੀ, ਉਹਨਾਂ ਦੀ ਜਿਹੜੀ ਧਰਮ ਪਤਨੀ ਪਦਮਾਵਤੀ
ਜੋ ਉਹਨਾਂ ਦੀ ਸੇਵਾ ਕਰਦੀ ਸੀ ਉਹ ਜਿਹੜਾ ਇਤਿਹਾਸ ਅਸੀਂ ਜਿਹੜਾ ਪੜ੍ਹਦੇ ਹਾਂ ਦੂਸਰੇ ਸੋਰਸ ਦੇ ਨਾਲ ਹੀ ਤੁਹਾਨੂੰ ਇੱਥੇ ਆਣ ਕੇ ਕਿ ਸਥਾਨਕ ਵਸਨੀਕਾਂ ਕੋਲੋਂ ਭਗਤ ਜੈਦੇਵ ਜੀ ਦਾ ਹੀ ਇਹ ਜਨਮ ਸਥਾਨ ਹੈ ਅਤੇ ਇਹੀ ਇਤਿਹਾਸਿਕ ਸਥਾਨ ਹੈ ਇਸ ਬਾਰੇ ਕਿ ਤੁਹਾਨੂੰ ਇਹ ਪੁਖਤਾ ਗੱਲਾਂ ਅਤੇ ਪ੍ਰਮਾਣ ਆਦਿ ਸਾਰੇ ਨਾਲ ਸੰਪਰਕ ਹੋ ਗਏ ਸੀ ਮਿਲ ਗਏ ਸੀ ਅਸੀਂ ਇੱਥੇ ਜਿਹੜੀਆਂ ਲੋਕਲ ਬੰਗਲਾ ਭਾਸ਼ਾ 'ਚ ਕਿਤਾਬਾਂ ਉਹਨਾਂ ਦਾ ਵੀ ਅਸੀਂ ਜਿਹੜਾ ਉਹ ਸਾਰਾ ਅਨੁਵਾਦ ਕਰਾਇਆ ਵਾ ਜਿਸ ਤਰ੍ਹਾਂ ਇੱਥੇ ਸਤਿਕਾਰਯੋਗ ਬਚਨ ਸਿੰਘ ਸਰਲ ਹੈ ਉਹ ਕਾਫੀ ਇਸ ਚੀਜ਼ ਦਾ ਗਿਆਨ ਰੱਖਦੇ ਨੇ ਹੋਰ ਵੀ ਜਿਹੜੀ ਸੰਗਤ ਉਹਨਾਂ ਨਾਲ ਜਿਹੜੇ ਪੁਰਾਣੇ ਬਜ਼ੁਰਗ ਉਹਨਾਂ ਨਾਲ ਵਿਚਾਰ ਕੀਤੀ ਉਸ ਤੋਂ ਤਾਂ ਇਹੀ ਸਿੱਧ ਹੁੰਦਾ ਸਾਹਮਣੇ ਨਦੀ ਹੈ ਉੱਥੇ ਅਸੀਂ ਨਦੀ ਦੇ ਉੱਤੇ ਵੀ ਗਏ ਹਾਂ ਕਿ ਭਗਤ ਜੀ ਉੱਥੋਂ ਆਏ ਜਦੋਂ ਉਹਨਾਂ ਦਾ ਸ਼ਬਦ ਜਿਹੜਾ ਪੂਰਾ ਨਹੀਂ ਸੀ ਹੁੰਦਾ ਅਤੇ ਉਹ ਨਦੀ ਦੇ ਇਸ਼ਨਾਨ ਕਰਨ ਗਿਆ ਜਦੋਂ ਵਾਪਸੀ ਦਾ ਸ਼ਬਦ ਉਹਨਾਂ ਦਾ ਪੂਰਾ ਹੋ ਗਿਆ ਦੋ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਦਾ ਦਰਜਾ ਹੈ ਇਸ ਕਰਕੇ ਸਾਨੂੰ ਤਾਂ ਇਹੀ ਜਗ੍ਹਾ ਉਹਨਾਂ ਦੀ ਲੱਗ ਰਹੀ ਇਸ ਕਰਕੇ ਅਸੀਂ ਇਸੇ ਜਗ੍ਹਾ ਦੇ ਉੱਤੇ ਉਹਨਾਂ ਦੀ ਯਾਦ ਦੇ ਵਿੱਚ ਕੰਟੀਨਿਊ ਜਿਹੜਾ ਲੰਗਰ ਉਹ ਚਾਲੂ ਕਰਤਾ ਜਿਸ ਤਰ੍ਹਾਂ ਅਸੀਂ ਗੁਰੂ ਨਾਨਕ ਸਾਹਿਬ ਦਾ ਸਤਿਕਾਰ ਕਰਦੇ ਹਾਂ ਕਿਉਂਕਿ ਗੁਰੂ ਗ੍ਰੰਥ ਸਾਹਿਬ ਗੁਰਬਾਣੀ ਦਰਜ ਇਸ ਤਰ੍ਹਾਂ ਹੀ ਭਗਤ ਜੀ ਦਾ ਕਰਾਂਗੇ ਅੱਜ ਅਸੀਂ ਭਗਤ ਜੀ ਦਾ ਗੁਰਬਾਣੀ ਦੇ ਜਿਹੜੇ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ ਉਹਨਾਂ ਨੂੰ ਅਸੀਂ ਬੰਗਲਾ ਭਾਸ਼ਾ 'ਚ ਅਨੁਵਾਦ ਕਰਕੇ ਅੱਗੇ ਵੀ ਵੰਡਿਆ ਵਾ ਗਾਂ ਵੀ ਕੰਟੀਨਿਊ ਇੱਥੇ 24 ਘੰਟੇ ਵੰਡਿਆ ਜਾ ਕਰੂ ਗਰੀਬ ਦੀ ਇਸ ਸਥਾਨ ਤੋਂ ਮਦਦ ਹੋਇਆ ਕਰੇਗੀ ਸਾਨੂੰ ਇੱਕ ਹੋਰ ਜਾਣਕਾਰੀ ਦਿਓ ਜੀ ਭਗਤ ਜੈਦੇਵ ਜੀ ਦੇ ਇਹਨਾਂ ਜਨਮ ਸਥਾਨਾਂ 'ਤੇ ਜਿਸ ਵੇਲੇ ਆਪ ਜੀ ਨੇ ਸੇਵਾਵਾਂ ਸ਼ੁਰੂ ਕੀਤੀਆਂ ਇੱਥੇ ਤਾਂ ਕੋਈ ਹੋਰ ਵਸਨੀਕ ਸਿੱਖ ਨਹੀਂ ਰਹਿੰਦਾ ਇੱਥੋਂ ਦੇ ਸਥਾਨਕ ਬੰਗਾਲੀਆਂ ਨੇ ਜਦੋਂ ਪਹਿਲੀ ਵਾਰ ਬਾਬਾ ਜੀ ਨੂੰ ਜਾਂ ਆਪ ਜੀ ਨੂੰ ਇਹਨਾਂ ਸੇਵਾਵਾਂ ਵਿੱਚ ਦੇਖਿਆ ਹੋਵੇਗਾ ਉਹਨਾਂ ਦੇ ਮਨਾਂ ਵਿੱਚ ਆਪ ਜੀ ਦੇ ਸੰਬੰਧ ਦੇ ਵਿੱਚ ਕੀ ਵਿਚਾਰ ਆਏ ਸਨ ਉਸ ਤਰ੍ਹਾਂ ਦੀ ਕੋਈ ਗੱਲਬਾਤ ਵਿਸ਼ੇਸ਼ ਹੋਈ ਸੀ ਉਹਨਾਂ ਨਾਲ ਇਸ ਤਰ੍ਹਾਂ ਜਦੋਂ ਵੀ ਅਸੀਂ ਇੱਥੇ ਆਏ ਹਾਂ ਜਦੋਂ ਅਸੀਂ ਹਰ ਸਾਲ ਇੱਥੇ ਕਲਕੱਤੇ ਆਉਂਦੇ ਹਾਂ ਬੰਗਲਾਦੇਸ਼ ਜਾਂਦੇ ਹਾਂ ਇਸ ਇਲਾਕੇ 'ਚ ਵਿਚਰਦੇ ਹਾਂ ਉਦੋਂ ਹੀ ਅਸੀਂ ਇੱਥੇ ਭਗਤ ਜੀ ਦੇ ਸਥਾਨ 'ਤੇ ਆਉਂਦੇ ਹਾਂ ਸਾਨੂੰ ਪੂਰਾ ਇਲਾਕੇ ਦਾ ਸਹਿਯੋਗ ਰਹਿੰਦਾ ਜਦੋਂ ਅਸੀਂ ਮੰਦਰ 'ਤੇ ਜਾ ਕੇ ਦਰਸ਼ਨ ਕਰਦੇ ਸੀ ਨਦੀ ਦੇ ਨਾਲ ਸਾਡੇ ਕਾਫੀ ਲੋਕ ਸਿਆਣੇ ਬਜ਼ੁਰਗ ਬੱਚੇ ਸਾਡੇ ਨਾਲ ਹੀ ਨਦੀ ਚੱਲ ਜਾਂਦੇ ਇਸ਼ਨਾਨ ਕਰਕੇ ਮੰਦਰ 'ਚ ਆਉਂਦੇ ਫਿਰ ਮੰਦਰ 'ਚ ਅਸੀਂ ਉੱਥੇ ਆਪਣਾ ਰੱਬ ਰੱਬ ਕਰਕੇ ਨਮਸਕਾਰ ਕਰਕੇ ਫਿਰ ਸਾਰੀ ਸੰਗਤਾਂ ਜਿਹੜੀਆਂ ਇਸ ਤਰ੍ਹਾਂ ਵਾਪਸ ਆਉਂਦੀਆਂ ਕਿ ਕਈ ਗੱਡੀਆਂ ਭਰ ਕੇ ਕਲਕੱਤਿਓਂ ਹਰ ਸਾਲ ਇੱਥੇ ਮੰਦਰ ਦੇ ਉੱਤੇ ਆਉਂਦੀਆਂ ਨੇ ਭਗਤ ਜੀ ਦੇ ਇਹਨਾਂ ਸਥਾਨਾਂ ਦੀ ਆਰੰਭਤਾ ਅਤੇ ਨਿਰਮਾਣ ਦੇ ਸੰਬੰਧ 'ਚ ਜਿਹੜੀਆਂ ਸੇਵਾਵਾਂ ਆਪ ਜੀ ਦੀ ਸੰਪਰਦਾ ਵੱਲੋਂ ਜਾਰੀ ਹਨ ਉਹਨਾਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਇੱਥੋਂ ਦੇ ਬੰਗਾਲੀਆਂ ਦੇ ਮਨ ਦੇ ਵਿੱਚ ਭਾਵਨਾਵਾਂ ਭਾਵੇਂ ਸਹਿਯੋਗ ਵਜੋਂ ਹੋਵੇ ਭਾਵੇਂ ਵਧਾਈਆਂ ਵਜੋਂ ਭਾਵੇਂ ਸ਼ੁਭ ਕਾਮਨਾਵਾਂ ਵਜੋਂ ਉਹ ਕਿਸ ਤਰ੍ਹਾਂ ਆਪ ਜੀ ਨੂੰ ਪੇਸ਼ ਕਰਦੇ ਸਨ ਸਾਨੂੰ ਤਾਂ ਇਹਨਾਂ ਦੀ ਭਾਵਨਾ 'ਚ ਜਦੋਂ ਅਸੀਂ ਲੰਗਰ ਦੀ ਗੱਲ ਕੀਤੀ ਗੁਰਦੁਆਰਾ ਬਣਾਉਣ ਦੀ ਗੱਲ ਕੀਤੀ ਸਾਡੇ ਨੂੰ ਕਾਫੀ ਇਹਨਾਂ ਨੇ ਸਾਨੂੰ ਕੋਪਰੇਟ ਕੀਤਾ ਇਹਨਾਂ ਨੇ ਇੱਥੋਂ ਤੱਕ ਸਾਨੂੰ ਕਮੇਟੀ ਨੇ ਕਿਹਾ ਵੀ ਜਦੋਂ ਭਗਤ ਜੀ ਦਾ ਦਿਨ ਮਨਾਇਆ ਜਾਂਦਾ ਹੈ ਨਾ ਉਹ ਤੁਸੀਂ ਆਣ ਕੇ ਇੱਥੇ ਲੰਗਰ ਲਗਾਓ ਤਾਂ ਕਿ ਸਾਰੀ ਇੱਥੇ ਜਨਤਾ ਜਿਹੜੀ ਬਾਹਰੋਂ ਅੰਦਰ ਆਉਂਦੀ ਉਹਨਾਂ ਨੂੰ ਪਤਾ ਲੱਗ ਸਕੇ ਵੀ ਸਿੱਖ ਕੀ ਕਰਦੇ ਆ ਭਗਤ ਜੀ ਦੇ ਗੁਰਬਾਣੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਸ਼ਬਦ ਦਰਜ ਤਾਂ ਕਿ ਸਾਰੇ ਲੋਕਾਂ ਨੂੰ ਪਤਾ ਲੱਗ ਸਕੇ ਹੁਣ ਅਸੀਂ ਇਹ ਵੀ ਵਿਚਾਰ ਕੀਤਾ ਵੀ ਜਨਵਰੀ ਦੇ ਵਿੱਚ ਅਸੀਂ ਭਗਤ ਜੀ ਜਦੋਂ ਦੇਣ ਆਏਗਾ ਉਸ ਟਾਈਮ 'ਤੇ ਅਸੀਂ ਵੱਡੇ ਪੱਧਰ 'ਤੇ ਲੰਗਰ ਅੰਦਰ ਲਗਾਵਾਂਗੇ ਇੱਥੋਂ ਦੀਆਂ ਚੱਲ ਰਹੀਆਂ ਸੇਵਾਵਾਂ ਵਿੱਚ ਭਵਿੱਖ ਵਿੱਚ ਨਿਰਮਾਣ ਅਤੇ ਆਦਿ ਲਈ ਆਪ ਜੀ ਦੇ ਅਕਾਲ ਚੈਨਲ 'ਚ ਦੇਖ ਰਹੀ ਹੈ ਸੰਗਤਾਂ ਨੂੰ ਕੀ ਸੁੱਖ ਸੁਨੇਹਾ ਦੇਣਾ ਚਾਹੋਗੇ ਅਸੀਂ ਇਹੀ ਕਹਾਂਗੇ ਜੋ ਆਪਾਂ ਨੂੰ ਉਪਦੇਸ਼ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਕਿਰਤ ਕਰੋ ਨਾਮ ਜਪੋ ਵੰਡ ਛਕੋ ਸਰਬੱਤ ਦਾ ਭਲਾ ਲੁਚੋ ਗਰੀਬ ਦੀ ਮਦਦ ਕਰੋ ਅਤੇ ਇੱਥੇ ਅਸੀਂ ਇਸ ਸਥਾਨ 'ਤੇ ਕੋਸ਼ਿਸ਼ ਕਰਾਂਗੇ ਜਾਂ ਸਕੂਲ ਜਾਂ ਕਾਲਜ ਜਾਂ ਕੋਈ ਡਿਸਪੈਂਸਰੀ ਜਿਹੜੀ ਉਹ ਚਾਲੂ ਕੀਤੀ ਹੈ ਗੁਰਦੁਆਰਾ ਸਾਹਿਬ ਦੇ ਨਾਲ ਨਾਲ ਤਾਂ ਕਿ ਜਿਹੜੇ ਲੋਕਲ ਲੋਕਾਂ ਨੂੰ ਇਸ ਚੀਜ਼ ਦਾ ਫਾਇਦਾ ਹੋ ਸਕੇ ਕਿਉਂਕਿ ਜਿਹੜੇ ਲੋਕ ਆ ਇਹ ਸਾਡੇ ਨਾਲ ਜੁੜ ਸਕਣ ਬੰਗਲਾਦੇਸ਼ ਵੀ ਇਹੀ ਕੁਝ ਕੀਤਾ ਉੱਥੇ ਜਾ ਕੇ ਲੋਕਾਂ ਨੂੰ ਸਮਝਾਇਆ ਦੱਸਿਆ ਲੋਕਾਂ ਨੇ ਕੜੇ ਸਾਡੇ ਤੋਂ ਮਾਲਾ ਲਈਆਂ ਲੋਕਾਂ ਨੇ ਪਹਿਨੀਆਂ ਜਿਹੜੇ ਲੋਕਲ ਲੋਕ ਸੀ ਭਾਵੇਂ ਉਹ ਬੰਗਾਲੀ ਹਿੰਦੂ ਸੀ ਭਾਵੇਂ ਉੱਧਰ ਦੇ ਬੰਗਾਲੀ ਮੁਸਲਮਾਨ ਸੀ ਅਤੇ ਅਸੀਂ ਲੋਕਾਂ ਨਾਲ ਪਿਆਰ ਕਰਾਂਗੇ ਇਹ ਵੀ ਲੋਕ ਸਾਡੇ ਨਾਲ ਫਿਰ ਪਿਆਰ ਕਰਨਗੇ ਜੇ ਅਸੀਂ ਨਪਰਦਾ ਵੀ ਵੇਖਾਂਗੇ ਤਾਂ ਫਿਰ ਅਗਲਾ ਤਾਂ ਦੇਖਦੇ ਹੀ ਨਾ ਫਿਰ ਇਸ ਤਰ੍ਹਾਂ ਇਹ ਇੱਕ ਬਹੁਤ ਵੱਡੀ ਗੱਲ ਬਾਬਾ ਜੀ ਨੇ ਕਹੀ ਹੈ ਕਿ ਜਿਨ੍ਹਾਂ ਸਥਾਨਾਂ 'ਤੇ ਕੋਈ ਸਿੱਖ ਪਰਿਵਾਰ ਨਹੀਂ ਰਹਿੰਦਾ ਉੱਥੇ ਸੇਵਾਵਾਂ ਵਜੋਂ ਕੀ ਆਰੰਭਤਾ ਕੀਤੀ ਜਾਵੇ ਸਾਡੇ ਪੁੱਛਣ 'ਤੇ ਬਾਬਾ ਜੀ ਨੇ ਜਵਾਬ ਇਹ ਦਿੱਤਾ ਇੱਥੇ ਸੇਵਾਵਾਂ ਦੇ ਲਈ ਡਿਸਪੈਂਸਰੀ ਹਸਪਤਾਲ ਸਕੂਲ ਜਾਂ ਕਾਲਜ ਖੋਲ੍ਹੇ ਜਾਣਗੇ ਅੱਜ ਦਾ ਵਿਸ਼ਾ ਵੀ ਇਹੀ ਹੈ ਵਿੱਦਿਆ ਵਿਚਾਰੀ ਤਾਂ ਪਰਉਪਕਾਰੀ ਬਾਬਾ ਜੀ ਨੇ ਇਹ ਮੈਸੇਜ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਉਸ ਕੋਨਸੈਪਟ ਦਾ ਦਿੱਤਾ ਹੈ ਕਿਉਂਕਿ ਅਸੀਂ ਅਕਸਰ ਦੇਖਦੇ ਹਾਂ ਇਤਿਹਾਸਿਕ ਅਤੇ ਧਾਰਮਿਕ ਸਥਾਨਾਂ 'ਤੇ ਸਿਰਫ ਗੁਰਦੁਆਰੇ ਖੋਲ੍ਹ ਕੇ ਬਹਿ ਜਾਂਦੇ ਹਾਂ ਜਿਸ ਦਾ ਹੀਲਾ ਆਸ ਪਾਸ ਦੇ ਸਮਾਜ ਨੂੰ ਸੁੱਖ ਸਾਧਨ ਕੁਛ ਨਹੀਂ ਮਿਲਦਾ ਪਰ ਬਾਬਾ ਸੁੱਖਾ ਜੀ ਦੀ ਇਸ ਜਵਾਬ ਦੇ ਵਿੱਚ ਸਾਨੂੰ ਬਹੁਤ ਸੁਣ ਕੇ ਖੁਸ਼ੀ ਹੋ ਰਹੀ ਹੈ ਸਿੱਖਿਆ ਦੇ ਅਦਾਰੇ ਹਸਪਤਾਲ ਅਤੇ ਲੋਕ ਭਲਾਈ ਦੇ ਕੇਂਦਰ ਇੱਥੇ ਖੋਲ੍ਹੇ ਜਾਣਗੇ ਜਿਨ੍ਹਾਂ ਦਾ ਲਾਭ ਬੰਗਾਲੀ ਵੀ ਲੈ ਸਕਣਗੇ ਦੂਸਰੀ ਕੌਮ ਜਿਹੜੀ ਇੱਥੇ ਆਉਣ ਜਾਣ ਵਾਲੀ ਹੈ ਉਹ ਵੀ ਲੈ ਸਕੇਗੀ ਨਾਲੇ ਉਹਨਾਂ ਨੂੰ ਪਤਾ ਵੀ ਚੱਲੇਗਾ ਸਿੱਖ ਜਦੋਂ ਵੀ ਕੋਈ ਆਪਣਾ ਕਾਰਜ ਜਾਂ ਸੇਵਾ ਕਰਦਾ ਹੈ ਇਹ ਸਰਬੱਤ ਦੇ ਭਲੇ ਦੇ ਲਈ ਅਤੇ ਸਰਬੱਤ ਦੀ ਭਲਾਈ ਦੇ ਲਈ ਲੈਂਦਾ ਹੈ ਸਤਿ ਸੰਗਤ ਜੀ ਅਸੀਂ ਆਪ ਜੀ ਨੂੰ ਹੁਣ ਸੰਗਤਾਂ ਦੇ ਨਾਲ ਵੀ ਰੂਬਰੂ ਕਰਾਵਾਂਗੇ ਕਿ ਚੱਲ ਰਹੀਆਂ ਸੇਵਾਵਾਂ ਦੇ ਵਿੱਚ ਇੱਥੋਂ ਦੀਆਂ ਸੰਗਤਾਂ ਕਿਸ ਤਰ੍ਹਾਂ ਫੀਲ ਕਰਦੀਆਂ ਹਨ ਇਹ ਆਓ ਸਭ ਤੋਂ ਪਹਿਲਾਂ ਅਸੀਂ ਇੱਥੇ ਕੁਛ ਵੀਰ ਭਰਾ ਬੈਠੇ ਹਨ ਉਹਨਾਂ ਨਾਲ ਮੁਖਾਤਿਬ ਹੁੰਦੇ ਆ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਆਪਣਾ ਨਾਮ ਦੱਸੋ ਜੀ ਮੇਰਾ ਨਾਮ ਜਗਰੀਤ ਸਿੰਘ ਪਾਨਾਗੜ੍ਹ ਨਿਵਾਸੀ ਅੱਛਾ ਤੁਸੀਂ
ਔਰ ਆਹ ਜਗ੍ਹਾ 'ਤੇ ਆਪਣੇ ਭਗਤ ਜੈਦੇਵ ਜੀ ਦੇ ਨਾਮ 'ਤੇ ਗੁਰਦੁਆਰਾ ਬਣਨਾ ਚਾਹੀਦਾ ਹੈ, ਜਿਵੇਂ ਬਾਬਾ ਜੀ ਨੇ ਆਖਿਆ ਇੱਥੇ ਸਕੂਲ ਕੋਲੇਜ ਦਾ ਪ੍ਰਬੰਧ ਕੀਤਾ ਜਾਏਗਾ, ਤੁਹਾਡਾ ਸਹਿਯੋਗ ਨਾਲ ਰਹੇਗਾ। ਹਾਂਜੀ ਹਾਂਜੀ, ਚਲੋ ਬਹੁਤ ਬਹੁਤ ਧੰਨਵਾਦ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਹੈ ਆਪਣੇ? ਬਲਦੀਪ ਸਿੰਘ ਜੀ। ਆਪ ਜੀ ਇੱਥੇ ਹੀ ਰਹਿੰਦੇ ਹੋ? ਹਾਂਜੀ, ਪਾਨਾਗੜੀ ਰਹਿੰਦੇ ਜੀ। ਭਗਤ ਜੈਦੇਵ ਜੀ ਦੇ ਅੱਜ ਜਨਮ ਸਥਾਨ ਕੇਂਦੂਲੀ 'ਚ ਅਸੀਂ ਖੜ੍ਹੇ ਹਾਂ। ਇੱਥੇ ਦੀਆਂ ਚੱਲ ਰਹੀਆਂ ਸੇਵਾਵਾਂ ਨੂੰ ਦੇਖ ਕੇ ਕੱਲ੍ਹ ਗੁਰਦੁਆਰਾ ਵੀ ਸੋਹਣਾ ਨਿਰਮਾਣ ਹੋ ਜਾਵੇਗਾ, ਜਿਸ ਤਰ੍ਹਾਂ ਬਾਬਾ ਜੀ ਨੇ ਕਿਹਾ ਡਿਸਪੈਂਸਰੀ, ਹਸਪਤਾਲ, ਸਕੂਲ ਦਾ ਨਿਰਮਾਣ ਕਰਨਾ ਹੈ। ਉਹਨਾਂ ਨੂੰ ਮੁੱਖ ਰੱਖ ਕੇ ਮਨ 'ਚ ਖੁਸ਼ੀ ਕਿਸ ਤਰ੍ਹਾਂ ਹੋ ਰਹੀ ਹੈ? ਬਹੁਤ ਖੁਸ਼ੀ ਹੋ ਜਾਂਦੀ ਆ ਜੀ। ਇਲਾਕੇ ਦੇ ਵਿੱਚ ਬਹੁਤ ਜਣਿਆਂ ਨੂੰ ਨਹੀਂ ਪਤਾ ਸੀਗਾ ਇੱਥੇ ਭਗਤ ਜੈਦੇਵ ਜੀ ਦਾ ਵੀ ਸਥਾਨ ਹੈਗਾ ਵਾ, ਅਤੇ ਬਾਬਾ ਜੀ ਦਾ ਆਉਣ ਦਾ ਕਰਕੇ ਇੱਥੇ ਸਾਰਿਆਂ ਨੂੰ ਪਤਾ ਲੱਗਾ, ਆਲੇ ਦੁਆਲੇ ਕਾਫੀ ਜਾਗਰੂਕਤਾ ਹੋਈ ਆ ਅਤੇ ਕਾਫੀ ਸੰਗਤ ਵੀ ਇਕੱਠੀ ਹੋ ਕੇ ਇੱਥੇ ਪੁੱਜੀ ਆ, ਅਤੇ ਬਹੁਤ ਚੰਗਾ ਲੱਗ ਰਿਹਾ ਵਾ ਕਿ ਭਵਿੱਖ ਦੇ ਵਿੱਚ ਇੱਥੇ 10 ਦੇ ਡਿਸਪੈਂਸਰੀ, ਸਕੂਲ, ਸਾਰਾ ਕੁਝ ਖੋਲ੍ਹਿਆ ਜਾਏਗਾ, ਅਤੇ ਬਹੁਤ ਉਤਸ਼ਾਹ ਹੈ ਇਲਾਕੇ ਦੀ ਸੰਗਤਾਂ ਵਾਸਤੇ, ਅਤੇ ਬਹੁਤ ਵੱਧ ਚੜ੍ਹ ਕੇ ਸੇਵਾ ਵੀ ਲੈਣਗੀਆਂ ਅਤੇ ਗਾਂਹ ਵੀ ਕਰਦੀਆਂ ਰਹਿਣਗੀਆਂ ਇਸੇ ਤਰ੍ਹਾਂ ਬਾਬਾ ਜੀ। ਜਿਹਨਾਂ ਬੰਗਾਲੀ ਪਰਿਵਾਰਾਂ ਨਾਲ ਆਪ ਜੀ ਉੱਠਦੇ ਬਹਿੰਦੇ ਹੋ, ਉਹਨਾਂ ਦਾ ਕੀ ਮੈਸੇਜ ਹੈ ਇਹਨਾਂ ਚੱਲ ਰਹੀਆਂ ਸੇਵਾਵਾਂ ਦੇ ਬਾਰੇ? ਕਦੀ ਗੱਲਬਾਤ ਹੋਈ ਹੈ? ਗੱਲਬਾਤ ਕਿਤੇ ਕਿਤੇ ਮਰੇ ਹੁੰਦੀ ਰਹਿੰਦੀ ਹੈ ਕਿਸੇ ਨਾ ਕਿਸੇ ਆਪਣੇ ਬੰਗਾਲੀ ਪਰਿਵਾਰ, ਜਿੱਦਾਂ ਇੱਥੇ ਜੈਦੇਵ ਜੀ ਦਾ ਪੌਸ਼ ਮੇਲਾ ਮਨਾਉਂਦੇ ਆ, ਪੌਸ਼ ਮੇਲਾ ਸਰਦੀਆਂ ਦੇ ਦਿਨ 'ਚ ਮਨਾਉਂਦੇ ਆ, ਅਤੇ ਇਹ ਕੁਛ ਕੁ ਸਾਲਾਂ ਤੋਂ ਪਤਾ ਲੱਗਾ ਵਾ ਕਿ ਜੈਦੇਵ ਜੀ ਦਾ ਆਪਣਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਭਗਤ ਜੈਦੇਵ ਜੀ ਦੀ ਵੀ ਦਰਜ ਹੈਗੀ ਆ, ਅਤੇ ਪਹਿਲਾਂ ਇਹਨਾਂ ਲੋਕਾਂ ਨੂੰ ਉਹਨਾਂ ਪਤਾ ਨਹੀਂ ਸੀਗਾ, ਹੁਣ ਕਾਫੀ ਟੱਚ ਪ੍ਰਚਾਰ ਕਰ ਰਹੇ ਹੋ, ਹੁਣ ਪ੍ਰਚਾਰ ਕਰ ਰਹੇ ਆ, ਅਤੇ ਹੁਣ ਪ੍ਰਚਾਰ ਮਾਧਿਅਮ ਦੇ ਨਾਲ ਕਾਫੀ ਪਤਾ ਲੱਗਾ ਕਿ ਪੰਜਾਬੀਆਂ ਦਾ ਵੀ ਚੰਗਾ ਇਤਿਹਾਸ ਹੈਗਾ ਵਾ। ਇਹ ਇੱਕ ਬਹੁਤ ਵੱਡੀ ਗੱਲ ਹੈ ਕਿ ਅਸੀਂ ਜਦੋਂ ਭਗਤਾਂ ਦੀ ਬਾਣੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਇਹ ਗੱਲ ਕਹਿੰਦੇ ਹਾਂ, ਉਹ ਉਨੀ ਮਾਣੇ ਨਹੀਂ ਰੱਖਦੀ, ਪਰ ਮਾਣੇ ਉਦੋਂ ਰੱਖਦੀ ਹੈ, ਅਰਥਪੂਰਨ ਉਦੋਂ ਹੋ ਜਾਂਦੀ ਹੈ ਜਦੋਂ ਉਹਨਾਂ ਭਗਤਾਂ ਦੇ ਬਾਰੇ ਉੱਥੋਂ ਦੇ ਵਸਨੀਕਾਂ ਨੂੰ ਵੀ ਇਹ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਜਿਨ੍ਹਾਂ ਭਗਤਾਂ ਨੂੰ ਜਾਂ ਜਿਨ੍ਹਾਂ ਪਾਵਨ ਰੂਹਾਂ ਨੂੰ ਜਿਹੜੀਆਂ ਧਰਤੀ 'ਤੇ ਕਿਸੇ ਸਮੇਂ ਆਈਆਂ ਸਨ, ਉਹਨਾਂ ਦੀਆਂ ਰਚਨਾਵਾਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਕੀਤੀ ਹੈ, ਕਿੰਨੀ ਖੁਸ਼ੀ ਹੁੰਦੀ ਹੈ। ਇਸ ਸੰਪਰਦਾ ਵੱਲੋਂ ਇਹ ਜਿਹੜੇ ਕਾਰਜ ਹਨ ਇਹ ਬਹੁਤ ਸ਼ੁਭਕਾਮਨਾ ਵਾਲੇ, ਅਤੇ ਆਪ ਅਸੀਂ ਇਹਨਾਂ ਦਾ ਸਵਾਗਤ ਵੀ ਕਰਾਂਗੇ। ਆਪ ਸਾਡੇ ਵਿਚਕਾਰ ਇੱਕ ਹੋਰ ਵੀਰ ਜੀ ਹਨ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੁਹਾਡਾ ਸ਼ੁਭ ਨਾਮ ਕੀ ਹੈ ਵੀਰ ਜੀ? ਦਵਿੰਦਰ ਸਿੰਘ, ਦਮਦਮ ਕਲਕੱਤਾ ਤੋਂ। ਤੁਸੀਂ ਦਮਦਮ ਤੋਂ ਆਏ ਹੋ ਜੀ, ਅਤੇ ਇੱਥੇ ਸੰਗਤਾਂ ਦੇ ਨਾਲ ਆਏ ਹੋ, ਅਤੇ ਪਹਿਲੀ ਵਾਰ ਆਏ ਹੋ ਕਿ ਇਸ ਬਾਬਾ ਜੀ ਦੀਆਂ ਸੇਵਾਵਾਂ ਨਾਲ ਜੁੜੇ ਹੋ? ਨਹੀਂ, ਬਾਬਾ ਜੀ ਦੀਆਂ ਸੇਵਾਵਾਂ ਨਾਲ ਬਹੁਤ ਦੇਰ ਤੋਂ ਜੁੜੇ ਹਾਂ ਜੀ। ਅੱਛਾ, ਅੱਜ ਭਗਤ ਜੈਦੀ ਜੀ ਦੇ ਸਥਾਨ 'ਤੇ ਬਾਬਾ ਜੀ ਨੇ ਜਿਸ ਤਰ੍ਹਾਂ ਕੀਤਾ ਨਿਸ਼ਾਨ, ਪਾਵਨ ਨਿਸ਼ਾਨ ਸਾਹਿਬ ਦੀ ਸਥਾਪਨਾ ਹੋਵੇਗੀ, ਅੱਜ ਤੋਂ ਲੰਗਰ ਦੀਆਂ ਸੇਵਾਵਾਂ ਵੀ ਚੱਲ ਰਹੀਆਂ ਹਨ, ਇਹਨਾਂ ਸਾਰਿਆਂ ਨੂੰ ਮੁੱਖ ਰੱਖ ਕੇ ਤੁਸੀਂ ਇਹ ਜਿੰਨੀ ਇਹ ਤਿਆਰੀ ਹੈ, ਅਤੇ ਭਗਤ ਜੈਦੀ ਜੀ ਦਾ ਜਿਹੜਾ ਜਨਮ ਸਥਾਨ ਹੈ ਇੱਥੇ ਸੋਹਣੇ ਗੁਰਦੁਆਰੇ ਦਾ ਵੀ ਨਿਰਮਾਣ ਹੋਵੇਗਾ, ਖੁਸ਼ੀਆਂ ਵਜੋਂ ਕੀ ਆਪਣੀਆਂ ਵਿਚਾਰ ਅਕਾਲ ਚੈਨਲ ਦੀਆਂ ਸੰਗਤਾਂ ਦੇ ਸਨਮੁੱਖ ਰੱਖੋਗੇ, ਕਿਉਂਕਿ ਤੁਸੀਂ ਪੁਰਾਣੇ ਸੰਗੀ ਸਾਥੀ ਹੋ ਬਾਬਾ ਜੀ ਦੇ? ਮੈਂ ਥੋੜ੍ਹਾ ਸ਼ੁਰੂ ਤੋਂ ਵਿਸਥਾਰ 'ਚ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਜਦੋਂ ਵੱਡੇ ਮਹਾਂਪੁਰਸ਼ਾਂ ਸੰਤ ਬਾਬਾ ਚਰਨ ਸਿੰਘ ਹੋਣਾ ਨੂੰ ਇਸ ਸਥਾਨ ਦਾ ਪਤਾ ਲੱਗਾ, ਅਤੇ ਉਹਨਾਂ ਨੇ ਆਪ ਆ ਕੇ ਇੱਥੇ ਕਿਹਾ ਕਿ ਗੁਰਦੁਆਰਾ ਸਾਹਿਬ ਇੱਥੇ ਸਥਾਪਿਤ ਹੋਣਾ ਚਾਹੀਦਾ। ਉਸ ਤੋਂ ਬਾਅਦ ਉਹ ਸਰੀਰ ਕਰਕੇ ਅਕਾਲ ਚਲਾਣਾ ਚਰ ਕਰ ਗਏ, ਗੁਰਪੁਰਬ ਵਾਸੀ ਹੋ ਗਏ। ਉਸ ਤੋਂ ਬਾਅਦ ਬਾਬਾ ਸੁੱਖਾ ਸਿੰਘ ਜੀ ਨੂੰ ਮੌਜੂਦਾ ਮੁਖੀ ਜੋ ਹੋਣਾ ਨਾ ਮੁਖੀ ਥਾਪਿਆ ਗਿਆ। ਇਹਨਾਂ ਨੇ ਆ ਕੇ ਸਭ ਤੋਂ ਪਹਿਲਾਂ ਬੰਗਾਲੀ ਸਮਾਜ ਨੂੰ ਇੱਥੇ ਜੋੜਨਾ ਕੀਤਾ। ਅੱਛਾ, ਬੰਗਾਲੀ ਸਮਾਜ ਨੂੰ ਜਾਗਰੂਕ ਕੀਤਾ? ਹਾਂਜੀ, ਕਿਉਂਕਿ ਇੱਥੋਂ ਥੋੜ੍ਹੀ ਦੂਰ 'ਤੇ ਹੀ ਅਜੇ ਨਦੀ ਹੈ, ਉਸ ਦੇ ਨਾਲ ਹੀ ਭਗਤ ਜੀ ਦਾ ਮੰਦਿਰ ਵੀ ਸੁਸ਼ੋਭਿਤ ਹੈ। ਅੱਜ ਤੋਂ ਪਹਿਲਾਂ ਉੱਥੇ 3 ਸਮਾਗਮ ਜੋ ਹੈ ਕੀਰਤਨ ਦਰਬਾਰ ਉੱਥੇ ਬਾਬਾ ਜੀ ਵੱਲੋਂ ਕਰਵਾਏ ਜਾ ਚੁੱਕੇ, ਉੱਥੇ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ ਰਿਹਾ। ਇਹ ਸਾਰਾ ਪ੍ਰਬੰਧ ਕਰਨ ਦੇ ਨਾਲ ਬੰਗਾਲੀ ਸਮਾਜ ਜੋ ਹੈ ਬਹੁਤ ਜਾਗਰੂਕ ਹੋ ਚੁੱਕਾ ਹੈ, ਔਰ ਮੰਦਰ ਦੇ ਜਿਹੜੇ ਪੁਜਾਰੀ ਆ ਜਦੋਂ ਨਿਸ਼ਾਨ ਸਾਹਿਬ ਚਲਾਏ ਜਾਣਗੇ ਉਹ ਵੀ ਇੱਥੇ ਪਹੁੰਚਣਗੇ। ਉਹ ਇੱਥੇ ਪਹੁੰਚ ਕੇ ਨਿਸ਼ਾਨ ਸਾਹਿਬ ਚਲਾਉਣ ਦੀ ਰਸਮ ਦੇ ਵਿੱਚ ਆਪਣਾ ਯੋਗਦਾਨ ਦੇਣਗੇ। ਪੂਰਾ ਹੀ ਬੰਗਾਲੀ ਸਮਾਜ ਹੈ ਜੋ ਬਾਬਾ ਜੀ ਨੇ ਪਹਿਲਾਂ ਉਹਨਾਂ ਨੂੰ ਨਾਲ ਜੋੜਿਆ, ਕਿਉਂਕਿ ਇੱਥੇ ਸਿੱਖਾਂ ਦੀ ਵਸੋਂ ਨਹੀਂ ਹੈ, ਇੱਥੋਂ ਤਕਰੀਬਨ 15-20 ਕਿਲੋਮੀਟਰ ਤੱਕ ਜੇ ਕਹਿ ਲਿਆ ਜਾਵੇ ਤਾਂ ਇੱਕ ਅੱਧਾ ਹੋਟਲ ਹੋ ਸਕਦਾ, ਘਰ ਕਿਸੇ ਦਾ ਨਹੀਂ ਹੈ। ਬਾਬਾ ਜੀ ਨੇ ਬਹੁਤ ਵੱਡਾ ਉਪਰਾਲਾ ਕਰਕੇ ਪਹਿਲਾਂ ਬੰਗਾਲੀ ਸਮਾਜ ਨੂੰ ਨਾਲ ਜੋੜਿਆ, ਨਾਲ ਜੋੜ ਕੇ ਫਿਰ ਆ ਜਗ੍ਹਾ ਦੀ ਚੋਣ ਕੀਤੀ, ਜਗ੍ਹਾ ਖਰੀਦੀ ਹੈ। ਹੁਣ ਮੰਦਰ ਦੀ ਕਮੇਟੀ ਵੱਲੋਂ ਬਾਬਾ ਜੀ ਨੂੰ ਇਹ ਆਸ਼ਵਾਸਨ ਦਿੱਤਾ ਗਿਆ ਕਿ ਮੰਦਰ ਦੇ ਲਾਗੇ ਹੀ ਆਪ ਜੀ ਨੂੰ ਜਗ੍ਹਾ ਮੁਹੱਈਆ ਕਰਾਈ ਜਾਵੇਗੀ, ਇੱਕ ਗੁਰਦੁਆਰਾ ਸਾਹਿਬ ਉੱਥੇ ਸੁਸ਼ੋਭਿਤ ਕੀਤਾ ਜਾਏਗਾ, ਔਰ ਇੱਥੇ ਲੰਗਰ ਅੱਜ ਤੋਂ ਬਾਬਾ ਜੀ ਨੇ ਸ਼ੁਰੂ ਕਰ ਦਿੱਤਾ ਹੈ। ਬਾਬਾ ਜੀ ਆਪ ਸੇਵਾ ਕਰ ਰਹੇ ਨੇ ਜਿਸ ਤਰ੍ਹਾਂ ਆਪ ਸਭ ਸੰਗਤਾਂ ਨੇ ਵੇਖਿਆ ਹੀ ਹੈ, ਅਤੇ ਸਮੁੱਚਾ ਜੋ ਬੰਗਾਲ ਦਾ ਭਾਈਚਾਰਾ, ਸਿੱਖ ਭਾਈਚਾਰਾ ਹੈ, ਬਾਬਾ ਜੀ ਦੇ ਨਾਲ ਡਟ ਕੇ ਖੜ੍ਹਾ ਹੈ। ਜਿਸ ਦਿਨ ਤੋਂ ਵੀ ਇਹ ਪਹਿਲਾਂ ਜ਼ਮੀਨ ਖਰੀਦੀ, ਫਿਰ ਮਿੱਟੀ ਪਾ ਕੇ ਇਸ ਨੂੰ ਰੋਡ ਲੈਵਲ ਕਰਨ 'ਚ ਅਚੇਚੀਆਂ ਸੇਵਾਵਾਂ ਜਿਹੜੀਆਂ ਉਹ ਕਲਕੱਤਾ, ਪਾਨਾਗੜ੍ਹ ਅਤੇ ਦੁਰਗਾਪੁਰ ਹੋਰ ਸੰਗਤਾਂ ਨੇ ਸਭ ਮਿਲ ਜੁਲ ਕੇ ਕੀਤੀਆਂ। ਬਹੁਤ ਹੀ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ ਕਿ ਅਸੀਂ ਭਗਤ ਸਾਹਿਬਾਨਾਂ ਦੀ ਬਾਣੀ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਉਹਨਾਂ ਦੇ ਨਾਂ 'ਤੇ ਇੱਕ ਗੁਰਦੁਆਰਾ
ਸਾਰੇ ਹੀ ਕਮਿਊਨਿਟੀਆਂ ਨੂੰ ਇਹ ਮੈਸੇਜ ਜਾਂਦਾ ਕਿ ਗੁਰੂ ਨਾਨਕ ਦੇਵ ਦੇ ਚਲਾਏ ਹੋਏ ਪੰਥ ਅਤੇ ਖਾਲਸਾ ਪੰਥ ਇੱਕਦਮ ਇੰਨ ਬਿੰਨ ਉਸ ਤਰ੍ਹਾਂ ਹੀ ਪਹਿਰਾ ਦੇ ਰਿਹਾ ਹੈ ਜਿਸ ਤਰ੍ਹਾਂ ਗੁਰੂ ਸਾਹਿਬ ਨੇ ਦਿੱਤਾ ਅਤੇ ਇਹਨਾਂ ਦੀ ਬਾਣੀ ਨੂੰ ਇਕੱਤਰ ਕਰਕੇ ਗੁਰੂ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਰਜਨ ਦੇਵ ਜੀ ਨੇ ਭਗਤ ਜੀ ਦੇ ਦੋ ਸ਼ਬਦ ਜੋ ਹੈ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਕਰਵਾਏ। ਬਹੁਤ ਬਹੁਤ ਧੰਨਵਾਦ। ਇਹ ਸਨ ਦਵਿੰਦਰ ਸਿੰਘ ਜੀ ਕਲਕੱਤੇ ਗੁਰਦੁਆਰਾ ਸਿੱਖ ਸੰਗਤ ਡੱਲਪ ਤੋਂ। ਬਾਬਾ ਜੀ ਦੇ ਸੰਗੀ ਦੇ ਤੌਰ 'ਤੇ ਬਹੁਤ ਦਿਨਾਂ ਤੋਂ ਜੁੜੇ ਹਨ। ਇਹਨਾਂ ਨੇ ਬਹੁਤ ਸੋਹਣਾ ਚਾਨਣਾ ਬਾਬਾ ਜੀ ਦੇ ਇੱਥੀਆਂ ਦੀਆਂ ਆਰੰਭ ਕੀਤੀਆਂ ਹੋਈਆਂ ਸੇਵਾਵਾਂ ਦੇ ਨਾਲ ਅਤੇ ਜਿਹੜਾ ਨਿਰਮਾਣ ਹੋਣ ਵਾਲਾ ਹੈ ਉਹਦੇ ਬਾਰੇ ਵੀ ਉਹਨਾਂ ਨੇ ਦੱਸਿਆ ਅਤੇ ਇਹ ਸਾਰੀਆਂ ਗੱਲਾਂ ਅਸੀਂ ਹੋਰ ਵੀ ਜਾਣਾਂਗੇ ਅਤੇ ਆਓ ਅਸੀਂ ਇਹਨਾਂ ਨਾਲ ਜੁੜਦੇ ਹਾਂ ਅਤੇ ਜਿਹੜੇ ਨਾਲ ਬਾਬਾ ਜੀ ਦੇ ਹੋਰ ਵੀ ਸੰਗੀ ਹਨ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸ਼ੁਭ ਨਾਮ ਕੀ ਹੈ ਜੀ? ਜਗਤਾਰ ਸਿੰਘ। ਤੁਸੀਂ ਕਿੱਥੇ ਰਹਿੰਦੇ ਹੋ ਜੀ? ਪਾਨਾਗੜ੍ਹ ਜੀ। ਇਹ ਵੀ ਪਾਨਾਗੜ੍ਹ ਦੇ ਰਹਿਣ ਵਾਲੇ ਆ ਜੀ, ਥਾਰ ਆਸੇ ਪਾਸੇ ਆਲੇ ਦੁਆਲੇ ਦੇ। ਇਹਨਾਂ ਕੋਲੋਂ ਜਾਣਕਾਰੀਆਂ ਲਵਾਂਗੇ, ਇਹ ਚੱਲ ਰਹੀਆਂ ਸੇਵਾ ਦੇ ਬਾਰੇ ਜਿਹੜਾ ਜਾਣਕਾਰੀਆਂ ਵਜੋਂ ਦੱਸੋ ਜੀ, ਇਹ ਸੇਵਾਵਾਂ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਜੁੜੇ ਅਤੇ ਤੁਹਾਨੂੰ ਸਥਾਨਕ ਵਸਨੀਕਾਂ ਬੰਗਾਲੀਆਂ ਕੋਲੋਂ ਵੀ ਇਹਨਾਂ ਸੇਵਾਵਾਂ ਦੀ ਚਾਹ ਅਤੇ ਖੁਸ਼ੀ ਕਿਸ ਤਰ੍ਹਾਂ ਸੁਣਨ ਨੂੰ ਜਾਣਨ ਨੂੰ ਮਿਲੀ ਜਿਹੜਾ ਅਕਾਲ ਚੰਨ ਦੇ ਦਰਸ਼ਕਾਂ ਨੂੰ ਦੱਸੋ ਜੀ? ਸਾਰਿਆਂ ਨਾਲੋਂ ਪਹਿਲਾਂ ਤਾਂ ਗੱਲ ਇਹ ਹੁੰਦੀ ਹੈ ਕਿ ਵੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੈ, ਜਿੱਥੇ ਸਤਿਗੁਰੂ ਨਾਨਕ ਦੇਵ ਜੀ ਬੈਠੇ ਨੇ ਉੱਥੇ ਉਹਨਾਂ ਜੈਦੇਵ ਨੂੰ ਨਾਲ ਵਾ ਕੇ ਬੈਠੇ ਹੋਏ ਨੇ। ਸੋ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਸੀ ਇਹ ਬਹੁਤ ਵੱਡੀ ਕਮਾਈ ਸੀ ਜਿਨ੍ਹਾਂ ਨੇ ਇੰਨੇ ਭਗਤਾਂ ਨੂੰ ਇੰਨੇ ਉਹਨਾਂ ਦੀ ਬਾਣੀਆਂ ਨੂੰ ਇਕੱਠਿਆਂ ਕੀਤਾ। ਜਿੱਥੋਂ ਤੱਕ ਜੈਦੇਵ ਦੀ ਗੱਲ ਆਉਂਦੀ ਹੈ, ਜੈਦੇਵ ਦਾ ਜਿਹੜਾ ਇਤਿਹਾਸ ਹੈ ਉਹ ਇੰਨਾ ਲੰਬਾ ਚੌੜਾ ਹੈ ਕਿ ਉਹਨੂੰ ਦੱਸਣ ਵਾਸਤੇ ਵੀ ਪਤਾ ਨਹੀਂ ਕਿੰਨੇ ਕੁ ਮਹੀਨੇ ਲੱਗ ਜਾਣਗੇ। ਇੰਨਾ ਉਹਨਾਂ ਦੀ ਜੀਵਨੀ ਜਿਹੜੀ ਸੀ ਉਹ ਬਹੁਤ ਅਜੀਬ ਕਿਸਮ ਦੀ। ਜਨਮ ਇੱਥੇ ਹੋਇਆ, ਉਸ ਤੋਂ ਬਾਅਦ ਕਿੱਥੇ ਘੁੰਮਦੇ? ਉਹਨਾਂ ਦੇ ਜਨਮ ਨੂੰ ਲੈ ਕੇ ਦੋ ਸਥਾਨ ਇਤਿਹਾਸ ਦੇ ਵਿੱਚ ਨਿਰਧਾਰਿਤ ਕੀਤੇ ਜਾ ਰਹੇ ਹਨ। ਕੇਂਦੂਲੀ ਨਾਂ ਤੋਂ ਪੁਰੀ ਦਾ ਵੀ ਦਾਅਵਾ ਕੀਤਾ ਜਾਂਦਾ ਹੈ, ਕੇਂਦੂਲੀ ਨਾਂ ਤੋਂ ਇੱਥੋਂ ਦਾ ਵੀ ਦਾਅਵਾ ਕੀਤਾ ਜਾਂਦਾ ਹੈ, ਪਰ ਸਥਾਨਕ ਹੋਣ ਦੇ ਨਾਤੇ ਤੁਸੀਂ ਕਿਹੜੇ ਦਾਅਵੇ ਦੀ ਪੁਸ਼ਟੀ ਜ਼ਿਆਦਾ ਕਰਦੇ ਹੋ? ਨਹੀਂ, ਅਸੀਂ ਇਹ ਕੇਂਦੂਲੀ ਜਿਹੜੀ ਹੈ ਨਾ ਇੱਥੇ ਇੱਥੋਂ ਦੇ ਸਥਾਨ ਦੇ, ਇੱਥੋਂ ਦੇ, ਹਾਂ ਇਹ ਇਹਨਾਂ ਦਾ ਜਨਮ ਸਥਾਨ ਹੈ, ਇਹਨਾਂ ਦੇ ਇਤਿਹਾਸ ਵੀ ਦੱਸਦਾ ਹੈ। ਉਹਦਾ ਕਾਰਨ ਇੱਕ ਹੋਰ ਹੈ ਜੀ, ਇੱਥੋਂ ਦਾ ਸਥਾਨ ਇਸ ਕਰਕੇ ਪੁਸ਼ਟੀ ਅਤੇ ਪ੍ਰਮਾਣਿਕਤਾ ਵਿੱਚ ਆਉਂਦਾ ਕਿ ਅਜੇ ਨਦੀ ਦਾ ਇੱਕ ਵੇਰਵਾ ਆਉਂਦਾ ਹੈ ਜਿਹੜੀ ਉਹ ਸਿਰਫ ਇੱਥੇ ਹੈ। ਇਸ ਕਰਕੇ ਜਿਹੜਾ ਪੂਰੀ ਹੈ ਉਹ ਇਸ ਤਰ੍ਹਾਂ ਲੱਗਦਾ ਕਿ ਮਗਰੋਂ ਕਿਸੇ ਨੇ ਗ੍ਰੰਥ ਵਿੱਚ ਗੜੀ ਹੋਈ ਗੱਲ ਘੜ ਦਿੱਤੀ, ਗੱਲ ਜਿਸ ਤਰ੍ਹਾਂ ਕੀਤੀ ਹੋਵੇ ਉਹ ਹੈ। ਲੇਕਿਨ ਆਓ ਵੀਰ ਜੀ ਹੋਰਾਂ ਪਾਸੋਂ ਹੋਰ ਚਾਨਣ ਅਸੀਂ ਲਵਾਂਗੇ। ਜਦੋਂ ਜਗਨਨਾਥ ਪੁਰੀ ਦੀ ਗੱਲ ਆਉਂਦੀ ਹੈ ਉਸ ਟਾਈਮ ਕੀ ਹੁੰਦਾ ਕਿ ਇਹਨਾਂ ਦਾ ਗੀਤ ਗੋਬਿੰਦ ਇੱਕ ਰਚਨਾ ਕੀਤੀ ਸੀ, ਇਹਨਾਂ ਗੀਤ ਗੋਬਿੰਦ ਸ਼੍ਰੀ ਕ੍ਰਿਸ਼ਨ ਜੀ ਦੇ ਉੱਤੇ, ਹਾਂ ਹਾਂ ਸ਼੍ਰੀ ਕ੍ਰਿਸ਼ਨ ਦੇ ਉੱਤੇ ਕੀਤੀ ਸੀ। ਉਹ ਜਿੰਨੇ ਵੀ ਕੌਤਕ ਹੋਏ ਨੇ ਉਹਨਾਂ ਦੇ ਇੱਥੇ ਹੀ ਹੋਏ ਨੇ, ਇੱਥੇ ਹੀ ਹੋਏ ਸਨ, ਇੱਥੇ ਹੀ ਹੋਏ ਸਨ। ਉਹ ਜਦੋਂ ਜਗਨਨਾਥ ਪੁਰੀ ਦੀ ਗੱਲ ਆਉਂਦੀ ਹੈ ਤਾਂ ਇਹਨਾਂ ਜਿਹੜਾ ਗ੍ਰੰਥ ਪ੍ਰਕਾਸ਼ ਹੋਇਆ ਸੀ ਇਹ ਉੱਥੇ ਹੀ ਜਾ ਕੇ ਪ੍ਰਕਾਸ਼ ਹੋਇਆ ਸੀ ਫਿਰ। ਅੱਛਾ, ਇਹਨਾਂ ਦੀਆਂ ਰਚਨਾਵਾਂ ਉੱਥੇ ਪ੍ਰਕਾਸ਼ ਹੋਈਆਂ ਸੀ ਅਤੇ ਉੱਥੇ ਗਾਈਆਂ ਜਾਂਦੀਆਂ ਸੀ? ਹਾਂ, ਜਿਹੜੀਆਂ ਗਾਈਆਂ ਜਾਂਦੀਆਂ ਸਨ ਆਮ ਜਿਹੜੀ ਦੁਨੀਆ ਭਾਸ਼ਾ, ਹਾਂਜੀ ਹਾਂਜੀ, ਉਹ ਭਾਸ਼ਾ ਦੇ ਵਿੱਚ ਸਨ। ਬਾਕੀ ਗੁਰੂ ਗ੍ਰੰਥ ਸਾਹਿਬ ਦੀ ਜਦੋਂ ਗੱਲ ਹੁੰਦੀ ਹੈ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹਨਾਂ ਦੇ ਦੋ ਸਲੋਕ ਆਏ ਨੇ ਸਿਰਫ। ਪਹਿਲਾ ਸਲੋਕ ਜਿਹੜਾ ਹੈ ਉਹ ਉਹਨਾਂ ਦਾ ਅੰਕ ਹੈ 526, ਗੁਰੂ ਗ੍ਰੰਥ ਸਾਹਿਬ ਦੇ 526 ਅੰਕ ਦੇ ਉੱਤੇ ਉਹਨਾਂ ਦਾ ਇੱਕ ਸਲੋਕ ਹੈ। ਦੂਜਾ ਸਲੋਕ ਜਿਹੜਾ ਹੈ 1106 ਦੇ ਉੱਤੇ ਹੈ। ਇਹ ਦੋ ਸਲੋਕ ਆਏ ਨੇ ਜਿਹਦੇ ਵਿੱਚ ਰਾਗ ਗੁਜਰੀ ਪਹਿਲਾ ਸਲੋਕ ਸੀ ਉਹਦੇ ਵਿੱਚ ਉਹਨਾਂ ਉਚਾਰਨ ਕੀਤਾ ਸੀ, ਅਤੇ ਦੂਜਾ ਸਲੋਕ ਰਾਗ ਮਾਰੂ ਰਾਗ ਦੇ ਵਿੱਚ। ਇਹਨਾਂ ਦੇ ਦੋ ਸਲੋਕ ਨੇ ਜਿਹੜਾ ਕਿ ਵੀ ਬਹੁਤ ਕੁਝ ਉਹ ਛੋਟੇ ਜਿਹੇ ਸਲੋਕ ਸਾਨੂੰ ਬਹੁਤ ਕੁਝ ਸੰਦੇਸ਼ ਦਿੰਦੇ ਨੇ। ਸਤਿਕਾਰਯੋਗ ਸਤਸੰਗ ਜੀ, ਅਸੀਂ ਦੱਸ ਦਈਏ ਰਾਗ ਮਾਰੂ ਦੀ ਰਚਨਾ, ਉਹ ਰਚਨਾ ਹੈ ਭਗਤ ਜੈਦੇਵ ਜੀ ਬਚਪਨ 'ਚ ਅਨਾਥ ਹੋ ਗਏ ਸੀ। ਮਾਰੂ ਦਾ ਅਰਥ ਹੁੰਦਾ ਵੈਰਾਗ ਵਿੱਚ ਚਲੇ ਜਾਣਾ, ਅਤੇ ਜਦੋਂ ਵੈਰਾਗ ਦੀ ਰਚਨਾ ਰਚੀ ਗਈ ਭਗਤ ਜੈਦੇਵ ਜੀ ਨੇ, ਗੁਰੂ ਅਰਜਨ ਸਾਹਿਬ ਜੀ ਸੰਗੀਤ ਦੇ ਵੀ ਮਹਾਨਤਮ ਇੱਕ ਵਿਦਵਾਨ ਮਹਾਂਪੁਰਸ਼ ਸਨ, ਉਹਨਾਂ ਨੇ ਉਸ ਰਚਨਾ ਨੂੰ ਮਾਰੂ ਰਾਗ ਵਿੱਚ ਰੱਖਿਆ। ਮਾਰੂ ਰਾਗ ਉਦੋਂ ਗਾਇਆ ਜਾਂਦਾ ਹੈ ਜਦੋਂ ਕੋਈ ਸੋਗ ਜਾਂ ਕੋਈ ਵਿਯੋਗ ਜਾਂ ਕੋਈ ਵਿਛੋੜਾ ਆ ਜਾਵੇ। ਇਹ ਗੁਰੂ ਅਰਜਨ ਸਾਹਿਬ ਜੀ ਦੀ ਵਿਲੱਖਣਤਾ, ਉਹਨਾਂ ਦੀ ਸੋਚ ਕਿੰਨੀ ਡੂੰਘੀ ਹੈ ਕਿ ਕਿਸ ਰਚਨਾ ਨੂੰ ਕਿਹੜੇ ਰਾਗ 'ਚ ਪਾਉਣਾ ਹੈ। ਗੁਜਰੀ ਰਾਗ ਦੇ ਵਿੱਚ ਉਹਨਾਂ ਨੇ ਦੂਸਰੇ ਸ਼ਬਦ ਨੂੰ ਪਾਇਆ ਜਿਹੜੀ ਪ੍ਰਭੂ ਦੀ ਉਸਤਤ ਸੀ, ਲੇਕਿਨ ਵਿਛੋੜੇ ਵਾਲੀ ਗੱਲ ਜਿਹੜੀ ਉਹਨਾਂ ਨੂੰ ਦੁੱਖ ਸੰਤਾਪ ਸਤਾਉਂਦੀ ਸੀ ਕਿ ਮੈਂ ਅਨਾਥ ਹਾਂ, ਮੇਰਾ ਕੋਈ ਨਹੀਂ ਹੈ। ਪਰ ਜਦੋਂ ਪ੍ਰਭੂ ਜਿਸ ਨੂੰ ਕ੍ਰਿਸ਼ਨ ਅਕਾਲ ਪੁਰਖ ਦੀ ਮਹਿਮਾ ਕਹੀਏ ਉਹਨਾਂ ਦੇ ਨਾਲ ਜੁੜੇ, ਉਹ ਮਾਰੂ ਰਾਗ ਦੇ ਵਿੱਚ ਦਰਜ ਕੀਤੀ ਹੈ। ਬਹੁਤ ਸੋਹਣੀਆਂ ਤੁਸੀਂ ਰੈਫਰੈਂਸ ਦੇ ਰਹੇ ਹੋ ਜੀ, ਅੱਗੇ ਕੀ ਜਾਣਕਾਰੀ ਹੈ ਉਹ? ਬਾਕੀ ਇਹ ਚੀਜ਼ ਹੈ ਕਿ ਸਾਡੇ ਬਹੁਤ ਵੱਡੇ ਭਾਗ ਨੇ, ਇਹ ਸਿੱਖ ਕੌਮ ਦੇ ਇੰਨੇ ਵੱਡੇ ਭਾਗ ਨੇ ਕਿ ਜਿਹੜੀ ਇਹਨਾਂ ਦੀ ਸੇਵਾ ਜਿਹੜੀ ਸਿੱਖ ਕੌਮ ਨੂੰ ਮਿਲੀ ਹੈ, ਔਰ ਸੰਤਾਂ ਦੇ ਵੀ ਬਹੁਤ ਬਹੁਤ ਅਸੀਂ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਕਿ ਇੰਨਾ ਉਪਰਾਲਾ ਕਰਕੇ ਅਤੇ ਇੱਥੇ ਲਿਆ ਕੇ ਉਹਨਾਂ ਦਾ ਸਥਾਨ ਬਣਾਉਣ ਲੱਗੇ ਨੇ। ਕਿਉਂਕਿ ਉਹ ਸਥਾਨ 'ਤੇ ਇੱਕ ਤਾਂ ਜਗ੍ਹਾ ਨਹੀਂ ਹੈ, ਇੱਕ ਸੰਗਤ ਦਾ ਆਉਣਾ ਜਾਣਾ ਥੋੜ੍ਹਾ ਜਿਹਾ ਇਹ ਹੁੰਦਾ। ਇਹ ਜਿਹੜਾ ਵਿਸ਼ਾ ਹੁਣੇ ਸਾਨੂੰ ਦੱਸਿਆ ਹੈ ਸੰਗਤ ਦਾ ਆਉਣਾ ਜਾਣਾ, ਅਸੀਂ ਉਸ ਕਾਲ ਨੂੰ ਜਿਹੜਾ ਕਲਪਨਾ ਵਿੱਚ ਲਿਆਈਏ ਜਦੋਂ ਆਵਾਜਾਈ ਦੀ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਹੋਰ ਤਕਲੀਫ ਹੋਵੇਗੀ। ਗੁਰੂ ਸਾਹਿਬ ਕਿਸ ਤਰ੍ਹਾਂ ਆਏ ਹੋਣਗੇ ਇੱਥੇ,
ਕਿਸ ਤਰ੍ਹਾਂ ਗੁਰੂ ਸਾਹਿਬਾਂ ਨੇ ਇਹਨਾਂ ਰਚਨਾਵਾਂ ਨੂੰ ਇੱਥੋਂ ਕਲੈਕਟ ਕੀਤਾ ਹੋਵੇਗਾ, ਕਿਸ ਤਰ੍ਹਾਂ ਉਤਾਰਾ ਕਰਕੇ ਇਹਨਾਂ ਰਚਨਾਵਾਂ ਨੂੰ ਲੈ ਕੇ ਗਏ ਹੋਣਗੇ? ਇਹ ਸਭ ਤੋਂ ਵੱਡੀ ਵਿਡੰਬਨਾ ਹੈ। ਪਰ ਜਿਸ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਆਏ ਸੀ, ਉਸੇ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਅੱਜ ਸਿੱਖ ਵੀ ਆਏ ਹੈ। ਇਹ ਦੋਵੇਂ ਚੀਜ਼ਾਂ ਗੁਰੂ ਦੇ ਪਿਆਰ ਨੂੰ ਸਮਰਪਿਤ ਹੋ ਕੇ ਖੁਸ਼ੀਆਂ ਵਜੋਂ ਸਾਨੂੰ ਪ੍ਰਾਪਤ ਹੋ ਰਹੀਆਂ ਹਨ। ਇਹ ਸਾਰੀ ਸੰਗਤ ਜਿਹੜੀ ਇਸ ਪਿਆਰ ਵਿੱਚ ਆਈ ਹੈ। ਇਹ ਕਿ ਸਾਰੇ ਇੱਥੋਂ ਦੇ ਵਸਨੀਕ ਹਨ ਸਾਰੇ? ਹਾਂਜੀ। ਇੱਕ ਇੱਕ ਵਾਰੀ ਅਸੀਂ ਆਪ ਜੀ ਦੇ ਨਾਮ 'ਤੇ ਫਤਿਹ ਦੀ ਸਾਂਝ ਕਰਾਂਗੇ। ਆਪ ਜੀ ਦਾ ਸ਼ੁਭ ਨਾਮ ਕੀ ਹੈ ਜੀ? ਸਰਦਾਰ ਹਰਬੰਸ ਸਿੰਘ, ਪਾਨਾਗੜ੍ਹ ਤੋਂ ਜੀ। ਪਾਨਾਗੜ੍ਹ ਦੇ ਨਿਵਾਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹਨਾਂ ਚੱਲ ਰਹੀਆਂ ਸੇਵਾਵਾਂ 'ਚ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ? ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਔਰ ਬਹੁਤ ਉੱਚੇ ਭਾਗ ਸਾਡੇ ਜਿਹੜੇ ਇਸ ਅਵਸਥਾ 'ਤੇ ਅਸੀਂ ਇੱਥੇ ਪਹੁੰਚੇ ਹਾਂ ਸੇਵਾ ਕਰਨ। ਅਤੇ ਬਸ ਇਹੀ ਸਾਡੀ ਸੋਚ ਹੈ ਕਿ ਬਸ ਇੱਦਾਂ ਹੀ ਆਪਾਂ ਕਰਦੇ ਰਹੀਏ, ਪਹੁੰਚਦੇ ਰਹੀਏ ਹਰੇਕ ਸੰਸਥਾਵਾਂ 'ਚ। ਬਹੁਤ ਮਹਾਰਾਜ ਨੇ ਕਿਰਪਾ ਕੀਤੀ, ਸੇਵਾ ਚੱਲਣ ਡਈ ਇੱਥੇ। ਅੱਜ ਨਿਸ਼ਾਨ ਸਾਹਿਬ ਝੁੱਲਣਗੇ? ਹਾਂਜੀ, ਅੱਜ ਗੁਰੂ ਮਹਾਰਾਜ ਦਾ ਨਿਸ਼ਾਨ ਸਾਹਿਬ ਝੁੱਲੂਗਾ ਜੀ ਇੱਥੇ। ਚਲੋ ਬਹੁਤ ਬਹੁਤ ਵਧੀਆ। ਆਓ, ਪਿੱਛੇ ਹੋਰ ਇੱਕ ਸਿੱਖ ਸਰਦਾਰ ਜੀ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵੀ ਇੱਥੋਂ ਦੇ ਸਥਾਨਕ ਸਾਨੂੰ ਕੁਛ ਨਹੀਂ ਤਾਂ ਇੱਥੋਂ ਦੇ ਵਸਨੀਕ ਸਿੱਖ ਜਿਹੜੇ ਹਨ ਉਹ ਮਿਲ ਰਹੇ ਹਨ, ਇਹ ਵੀ ਖੁਸ਼ੀ ਦੀ ਗੱਲ ਹੈ। ਕਈ ਵਾਰ ਹੁੰਦਾ ਸੇਵਾ ਚੱਲ ਰਹੀਆਂ ਹਨ, ਸਾਨੂੰ ਕੀ ਲੈਣਾ ਦੇਣਾ, ਲੇਕਿਨ ਇਹਨਾਂ ਦਾ ਪਿਆਰ ਦੱਸਦਾ ਹੈ ਕਿ ਗੁਰੂ ਘਰ ਦੀਆਂ ਸੇਵਾਵਾਂ ਵਿੱਚ, ਭਾਵੇਂ ਅੱਜ ਕੋਈ ਵੀ ਇਹਨਾਂ ਦਾ ਨਿੱਜੀ ਕੰਮ ਹੋਵੇ ਪਰਿਵਾਰ ਵਿੱਚ ਜਾਂ ਕਾਰੋਬਾਰ ਵਿੱਚ, ਉਹ ਛੱਡ ਕੇ ਇੱਥੇ ਨਾਲ ਜੁੜੇ ਹਨ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰ ਦੱਸੋ ਇਹਨਾਂ ਸੇਵਾਵਾਂ ਸੰਬੰਧੀ, ਤੁਹਾਡੇ ਆਸ ਪਾਸ ਆਲੇ ਦੁਆਲੇ ਦੇ ਸਮਾਜ ਸਮੇਤ ਤੁਹਾਨੂੰ ਖੁਸ਼ੀ ਕਿਸ ਤਰ੍ਹਾਂ ਮਹਿਸੂਸ ਹੋ ਰਹੀ ਹੈ? ਸਾਨੂੰ ਖੁਸ਼ੀ, ਦੇਖੋ ਜੀ, ਬਾਬਾ ਸੁੱਖਾ ਹੋ ਜੀ ਇੱਥੋਂ ਦਾ ਬਹੁਤ ਸੇਵਾ ਕਰਾ ਰਹੇ ਆ, ਅਸੀਂ ਉਹਨਾਂ ਦੇ ਬੜੇ ਧੰਨਵਾਦੀ ਹਾਂ। ਜਿਹੜਾ ਉਹਨਾਂ ਦਾ ਬਾਬੇ ਜੈਦੇਵ ਦਾ ਜਨਮ ਸਥਾਨ ਉਹ ਇੱਥੇ ਬਣਾ ਰਿਹਾ, ਇਹਨਾਂ ਆਸ ਪਾਸ ਦੀਆਂ ਜਿੰਨੀਆਂ ਵੀ ਸੰਗਤਾਂ ਹੈ ਸਾਰੀਆਂ ਉਹਨਾਂ ਦੇ ਨਾਲ ਜੁੜੀਆਂ, ਇੱਥੋਂ ਨਿਰਸੇ ਤੋਂ ਲੈ ਕੇ ਕਲਕੱਤੇ ਤੱਕ ਸਾਰੀਆਂ ਸੰਗਤਾਂ ਉਹਨਾਂ ਦੇ ਨਾਲ ਜੁੜੀਆਂ ਹੈ। ਬਹੁਤ ਵਧੀਆ ਸਥਾਨ ਬਣ ਰਿਹਾ। ਬਹੁਤ ਬਹੁਤ ਧੰਨਵਾਦ ਜੀ। ਆਪ ਜੀ ਦਾ ਸ਼ੁਭ ਨਾਮ ਕੀ ਹੈ ਜੀ? ਜਸਵਿੰਦਰ ਸਿੰਘ ਜੀ। ਇੱਕ ਵਾਰ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਜੈਦੇਵ ਜੀ ਦੇ ਪਾਵਨ ਜਨਮ ਸਥਾਨ ਦੀ ਭੂਮੀ 'ਤੇ ਖੜ੍ਹੇ ਹਾਂ ਅਸੀਂ ਕੇਂਦੂਲੀ, ਅਤੇ ਅੱਜ ਜਿਹੜੀਆਂ ਸੇਵਾਵਾਂ ਆਰੰਭ ਹੋ ਰਹੀਆਂ ਹਨ, ਨਿਸ਼ਾਨ ਸਾਹਿਬ ਝੁੱਲਣਗੇ, ਲੰਗਰ ਦੀਆਂ ਸੇਵਾਵਾਂ ਸ਼ੁਰੂ ਹੋ ਗਈਆਂ, ਠਾਠਾਂ ਮਾਰਦੀਆਂ ਸੰਗਤਾਂ ਦਾ ਇਕੱਠ ਵੀ ਹੋ ਰਿਹਾ, ਹੁਣੇ ਦੀਵਾਨ ਵੀ ਚੱਲ ਰਹੇ ਹਨ, ਕਿਸ ਤਰ੍ਹਾਂ ਤੁਹਾਨੂੰ ਇਹ ਖੁਸ਼ੀ ਮਹਿਸੂਸ? ਇਹ ਬਹੁਤ ਮਹਾਂਪੁਰਖਾਂ ਦਾ ਬਹੁਤ ਵਧੀਆ ਉਪਰਾਲਾ ਜੀ। ਅਸੀਂ ਤਾਂ ਪੰਜਾਬ ਤੋਂ ਆਏ ਹਾਂ। ਤੁਸੀਂ ਪੰਜਾਬ ਤੋਂ ਆਏ ਹੋ ਜੀ? ਹਾਂਜੀ ਹਾਂਜੀ। ਭਗਤ ਜੈਦੇਵ ਜੀ ਦੇ ਬਾਰੇ ਪਹਿਲਾਂ ਪਤਾ ਸੀ ਤੁਹਾਨੂੰ? ਇੰਨਾ ਪਤਾ ਸੀ ਵੀ ਭਗਤ ਜੈਦੇਵ ਜੀ ਦੀ ਬਾਣੀ ਜਿਹੜੀ ਉਹ ਮਹਾਰਾਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਆ, ਕੋਈ ਜ਼ਿਆਦਾ ਨਹੀਂ ਸੀ ਪਤਾ ਵੀ ਕਿਹੜੇ ਇਲਾਕੇ ਦੇ ਆ ਕਿਸ ਤਰ੍ਹਾਂ, ਅਤੇ ਹੁਣ ਫਿਰ ਮਤਲਬ ਸੰਤਾਂ ਦੇ ਨਾਲ ਸਹਿਯੋਗ ਦੇ ਨਾਲ ਇੱਥੇ ਆਏ। ਹੁਣ ਜਦੋਂ ਵਾਪਸ ਜਾਓਗੇ ਕਿ ਉੱਥੇ ਇਸ ਇਹਨਾਂ ਸਥਾਨਾਂ ਬਾਰੇ ਪ੍ਰਚਾਰ ਕਿਸ ਤਰ੍ਹਾਂ ਕਰੋਗੇ ਤੁਸੀਂ? ਹਾਂਜੀ, ਸਾਰਿਆਂ ਨੂੰ ਦੱਸਾਂਗੇ ਜੀ, ਜਿੰਨੇ ਵੀ ਭੈਣ ਭਰਾ ਜੋ ਵੀ ਹੈ ਸੰਗਤਾਂ ਸਾਰਿਆਂ ਨੂੰ ਦੱਸਾਂਗੇ। ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਭਗਤ ਜੈਦੇਵ ਜੀ ਦੇ ਸੰਬੰਧ ਵਿੱਚ ਜਦੋਂ ਪ੍ਰਚਾਰ ਹੋਵੇਗਾ ਉਦੋਂ ਸਿੱਖ ਨਾਲ ਜੁੜਿਆ ਇੱਕ ਇਤਿਹਾਸ ਸਾਰੀਆਂ ਸੰਗਤਾਂ ਵੱਲ ਵੀ ਪਹੁੰਚੇਗਾ, ਨਾਲ ਹੀ ਇਸ ਖੁਸ਼ੀ ਦਾ ਵੀ ਇਜਾਫਾ ਹੋਏਗਾ ਕਿ ਬਾਬਾ ਸੁੱਖਾ ਸਿੰਘ ਜੀ ਦੇ ਉਹਨਾਂ ਦੀ ਜਿਹੜੀ ਸੰਪਰਦਾਇ ਹੈ ਇਹਨਾਂ ਸਥਾਨਾਂ ਨੂੰ ਖੋਜ ਕੇ ਸੇਵਾਵਾਂ ਆਰੰਭ ਕਰਾ ਰਹੀਆਂ ਹਨ ਅਤੇ ਪੰਜਾਬ ਤੋਂ ਵੀ ਸੰਗਤਾਂ ਪਰਤੀਆਂ ਹਨ। ਆਓ, ਇੱਕ ਵੀਰ ਜੀ ਹੋਰ ਸਾਡੇ ਨਾਲ ਖੜ੍ਹੇ ਹਨ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸ਼ੁਭ ਨਾਮ ਕੀ ਹੈ ਜੀ? ਭਗਵਾਨ ਸਿੰਘ। ਇੱਥੋਂ ਦੇ ਹੀ ਵਸਨੀਕ ਹੋ ਜੀ? ਹਾਂਜੀ, ਪਾਨਾਗੜ੍ਹ ਦੇ ਲੱਗ ਰਹੇ ਜੀ। ਅਤੇ ਆਲੇ ਦੁਆਲੇ ਦੀ ਸੰਗਤ ਸਮੇਤ ਇੱਥੇ ਚੱਲ ਰਹੀਆਂ ਸੰਗਤਾਂ ਦੇ ਬਾਰੇ ਜਿਹੜਾ ਵੀ ਉਤਸ਼ਾਹ ਹੈ ਤੁਸੀਂ ਆਪਣੀਆਂ ਸ਼ਬਦਾਂ ਵਿੱਚ ਕਿਸ ਤਰ੍ਹਾਂ ਜ਼ਾਹਿਰ ਕਰੋਗੇ? ਸਾਨੂੰ ਬਹੁਤ ਖੁਸ਼ੀ ਹੈ ਜੀ ਇਸ ਬਾਰੇ। ਬਹੁਤ ਖੁਸ਼ੀ? ਹਾਂਜੀ, ਬਹੁਤ ਜੀ ਖੁਸ਼ੀ ਹੈ। ਅਤੇ ਆਉਣ ਵਾਲੇ ਦਿਨਾਂ 'ਚ ਬਾਬਾ ਜੀ ਕਹਿ ਰਹੇ ਨੇ ਇੱਥੇ ਸੋਹਣਾ ਗੁਰਦੁਆਰਾ ਨਿਰਮਾਣ ਕੀਤਾ ਜਾਵੇਗਾ, ਡਿਸਪੈਂਸਰੀ, ਹਸਪਤਾਲ ਆਦਿ ਸਾਰੇ ਕੁਛ ਲੋਕ ਭਲਾਈ ਦੀਆਂ ਜਿੰਨੇ ਵੀ ਸਥਾਨ ਹਨ ਇੱਥੇ ਤੇ ਕੀਤੇ ਜਾਣਗੇ, ਉਹ ਕਿਸ ਤਰ੍ਹਾਂ ਤੁਹਾਨੂੰ ਇਹਨਾਂ ਚੀਜ਼ਾਂ ਨੂੰ ਸੁਣ ਕੇ ਲੱਗ ਰਿਹਾ? ਇਹਦੇ ਨਾਲ ਆਮ ਜਨਤਾ ਨੂੰ ਕਾਫੀ ਲਾਭ ਹੋਊਗਾ, ਜਿਹੜਾ ਲਾਗੇ ਛਾਗੇ ਆ ਪਿਛੜਿਆ ਏਰੀਆ ਹੈ ਇਹਨੂੰ ਵੀ ਕਾਫੀ ਲਾਭ ਹੋਊਗਾ। ਬਿਲਕੁਲ, ਇਹ ਗੱਲ ਸਹੀ ਕਹੀ ਹੈ। ਜਿਹੜਾ ਲਾਗੇ ਦਾ ਏਰੀਆ ਹੈ, ਸਭ ਤੋਂ ਵੱਡੀ ਗੱਲ ਹੁੰਦੀ ਹੈ ਜਦੋਂ ਵੀ ਕੋਈ ਸੇਵਾ ਅਸੀਂ ਆਰੰਭ ਕਰਦੇ ਹਾਂ, ਧੰਨ ਗੁਰੂ ਨਾਨਕ ਸਾਹਿਬ ਜੀ ਨੇ ਜੇ ਲੰਗਰ ਦੀ ਸੇਵਾ ਕੀਤੀ ਤਾਂ ਭੁੱਖੇ ਸਾਧੂਆਂ ਨੂੰ ਰਜਾਇਆ ਸੀ ਆਪਣੇ ਘਰ ਵਿੱਚੋਂ ਔਰ ਆਰੰਭ ਨਹੀਂ ਕੀਤੀ। ਲੋਕ ਭਲਾਈ ਦਾ ਅਰਥ ਹੁੰਦਾ ਕਿਸੇ ਦੀ ਮਦਦ ਕਰਨਾ, ਕਿਸੇ ਨੂੰ ਰਜਾਉਣਾ, ਕਿਸੇ ਦੀ ਜ਼ਰੂਰਤ ਨੂੰ ਪੂਰੀ ਕਰਨਾ। ਇਹੀ ਬਾਬਾ ਸੁੱਖਾ ਸਿੰਘ ਜੀ ਦਾ ਮੈਸੇਜ ਹੈ ਕਿ ਅਸੀਂ ਲੋਕ ਭਲਾਈਆਂ ਦੀਆਂ ਸੇਵਾਵਾਂ ਕਰਾਂਗੇ। ਸਾਡੇ ਨਾਲ ਇੱਕ ਹੋਰ ਵੀਰ ਜੀ ਜੁੜ ਰਹੇ ਹਨ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿ ਫਤਿਹ। ਤੁਹਾਡਾ ਸ਼ੁਭ ਨਾਮ ਕੀ ਹੈ ਵੀਰ ਜੀ? ਹਰਜੀਤ ਸਿੰਘ। ਤੁਸੀਂ ਇੱਥੋਂ ਦੇ ਹੀ ਵਸਨੀਕ ਹੋ? ਹਾਂਜੀ, ਪਾਨਾਗੜ੍ਹ ਦੇ ਅਸੀਂ ਨਾਲ ਇੱਥੇ 35 ਕਿਲੋਮੀਟਰ
ਅੱਛਾ 35 ਕਿਲੋਮੀਟਰ ਦੂਰੀ 'ਚ ਵੀਰ ਜੀ, ਇੱਥੋਂ ਦੀਆਂ ਸੇਵਾਵਾਂ 'ਚ ਤੁਸੀਂ ਜਿਸ ਤਰ੍ਹਾਂ ਜੁੜੇ ਹੋ, ਆਸ ਪਾਸ ਦਾ ਜਿਹੜਾ ਵੀ ਬੰਗਾਲੀ ਭਾਈਚਾਰਾ ਤੁਹਾਡੇ ਨਾਲ ਜੁੜਿਆ ਹੈ, ਸਨਮਾਨ ਸਹਿਤ ਸਾਡੇ ਸਿੱਖ ਭਾਈਚਾਰੇ ਨੂੰ ਅਤੇ ਸਾਡੇ ਧਰਮ ਨੂੰ ਕਿਸ ਨਜ਼ਰਾਂ ਵਿੱਚ ਦੇਖਦੇ, ਕਦੀ ਗੱਲਬਾਤ ਹੋਈ ਹੈ? ਨਹੀਂ, ਗੱਲਬਾਤ ਅਕਸਰ ਇਸ ਇਲਾਕੇ 'ਚ ਅਸੀਂ ਜੈਦੇਵ ਜਿੱਥੇ ਸਥਾਨ ਹੈ, ਜਿੱਥੇ ਇਹਨਾਂ ਦਾ ਮੰਦਰ ਭਗਤ ਜੈਦੇਵ ਜੀ ਦਾ ਜਿੱਥੇ ਸਥਾਨ ਆ, ਜਿੱਥੇ ਮੰਦਰ ਆ, ਉੱਥੇ ਆਪਣੇ ਪੌਸ ਦੇ ਮਹੀਨੇ 'ਚ ਮੇਲਾ ਵੀ ਲੱਗਦਾ ਆ, ਤਾਂ ਉੱਥੇ ਜਿੰਨੇ ਵੀ ਆਪਣੇ ਹੈਗੇ ਆ ਬੰਗਾਲੀ ਭਰਾ, ਉਹਨਾਂ ਦੇ ਨਾਲ ਅਸੀਂ ਮਨੇ ਆ ਕੇ ਮਿਲੀਦਾ ਆ, ਉਹਨਾਂ ਦਾ ਵੀ ਚੰਗੇ ਵਿਚਾਰ ਆ ਕਿ ਇਸ ਇਲਾਕੇ 'ਚ ਅਗਰ ਇੱਦਾਂ ਦਾ ਕੁਛ ਕੰਮ ਹੋਵੇ ਤਾਂ ਇੱਥੇ ਜਿਹੜੇ ਕਈ ਸਮਝ ਲਓ ਜਿਹਨਾਂ ਉਹ ਕੰਮ ਨਹੀਂ ਹੈਗਾ ਆ, ਅਗਰ ਇੱਥੇ ਕੁਛ ਚੀਜ਼ ਡੈਵਲਪ ਹੋਊਗੀ ਗੁਰਦੁਆਰਾ ਸਿੱਖ ਸਮੁਦਾਇ ਇੱਥੇ ਕੁਛ ਕਰੂਗਾ ਤਾਂ ਉਸ ਇਲਾਕੇ 'ਚ ਉਹਨਾਂ ਨੂੰ ਵੀ ਬਹੁਤ ਮਨੇ ਸਪੋਰਟ ਮਿਲੂਗੀ, ਕੰਮ ਮਿਲੂਗਾ। ਤਾਂ ਅਸੀਂ ਚਾਹੁੰਦੇ ਹਾਂ ਕਿ ਇੱਦਾਂ ਦਾ ਇੱਥੇ ਕੁਛ ਕਰੀਏ ਤਾਂ ਕਿ ਅਸੀਂ ਅੱਗੇ ਜਿਹਨਾਂ ਉਹ ਕੰਮ ਨਹੀਂ ਆ, ਜਿਹਨਾਂ ਉਹ ਖਾਣ ਲਈ ਨਹੀਂ ਆ, ਉਹਨਾਂ ਨੂੰ ਅਸੀਂ ਕੁਛ ਦੇ ਸਕੀਏ ਤਾਂ ਬਹੁਤ ਚੰਗੀ ਗੱਲ ਹੈ। ਕਿਉਂਕਿ ਤੁਸੀਂ ਤਾਂ ਜਿੱਦਾਂ ਜਾਣਦੇ ਹਾਂ ਕਿ ਹਰ ਜਗ੍ਹਾ ਮਨੇ ਸਿੱਖ ਬਿਰਾਦਰੀ ਆ ਜਿਹੜੀ ਸਾਡੀ ਮਨੇ ਸੇਵਾ ਦਾ ਕੰਮ ਹੈ ਲੰਗਰ ਦਾ, ਅਗਰ ਉਹ ਲੰਗਰ ਚੱਲੂਗਾ ਤਾਂ ਇਸ ਇਲਾਕੇ ਦੇ ਵਿੱਚ ਜਿਹੜੇ ਕਈ ਗਰੀਬ ਪਰਿਵਾਰ ਵੀ ਹੈਗੇ ਜਿਹਨਾਂ ਕੋਲ ਮਨੇ ਰੋਟੀ ਪਾਣੀ ਦਾ ਜੁਗਾੜ ਨਹੀਂ ਆ, ਹੋ ਸਕਦਾ ਉਹ ਇੱਥੇ ਸੇਵਾ ਕਰਨ ਤਾਂ ਉਹਨਾਂ ਦਾ ਵੀ ਮਨੇ ਪਰਿਵਾਰ ਦੀ। ਚਲੋ ਬਹੁਤ ਬਹੁਤ ਵਧੀਆ, ਤੁਹਾਡੇ ਵੱਲੋਂ ਇਹਨਾਂ ਸੇਵਾਵਾਂ ਵਿੱਚ ਜੁੜਨਾ ਕਿਸ ਰੂਪ ਦੇ ਵਿੱਚ ਹੈ ਜੀ? ਮੇਰੇ ਵੱਲੋਂ ਇਸ ਸੇਵਾ ਦਾ ਮਨੇ ਪਾਨਾਗੜ੍ਹ ਤੋਂ ਸਾਡੇ ਇੱਕ ਵੀਰ ਆ, ਉਹ ਜਗਰੀਤ ਸਿੰਘ ਜੀ, ਉਹ ਆਪਣੇ ਗੁਰਦੁਆਰੇ ਦੇ ਨਾਲ ਹੀ ਰਹਿੰਦੇ ਆ। ਔਰ ਮੈਂ ਐਕਚੁਅਲੀ ਇੱਕ ਪੱਤਰਕਾਰ ਹਾਂ ਪਾਨਾਗੜ੍ਹ 'ਚੋਂ, ਔਰ ਮੈਂ ਅਕਸਰ ਸੁਣਿਆ ਸੀ ਕਿ ਇੱਥੇ ਮਨੇ ਇੱਦਾਂ ਦਾ ਕੋਈ ਕੰਮ ਹੋਣ ਵਾਲਾ ਹੈ, ਉਹਨਾਂ ਨੇ ਦੱਸਿਆ। ਜੈਦੇਵ ਜੀ ਦੀ ਖੋਜ ਪੱਤਰਕਾਰਿਤਾ ਦੇ ਵਿੱਚ ਕਿਸ ਤਰ੍ਹਾਂ ਤੁਹਾਡੇ ਕੋਲ ਹੋਈ? ਕਾਰਤਾ ਦੇ ਵਿੱਚ ਖੋਜ ਇੱਦਾਂ ਹੋਈ ਕਿ ਅਸੀਂ ਵੀ ਇਤਿਹਾਸ ਨੂੰ ਪੜ੍ਹਿਆ, ਹੈ ਨਾ, ਪਿੱਛੇ ਅਸੀਂ ਜਾਣਿਆ ਕਿ ਇੱਥੇ ਹੁਣ ਜਿੱਦਾਂ ਤੁਸੀਂ ਦੱਸਿਆ ਕਿ ਇੱਕ ਡਿਸਪਿਊਟ ਦੇ ਵਿੱਚ ਆ, ਕੋਈ ਪੂਰੀ 'ਚ ਕਹਿੰਦਾ ਹੈ, ਕੋਈ ਕਹਿੰਦਾ ਇੱਥੇ ਜਨਮ ਹੋਇਆ, ਤਾਂ ਖੈਰ ਅਸੀਂ ਉਸ ਗੱਲਾਂ 'ਚ ਪਿੱਛੇ ਨਹੀਂ ਜਾਵਾਂਗੇ, ਲੇਕਿਨ ਅਸੀਂ ਇੱਥੇ ਆ ਕੇ ਇਸ ਇਲਾਕੇ ਦਾ ਦੌਰਾ ਕਰਕੇ ਇੱਥੇ ਜਿਹੜੇ ਪੁਰਾਣੇ ਬੰਦੇ ਉਹਨਾਂ ਨੂੰ ਮਿਲ ਕੇ ਪਤਾ ਕੀਤਾ ਤਾਂ ਉਹ ਦੱਸਦੇ ਕਿ ਨਹੀਂ, ਇੱਥੇ ਹੀ ਉਹਨਾਂ ਨੇ ਆਪਣੀ ਅੰਤਿਮ ਜਿਹੜੇ ਸੀਗੇ ਦਿਨ ਬਿਤਾਏ, ਗੀਤ ਗੋਬਿੰਦ ਦੀ ਰਚਨਾ ਕੀਤੀ, ਅੰਤਿਮ ਅਧਿਆਇ ਦਾ ਇੱਥੇ ਉਹਨਾਂ ਨੇ ਪੂਰਾ ਕੀਤਾ, ਮਨੇ ਸਾਕਸ਼ਾਤ ਜਿੱਦਾਂ ਕਿ ਇਤਿਹਾਸ ਦੱਸਦਾ ਉਹਨੂੰ ਕ੍ਰਿਸ਼ਨ ਜੀ ਨੇ ਦਰਸ਼ਨ ਦਿੱਤੇ ਤਾਂ ਉਹਨੂੰ ਪੂਰਾ ਕੀਤਾ ਗਿਆ। ਇਸ ਲਈ ਇਸ ਇਲਾਕੇ 'ਚ ਆਉਣਾ ਜਾਣਾ ਰਹਿੰਦਾ, ਇੱਥੇ ਬੰਦਿਆਂ ਨਾਲ ਮਿਲਦੇ ਹਾਂ ਤਾਂ ਕੁਛ ਜਾਣਕਾਰੀ ਮਿਲਦੀ ਰਹਿੰਦੀ ਹੈ। ਅਸੀਂ ਸੰਗਤਾਂ ਨੂੰ ਦੱਸਣਾ ਚਾਹਾਂਗੇ ਕਿ ਭਗਤ ਜੈਦੇਵ ਜੀ ਦੇ ਜੀਵਨ ਅਤੇ ਜਨਮ ਸਥਾਨ ਬਾਰੇ ਜਿਹੜੀਆਂ ਗੱਲਾਂ ਹਨ ਇਹ ਮੈਥੋਲੋਜੀਕਲ ਨਹੀਂ ਹਨ, ਇੱਥੇ ਆਣ ਕੇ ਪਤਾ ਚੱਲਦਾ ਹੈ ਇਹ ਇਤਿਹਾਸ ਸੱਚਾ ਹੈ, ਸੱਚ ਨਾਲ ਜੁੜਿਆ ਹੈ। ਸਾਡਾ ਸਿੱਖ ਸਮਾਜ ਵੀ ਇਹੀ ਗੱਲ ਕਹਿ ਗਿਆ, ਹੁਣੇ ਸਾਰਿਆਂ ਦੇ ਬਿਆਨ ਸੁਣੇ, ਇੱਥੋਂ ਦੇ ਆਲੇ ਦੁਆਲੇ ਦਾ ਜਿਹੜਾ ਬੰਗਾਲੀ ਸਮਾਜ ਹੈ ਉਹ ਵੀ ਇਹ ਗੱਲ ਕਹਿੰਦਾ ਹੈ। ਦੇਖੋ ਅਸੀਂ ਸੇਵਾਵਾਂ ਨੂੰ ਜਦੋਂ ਦਿਖਾਉਂਦੇ ਹਾਂ, ਸਾਡੀਆਂ ਮਾਤਾਵਾਂ ਭੈਣਾਂ ਬੀਬੀਆਂ ਭਾਵੇਂ ਆਪਣੇ ਘਰਾਂ ਵਿੱਚ ਇਹ ਵੱਡੀਆਂ ਵੱਡੀਆਂ ਜ਼ਿੰਮੇਵਾਰੀਆਂ ਸੰਭਾਲਦੀਆਂ ਹਨ, ਭਾਵੇਂ ਪਰਿਵਾਰਕ ਜ਼ਿੰਮੇਵਾਰੀਆਂ ਸੰਭਾਲਦੀਆਂ ਹਨ, ਆਪਣੇ ਬੱਚਿਆਂ ਨੂੰ ਵੱਡੇ ਕੀਤਾ ਹਨ, ਲੇਕਿਨ ਜਦੋਂ ਸੇਵਾ ਦੀ ਗੱਲ ਆਉਂਦੀ ਹੈ ਉਦੋਂ ਸਾਰਾ ਸਟੇਟਸ ਆਪਣੀ ਜੀਵਨ ਦਾ, ਭਾਵੇਂ ਘਰਾਂ ਵਿੱਚ ਜੋ ਵੀ ਮਾਣ ਸਨਮਾਨ ਜਾਂ ਵੱਡਾ ਅਹੁਦਾ ਹੋਵੇ, ਸੇਵਾ ਵਿੱਚ ਹੇਠਾਂ ਜ਼ਮੀਨ 'ਤੇ ਬੈਠ ਕੇ ਜਦੋਂ ਸਿੱਖ ਧਰਮ ਦੀਆਂ ਸੇਵਾਵਾਂ ਵਿੱਚ ਬੀਬੀਆਂ ਮਾਤਾਵਾਂ ਜੁੜਦੀਆਂ ਹਨ, ਉਦੋਂ ਲੱਗਦਾ ਹੈ ਇਹ ਗੁਰੂ ਦੇ ਹੀ ਪਰਿਵਾਰ ਹਨ। ਗੁਰੂ ਦੀਆਂ ਖੁਸ਼ੀਆਂ ਨੂੰ ਜਿਸ ਤਰ੍ਹਾਂ ਘਰ ਵਿੱਚ ਕੋਈ ਮਹਿਮਾਨ ਆਵੇ ਲੰਗਰ ਦੀ ਪ੍ਰਸ਼ਾਦੇ ਬਣਾਉਂਦੇ ਹਨ, ਉਸੇ ਤਰ੍ਹਾਂ ਇਹਨਾਂ ਨੂੰ ਗੁਰੂ ਘਰ ਦੇ ਵਿੱਚ ਜੁੜ ਕੇ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ। ਅੱਜ ਸੰਗਤਾਂ ਮਹਿਮਾਨ ਰੂਪ 'ਚ ਆ ਰਹੀਆਂ ਹਨ ਅਤੇ ਤਪਦੀ ਗਰਮੀ ਦੇ ਵਿੱਚ ਦੇਖੋ ਚੁੱਲ੍ਹੇ ਦੇ ਸਨਮੁੱਖ ਅੰਗੀਠੇ ਦੇ ਸਾਹਮਣੇ ਬੈਠ ਕੇ ਬੇਪਰਵਾਹ ਹੋ ਕੇ ਕਿੰਨੀ ਗਰਮੀ ਲੱਗਦੀ ਹੈ, ਕੋਈ ਪਰਵਾਹ ਨਹੀਂ ਹੈ। ਖੁਦ ਬਾਬਾ ਜੀ ਵੀ ਬਿਲਕੁਲ ਅੰਗੀਠਾ ਸਾਹਿਬ ਦੇ ਸਾਹਮਣੇ ਬੈਠੇ ਹਨ ਅਤੇ ਪ੍ਰਸ਼ਾਦੇ ਸੇਕ ਰਹੇ ਹਨ, ਪਰ ਇਹ ਗਰਮੀ ਅਤੇ ਤਾਪ ਦਾ ਕੋਈ ਅਸਰ ਨਹੀਂ ਹੈ, ਬਲਕਿ ਇਹ ਗਰਮੀ ਅਤੇ ਤਾਪ ਮੇਰੇ ਖਿਆਲ ਨਾਲ ਉਹਨਾਂ ਨੂੰ ਖੁਸ਼ੀ ਦੀ ਠੰਡਕ ਮਹਿਸੂਸ ਕਰਾ ਰਹੀ ਹੈ। ਸਾਧ ਸੰਗਤ ਜੀ, ਇਹ ਪਿਆਰ ਅਤੇ ਇਹ ਪਿਆਰ ਦਾ ਜਿਹੜਾ ਇਜ਼ਹਾਰ ਅਤੇ ਅਸੀਂ ਸਬੂਤਨਾਮਾ ਅਸੀਂ ਆਪ ਜੀ ਦੇ ਸਨਮੁੱਖ ਦਿਖਾਇਆ ਹੈ, ਨਾਲ ਹੀ ਨਾਲ ਸਾਧ ਸੰਗਤ ਨੂੰ ਇੱਕ ਜਾਣਕਾਰੀ ਦੇ ਦਈਏ ਹੋਰ। ਅੱਜ ਉਹ ਪਿੱਛੇ ਦੇਖ ਰਿਹਾ ਨਿਸ਼ਾਨ ਸਾਹਿਬ ਦੇਖ ਰਹੇ ਹੋ ਜੀ, ਉਹ ਨਿਸ਼ਾਨ ਸਾਹਿਬ ਇੱਥੇ ਸਥਾਪਿਤ ਕੀਤਾ ਜਾਵੇਗਾ, ਥੋੜ੍ਹੀ ਦੇਰ 'ਚ ਫਿਰ ਅਸੀਂ ਲਾਈਵ ਹੋਵਾਂਗੇ ਅਤੇ ਉਹਨਾਂ ਨਿਸ਼ਾਨ ਸਾਹਿਬ ਦੇ ਬਾਰੇ ਵੀ ਆਪ ਜੀ ਨੂੰ ਜਾਣਕਾਰੀ ਦੇਵਾਂਗੇ ਕਿ ਜਿੱਥੇ ਨਿਸ਼ਾਨ ਸਾਹਿਬ ਸਥਾਪਿਤ ਹੁੰਦਾ ਉੱਥੇ ਇਸ ਕੇਵਲ ਇੱਕ ਅਰਥ ਹੁੰਦਾ ਕਿ ਇਸ ਧਰਤੀ 'ਤੇ ਘਰ ਦਾ ਮਾਲਕ ਕੋਈ ਮਨੁੱਖ ਨਹੀਂ ਹੈ, ਉਹ ਕੇਵਲ ਅਤੇ ਕੇਵਲ ਵਾਹਿਗੁਰੂ ਹੈ। ਇਹ ਨਿਸ਼ਾਨ ਸਾਹਿਬ ਸਥਾਪਿਤ ਕਰਕੇ ਬਾਬਾ ਸੁੱਖਾ ਸਿੰਘ ਜੀ ਸਾਰੀਆਂ ਆਲੇ ਦੁਆਲੇ ਦੇ ਵਸਨੀਕਾਂ ਨੂੰ ਮੈਸੇਜ ਦੇਣਾ ਚਾਹੁੰਦੇ ਹਨ ਕਿ ਇੱਥੇ ਜੇ ਗੁਰੂ ਘਰ ਵੀ ਬਣ ਗਿਆ ਉਹ ਕਿਸੇ ਮਨੁੱਖ ਦਾ ਨਹੀਂ ਹੈ, ਉਹ ਸਿਰਫ ਅਤੇ ਸਿਰਫ ਪ੍ਰਭੂ ਪਰਮਾਤਮਾ ਵਾਹਿਗੁਰੂ ਦਾ ਹੈ। ਇਸੇ ਲਈ ਬਾਬਾ ਜੀ ਨੇ
ਗੁਰੂ ਘਰ ਦੀ ਉਸ ਰੀਤ ਰਵਾਇਤ ਨੂੰ ਇੱਥੇ ਸਥਾਪਿਤ ਕਰਕੇ ਸੇਵਾਵਾਂ ਆਰੰਭ ਕੀਤੀਆਂ ਹਨ। ਅਸੀਂ ਬਹੁਤ ਧੰਨਵਾਦ ਕਰਾਂਗੇ ਬਾਬਾ ਜੀ ਦੀਆਂ ਸਾਰੀਆਂ ਸੋਚਾਂ ਦਾ, ਬਾਬਾ ਜੀ ਦੇ ਫੈਸਲਿਆਂ ਦਾ, ਅਤੇ ਜੋ ਉਹਨਾਂ ਨੇ ਸਾਂਝੀ ਵਾਲਤਾ ਦੇ ਲਈ ਤਿਆਰੀਆਂ ਕੀਤੀਆਂ ਹਨ। ਕਿਉਂਕਿ ਜਿੱਥੇ ਨਿਸ਼ਾਨ ਸਾਹਿਬ ਝੂਲਦਾ ਉੱਥੇ ਕਿਸੇ ਦਾ ਦਾਵਾ ਨਹੀਂ ਹੋ ਸਕਦਾ, ਉਹਨੂੰ ਕੋਈ ਡੇਰਾ ਨਹੀਂ ਕਹਿ ਸਕਦਾ, ਉਹਨੂੰ ਕੋਈ ਇਹ ਨਹੀਂ ਕਹਿ ਸਕਦਾ ਵੀ ਇੱਥੇ ਕੋਈ ਗੁਰੂ ਡੰਮ ਚਲਾਇਆ ਜਾਂਦਾ ਹੈ। ਅਸੀਂ ਬਾਬਾ ਸੁੱਖਾ ਸਿੰਘ ਜੀ ਨੂੰ ਇਸ ਗੱਲ ਲਈ ਵੀ ਧੰਨਵਾਦ ਕਰਾਂਗੇ ਕਿ ਜਿਹੜੀਆਂ ਸੰਗਤਾਂ ਇੱਥੇ ਇਕੱਠੀਆਂ ਹੋਈਆਂ ਹਨ ਇਹਨਾਂ ਦੇ ਪਿਆਰ ਵਿੱਚ ਜੁੜ ਕੇ ਆਈਆਂ ਹਨ। ਕਿਉਂ? ਕਿਉਂਕਿ ਇੱਥੇ ਕੋਈ ਵੀ ਇੱਕ ਸਿੱਖ ਪਰਿਵਾਰ ਵੀ ਨਹੀਂ ਰਹਿੰਦਾ। ਇਹਨਾਂ ਨੇ, ਹੋ ਸਕਦਾ ਕਿ ਪਿਛਲੇ ਦਿਨਾਂ ਤੋਂ ਸ਼ਹਿਰ ਵਿੱਚ ਜਾ ਕੇ ਇਹਨਾਂ ਸੰਗਤਾਂ ਦੇ ਨਾਲ ਜੁੜ ਕੇ ਇਹ ਸਾਰੇ ਸੰਪਰਕ ਸਥਾਪਿਤ ਕੀਤੇ ਹਨ। ਇਸ ਲਈ ਮਹਾਂਪੁਰਸ਼ ਹਮੇਸ਼ਾ ਦੁਨੀਆ ਦੇ ਵਿੱਚ ਚਾਹੀਦੇ ਹਨ। ਮਹਾਂਪੁਰਸ਼ ਵਾਹਿਗੁਰੂ ਦੇ ਵਿਚਕਾਰ ਉਹ ਕੜੀ ਹੁੰਦੀ ਹੈ ਜਿਹੜੀ ਮਨੁੱਖਤਾ ਨੂੰ ਭਗਤ ਬਣਾ ਕੇ ਵਾਹਿਗੁਰੂ ਦੇ ਨਾਲ ਪ੍ਰੀਤ ਬਣਾ ਕੇ ਜੋੜਦੀ ਹੈ, ਸੇਵਾ ਦੇ ਕੇ ਜੋੜਦੀ ਹੈ, ਦਾਨ ਪੁੰਨ ਕਰਾ ਕੇ ਜੋੜਦੀ ਹੈ। ਇਹ ਮਹਾਂਪੁਰਸ਼ ਹੀ ਰਸਤੇ 'ਤੇ ਪਾਉਂਦੇ ਹਨ। ਅਸੀਂ ਥੋੜ੍ਹੀ ਦੇਰ ਬਾਅਦ ਫਿਰ ਇੱਕ ਵਾਰ ਹਾਜ਼ਰ ਹੋਵਾਂਗੇ। ਉਦੋਂ ਤੱਕ ਦੇ ਲਈ ਇਜਾਜ਼ਤ ਚਾਹੁੰਦੇ ਹਾਂ। ਕਿਰਨਜੀਤ ਸਿੰਘ ਕਲਕੱਤੇ ਤੋਂ, ਅਕਾਲ ਚੈਨਲ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਫਿਰ ਅਸੀਂ ਫਤਿਹ ਦੀ ਸਾਂਝ ਕਰਦੇ ਹਾਂ ਅਤੇ ਜੋੜ ਰਹੇ ਹਾਂ ਬੰਗਾਲ ਦੀ ਉਸ ਧਰਤੀ 'ਤੇ ਜਿੱਥੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 15ਵੀਂ ਸਦੀ ਵਿੱਚ ਪਹੁੰਚੇ ਸਨ। 15ਵੀਂ ਸਦੀ ਵਿੱਚ ਗੁਰੂ ਸਾਹਿਬ ਜੀ ਨੇ ਆਪਣੀ ਉਦਾਸੀ ਦੇ ਦੌਰਾਨ ਇੱਥੇ ਕੇਂਦੁਲੀ ਇਸ ਸਥਾਨ 'ਤੇ ਪਹੁੰਚੇ ਸਨ ਜਿੱਥੇ ਭਗਤ ਜੈਦੇਵ ਜੀ ਦਾ ਪਵਿੱਤਰ ਜਨਮ ਸਥਲ ਹੈ। ਗੁਰੂ ਸਾਹਿਬ ਜੀ ਤੋਂ 3 ਸਦੀਆਂ ਪਹਿਲਾਂ ਅਰਥਾਤ 300 ਸਾਲ ਪਹਿਲਾਂ ਇਸ ਸਥਾਨ 'ਤੇ ਭਗਤ ਜੈਦੇਵ ਜੀ ਦਾ ਜਨਮ ਪ੍ਰਕਾਸ਼ ਹੋਇਆ ਸੀ। 15ਵੀਂ ਸਦੀ ਦੇ ਵਿੱਚ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਅਸਥਾਨ 'ਤੇ ਆ ਕੇ ਆਪਣੇ ਅਲੌਕਿਕ ਗਿਆਨ ਦੇ ਦੁਆਰਾ ਉਹਨਾਂ ਨੂੰ ਪਤਾ ਸੀ ਕਿ ਇਹਨਾਂ ਇਸ ਸਥਾਨ 'ਤੇ ਕਿਸੇ ਭਗਤ ਦਾ ਜਨਮ ਹੋਇਆ ਹੈ। ਇੱਥੇ ਪੁੱਜ ਕੇ ਉਹਨਾਂ ਨੇ ਭਗਤ ਜੈਦੇਵ ਜੀ ਦੀਆਂ ਪਾਵਨ 2 ਰਚਨਾਵਾਂ ਜਿਹੜੀਆਂ ਹਨ ਉਸਦਾ ਉਤਾਰਾ ਕੀਤਾ ਅਤੇ ਆਪਣੇ ਨਾਲ ਕਰਤਾਰਪੁਰ ਸਾਹਿਬ ਵਾਪਸੀ ਵੇਲੇ ਲੈ ਗਏ। ਗੁਰੂ ਸਾਹਿਬ ਜੀ ਇੱਥੋਂ ਚੱਲਦੇ ਹੋਏ ਬੰਗਾਲ ਦੀ ਦੂਸਰੇ ਛੋਰ 'ਤੇ ਪਹੁੰਚੇ। ਦਮਦਮ, ਜਿੱਥੇ ਦਮਦਮ ਗੁਰਦੁਆਰਾ ਹੈ, ਉੱਥੋਂ ਹੁੰਦੇ ਹੋਏ ਗੁਰੂ ਸਾਹਿਬ ਪੁਰੀ ਦੀ ਧਰਤੀ ਪਹੁੰਚੇ, ਉੱਥੇ ਆਰਤੀ ਦਾ ਉਚਾਰਨ ਕੀਤਾ ਅਤੇ ਵਾਪਸੀ ਗੁਰੂ ਸਾਹਿਬ ਕਰਤਾਰਪੁਰ ਸਾਹਿਬ ਚਲੇ ਗਏ। ਅਸੀਂ ਸਾਧ ਸੰਗਤ ਨੂੰ ਜਾਣਕਾਰੀ ਦੇਣਾ ਚਾਹੁੰਦੇ ਹਾਂ। ਅਸੀਂ ਦੇਖ ਰਹੇ ਹਾਂ ਕਿ ਇਹ ਨਿਸ਼ਾਨ ਸਾਹਿਬ ਹੈ ਜਿਸ ਦੀ ਸਥਾਪਨਾ ਭਗਤ ਜੈਦੇਵ ਜੀ ਦੇ ਜਨਮ ਸਥਾਨ 'ਤੇ ਕੀਤੀ ਜਾ ਰਹੀ ਹੈ। ਇੱਥੇ ਇੱਕ ਸੋਹਣਾ ਗੁਰਦੁਆਰਾ ਨਿਰਮਾਣ ਕੀਤਾ ਜਾ ਰਿਹਾ ਹੈ। ਸੋਹਣੇ ਗੁਰਦੁਆਰੇ ਦੇ ਨਾਲ ਅੱਜ ਲੰਗਰ ਹਾਲ ਵੀ ਸਥਾਪਨਾ ਹੋਈ ਹੈ। ਅੱਜ ਤੋਂ ਲੰਗਰਾਂ ਦੀ ਸੇਵਾ ਵੀ ਸ਼ੁਰੂ ਹੋ ਚੁੱਕੀ ਹੈ। ਸੰਪਰਦਾਇ ਕਾਰ ਸੇਵਾ ਸਰਹਾਲੀ ਵਾਲੇ ਬਾਬਾ ਤਾਰਾ ਸਿੰਘ ਜੀ ਅਤੇ ਬਾਬਾ ਚਰਨ ਸਿੰਘ ਜੀ ਅਤੇ ਮੌਜੂਦਾ ਉਹਨਾਂ ਦੇ ਮੁਖੀ ਬਾਬਾ ਸੁੱਖਾ ਸਿੰਘ ਜੀ, ਦੇਖੋ ਉਸ ਸਥਾਨ 'ਤੇ ਨਿਸ਼ਾਨ ਸਾਹਿਬ ਜੀ ਦੀ ਇਹ ਜਿਹੜੀ ਪਵਿੱਤਰ ਜਿਹੜੀ ਬੋਡੀ ਹੈ ਇਸ ਨੂੰ ਧੋਤਾ ਜਾ ਰਿਹਾ ਹੈ, ਸਾਫ਼ ਕੀਤਾ ਜਾ ਰਿਹਾ ਹੈ ਅਤੇ ਉਸ ਦੇ ਨਾਲ ਅਸੀਂ ਕੈਮਰੇ ਰਾਹੀਂ ਦਿਖਾਵਾਂਗੇ ਵੀ ਭਗਤ ਜੈਦੇਵ ਜੀ ਦੇ ਨਾਮ 'ਤੇ ਇੱਕ ਮੰਦਰ ਵੀ ਇੱਥੇ ਹੈ ਜਿਹੜਾ ਅਜੇ ਨਦੀ ਦੇ ਕਿਨਾਰੇ 'ਤੇ ਸਥਾਪਿਤ ਹੈ। ਉੱਥੋਂ ਦੇ ਸਨਮਾਨਯੋਗ ਪੁਜਾਰੀ ਜਿਹੜੇ ਉੱਥੇ ਭਗਤ ਜੈਦੇਵ ਜੀ ਦੇ ਮੰਦਰ ਦੀ ਸੇਵਾ ਸੰਭਾਲ ਕਰਦੇ ਹਨ ਉਹ ਵੀ ਇੱਥੇ ਸਿੱਖ ਧਰਮ ਦੀਆਂ ਇਹਨਾਂ ਸੇਵਾਵਾਂ ਵਿੱਚ ਸ਼ਾਮਿਲ ਹੋਏ ਹਨ ਅਤੇ ਸ਼ਾਮਿਲ ਹੋ ਕੇ ਨਿਸ਼ਾਨ ਸਾਹਿਬ ਜੀ ਦੀ ਸੇਵਾ ਕਰ ਰਹੇ ਹਨ। ਝੂਲ 'ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ, ਪੰਥ ਮਹਾਰਾਜ ਜੀ ਦੇ ਇਹ ਨਿਸ਼ਾਨ ਸਾਹਿਬ ਜਿਹੜੇ ਹਨ ਅੱਜ ਇੱਥੇ ਝੂਲਣਗੇ। ਅੱਜ ਤੋਂ ਸਥਾਈ ਸਿੱਖ ਘਰਾਣੇ ਦਾ ਇੱਥੇ ਨਿਵਾਸ ਹੋਵੇਗਾ। ਸਤਿਕਾਰਯੋਗ ਸਤਿ ਸੰਗਤ ਜੀ, ਇੱਕ ਗੱਲ ਦੱਸ ਦਈਏ ਕਿ ਜਿਨ੍ਹਾਂ ਮਹਾਂਪੁਰਸ਼ਾਂ ਨੇ ਗੁਰੂ ਕੇ ਘਰਾਂ ਦੀ ਸੇਵਾਵਾਂ ਕੀਤੀਆਂ ਅਤੇ ਜਿੱਥੇ ਨਿਸ਼ਾਨ ਸਾਹਿਬ ਚੁਲਾਏ ਉਹ ਇੱਕ ਇਤਿਹਾਸਿਕ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਮਨੋਰਥ ਹੈ। ਉਹ ਮਨੋਰਥ ਇਸ ਲਈ ਹੈ ਕਿ ਜਿਸ ਸਥਾਨ 'ਤੇ ਨਿਸ਼ਾਨ ਸਾਹਿਬ ਸਥਾਪਿਤ ਹੁੰਦੇ ਹਨ ਉੱਥੇ ਇਹ ਗੱਲ ਦੱਸੀ ਜਾਂਦੀ ਹੈ ਕਿ ਇਸ ਸਥਾਨ ਦਾ ਮਾਲਕ ਕੋਈ ਮਨੁੱਖ ਨਹੀਂ ਹੈ, ਅਕਾਲ ਪੁਰਖ ਆਪ ਹੈ ਅਤੇ ਸਾਂਝਾ ਸਥਾਨ ਹੈ। ਤੁਸੀਂ ਇੱਥੇ ਆ ਕੇ ਆਪਣਾ ਆਸਰਾ ਲੈ ਸਕਦੇ ਹੋ, ਸਥਾਈ ਤੌਰ 'ਤੇ ਠਹਿਰ ਸਕਦੇ ਹੋ, ਲੰਗਰ ਆਦਿ ਜੇ ਤੁਹਾਨੂੰ ਛਕਣਾ ਹੋਵੇ ਤੁਹਾਨੂੰ ਉਹ ਵੀ ਸੇਵਾਵਾਂ ਮਿਲਣਗੀਆਂ। ਸਿੱਖ ਧਰਮ ਦੀ ਇਸ ਵਿਸ਼ੇਸ਼ਤਾ ਅਤੇ ਇਹ ਜਿਹੜਾ ਇਤਿਹਾਸਿਕ ਸਾਡਾ ਉਪਰਾਲਾ ਹੈ ਅੱਜ ਪ੍ਰਤੱਖ ਤੁਹਾਨੂੰ ਵੇਖਣ ਨੂੰ ਮਿਲ ਰਿਹਾ ਹੈ। ਇਹ ਜਿਹੜੀ ਸੰਗਤ ਹੈ, ਇੱਕ ਵਾਰ ਮੈਂ ਕੈਮਰੇ ਨੂੰ ਕਹਾਂਗਾ ਆਲੇ ਦੁਆਲੇ ਦੀ ਸੰਗਤ ਨੂੰ ਵੀ ਇੱਕ ਵਾਰ ਦਿਖਾਉਣ ਨੂੰ, ਇੱਥੇ ਕੋਈ ਵੀ ਸੰਗਤ ਨਹੀਂ ਰਹਿੰਦੀ, ਸਾਰੀ ਸੰਗਤ ਦੂਰੋਂ ਨੇੜਿਓਂ ਆਈ ਹੈ ਅਤੇ ਸਾਰੀ ਪਿਆਰ ਦੇ ਨਾਲ ਖਿੱਚ ਕੇ ਆਪਣੇ ਗੁਰੂ ਘਰ ਦੇ ਪਿਆਰ ਦੇ ਨਾਲ, ਪਾਵਨ ਸਥਾਨ ਦੇ ਪਿਆਰ ਦੇ ਨਾਲ, ਭਗਤ ਜੈਦੇਵ ਜੀ ਦੇ ਪਿਆਰ ਦੇ ਵਿੱਚ ਖਿੱਚ ਕੇ ਇੱਥੇ ਪਹੁੰਚੀ ਹੈ ਅਤੇ ਇਹ ਸਾਰੀ ਜਿਹੜੀਆਂ ਸੇਵਾਵਾਂ ਹਨ ਇਹਦੇ ਵਿੱਚ ਸਾਰੀ ਸੰਗਤ ਅੱਜ ਇਕੱਤਰ ਹੋਈ ਹੈ। ਇੰਝ ਲੱਗਦਾ ਹੈ ਕਿ ਜਿਸ ਤਰ੍ਹਾਂ ਵਿਸਾਖੀ ਦਾ ਸ਼ੁਭ ਦਿਹਾੜਾ ਇੱਥੇ ਹੀ ਮਨਾਇਆ ਜਾ ਰਿਹਾ ਹੋਵੇ ਅਤੇ ਜਿਸ ਤਰ੍ਹਾਂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਵਿਖੇ
ਵਿਸਾਖੀ ਦੀ ਸਿਰਜਣਾ ਵੇਲੇ ਖਾਲਸਾ ਧਰਮ ਦੀ ਸਾਜਨਾ ਕੀਤੀ ਸੀ, ਉਸੇ ਤਰ੍ਹਾਂ ਮਾਨੋ ਜਾਪਦਾ ਹੈ ਕਿ ਇੱਥੇ ਨਿਸ਼ਾਨ ਸਾਹਿਬ ਸਥਾਪਿਤ ਕਰਕੇ ਇੱਕ ਨਵੇਂ ਇਤਿਹਾਸ ਦੀ ਸਿਰਜਣਾ ਇੱਥੇ ਕੀਤੀ ਜਾ ਰਹੀ ਹੈ। ਮੈਂ ਇੱਕ ਵਾਰ ਹੌਲੀ ਹੌਲੀ ਕੈਮਰੇ ਦੇ ਨਾਲ ਅੱਗੇ ਆਉਣਾ ਚਾਹਾਂਗਾ, ਸਾਨੂੰ ਕਿਰਪਾ ਕਰਕੇ ਰਸਤਾ ਦਿਓ ਤਾਂ ਕਿ ਬਾਬਾ ਸੁੱਖਾ ਸਿੰਘ ਜੀ ਦੇ ਚੱਲ ਰਹੀਆਂ ਸੇਵਾਵਾਂ ਦੇ ਅਸੀਂ ਕੈਮਰੇ ਦੇ ਰਾਹੀਂ ਸੰਗਤਾਂ ਨੂੰ ਸਾਰਾ ਦਰਸ਼ਨ ਕਰਾਵਾਂਗੇ ਕਿ ਕਿਸ ਤਰ੍ਹਾਂ ਬਾਬਾ ਜੀ ਇਹ ਸਾਰੀਆਂ ਸੇਵਾਵਾਂ ਨੂੰ ਨੇਪੜੇ ਚਾੜ ਰਹੇ ਹਨ। ਅਤੇ ਨਾਲ ਜਿਹੜੀ ਸੰਗਤ ਹੈ ਇੱਥੇ ਵੀ ਅਸੀਂ ਕੈਮਰੇ ਦੇ ਨਾਲ ਦਿਖਾਉਣਾ ਚਾਹਾਂਗੇ ਨਿਸ਼ਾਨ ਸਾਹਿਬਾਂ ਦੀ ਇਹਨਾਂ ਸੇਵਾਵਾਂ ਨੂੰ ਕਿਸ ਤਰ੍ਹਾਂ ਮੁਕੰਮਲ ਕੀਤਾ ਜਾ ਰਿਹਾ ਹੈ। ਸਤਿਕਾਰਯੋਗ ਸਾਧ ਸੰਗਤ ਜੀ, ਇਹ ਵੱਡਾ ਨਿਸ਼ਾਨ ਸਾਹਿਬ ਲੋਹੇ ਦਾ ਬਣਿਆ ਹੋਇਆ ਹੈ, ਇਸ ਦੇ ਬਾਰੇ ਜੋ ਜਾਣਕਾਰੀ ਮਿਲੀ ਹੈ, ਮਿਸਤਰੀ ਸਿੰਘ ਬਾਬਾ ਜੀ ਦੇ ਨਾਲ ਇੱਥੇ ਪਹੁੰਚੇ ਸਨ, ਇੱਥੇ ਰਹੇ ਸਨ, ਇੱਥੇ ਆਣ ਕੇ ਉਹਨਾਂ ਨੇ ਜਗ੍ਹਾ ਦਾ ਜਿਹੜਾ ਹੈ ਮੇਜ਼ਰਮੈਂਟ ਕੀਤਾ ਅਤੇ ਸਾਰਾ ਸਰਵੇ ਕੀਤਾ, ਕਿੰਨਾ ਲੋਹਾ, ਕਿੰਨੀ ਹਾਈਟ, ਕਿਸ ਤਰ੍ਹਾਂ ਇਹਦੀ ਬੇਸ ਬਣਾਈ ਜਾਵੇਗੀ, ਉੱਥੇ ਨੀਂਵ ਵੀ ਬਣਾਈ ਹੋਈ ਹੈ। ਅਤੇ ਇਹ ਨਿਸ਼ਾਨ ਸਾਹਿਬ ਵੈਕਿਊਮ ਪ੍ਰੈਸ਼ਰ ਦੇ ਨਾਲ ਸਟੈਂਡ ਬਾਈ ਕੀਤਾ ਜਾਏਗਾ, ਖੜ੍ਹਾ ਹੋ ਜਾਏਗਾ ਆਪਣੇ ਆਸਰੇ ਉੱਤੇ ਆਪ। ਇਸ ਦੇ ਲਈ ਆਧੁਨਿਕ ਜਿਹੜੀ ਤਕਨੀਕ ਹੈ ਉਹਦਾ ਇਸਤੇਮਾਲ ਕੀਤਾ ਗਿਆ ਹੈ। ਜਿਸ ਵੇਲੇ ਇਹ ਨਿਸ਼ਾਨ ਸਾਹਿਬ ਇੱਥੇ ਆਕਾਸ਼ ਨੂੰ ਛੁੰਦਾ ਹੋਇਆ ਖੜ੍ਹਾ ਹੋਵੇਗਾ, ਉਹ ਵੀ ਆਪ ਜੀ ਨੂੰ ਦਿਖਾਵਾਂਗੇ। ਮੌਜੂਦਾ ਜਿਹੜੀਆਂ ਚੱਲ ਰਹੀਆਂ ਸੇਵਾਵਾਂ ਦੇ ਵਿੱਚ ਆਪ ਜੀ ਦੇਖ ਰਹੇ ਹੋ, ਇੱਕ ਲਾਈਟ ਦਾ ਵੀ ਪ੍ਰਬੰਧ ਕੀਤਾ ਗਿਆ ਹੈ, ਉਹਦੇ ਨਾਲ ਇੱਕ ਤਾਰ ਲੱਗੀ ਹੋਈ ਹੈ। ਜਿਹੜੇ ਸਿੰਘ ਦੇਖੋ ਇੱਥੇ ਸੇਵਾ ਕਰ ਰਹੇ ਹਨ, ਉਹ ਅੱਗੇ ਅੱਗੇ ਇਸ ਦੀ ਸਾਰੀ ਜਿਹੜੀ ਬਣਤਰ ਹੈ, ਨਿਰਮਾਣ ਹੈ, ਉਹਦੇ ਵਿੱਚ ਜੁੜੇ ਹੋਏ ਹਨ। ਅਤੇ ਬੜੇ ਚਾਅ ਦੇ ਨਾਲ ਸਾਰੀ ਸਿੱਖ ਸੰਗਤ ਇੱਥੇ ਖੜ੍ਹੀ ਹੋਈ ਹੈ। ਅਸੀਂ ਇਸ ਚਾਅ ਨੂੰ ਆਪ ਜੀ ਦੇ ਸਨਮੁਖ ਦਿਖਾਉਂਦੇ ਹੋਏ ਬਹੁਤ ਖੁਸ਼ੀ ਸਾਨੂੰ ਮਹਿਸੂਸ ਹੋ ਰਹੀ ਹੈ। ਦੂਸਰੀ ਗੱਲ ਇਹ ਵੀ ਕਹਾਂਗੇ, ਅਕਾਲ ਚੈਨਲ ਪਹਿਲੀ ਵਾਰ ਇਸ ਸਥਾਨ 'ਤੇ ਪਹੁੰਚਿਆ ਹੈ ਕਿ ਭਗਤ ਜੈਦੇਵ ਜੀ ਦੇ ਪਾਵਨ ਜਨਮ ਸਥਲ 'ਤੇ ਜਿੱਥੇ ਇੱਕ ਸੋਹਣੇ ਗੁਰਦੁਆਰੇ ਦਾ ਨਿਰਮਾਣ ਹੋ ਰਿਹਾ, ਉੱਥੇ ਅੱਜ ਨਿਸ਼ਾਨ ਸਾਹਿਬ ਸਥਾਪਨਾ ਦੀ ਵੀ ਸਾਡੇ ਸਾਹਮਣੇ ਜਿਹੜਾ ਦ੍ਰਿਸ਼ ਹੈ ਉਹ ਅਸੀਂ ਦੇਖ ਰਹੇ ਹਾਂ। ਅਸੀਂ ਇਹ ਪਿਆਰ ਜਿਹੜਾ ਦੇਖੋ, ਇੱਕ ਗੁਰਸਿੱਖ ਚੜ੍ਹ ਕੇ ਨਿਸ਼ਾਨ ਸਾਹਿਬ ਦੀ ਜਿਹੜਾ ਪਵਿੱਤਰ ਜਿਹੜੀ ਦੇਹ ਹੈ ਜਿਸ ਨੂੰ ਉਸ ਤੋਂ ਬਾਅਦ ਨਿਸ਼ਾਨ ਸਾਹਿਬ ਚੜਾਉਣਾ ਹੈ, ਸਫਾਈ ਕਰ ਰਹੇ ਹਨ ਤਾਂ ਕਿ ਸਾਰਿਆਂ ਦੀਆਂ ਸੇਵਾਵਾਂ ਤਿਲ ਫੁੱਲ ਜਿਹੜਾ ਹਨ ਉਹ ਸਾਰਿਆਂ ਦਾ ਸ਼ਾਮਿਲ ਹੋ ਸਕੇ। ਵਾਰੋ ਵਾਰੀ ਚੜ੍ਹ ਕੇ ਸਾਰੇ ਸੇਵਾ ਕਰ ਰਹੇ ਹਨ। ਇਹ ਮੇਰੇ ਖਿਆਲ ਦੇ ਨਾਲ ਸ਼ਿੰਗਾਰ ਇਸ਼ਨਾਨ ਕਰਾ ਰਹੇ ਹਨ। ਬਹੁਤ ਸੋਹਣਾ ਸਾਨੂੰ ਅਪਡੇਟ ਦਿੱਤਾ ਹੈ, ਨਿਸ਼ਾਨ ਸਾਹਿਬ ਜੀ ਦਾ ਇਸ਼ਨਾਨ ਕਰਾਇਆ ਜਾ ਰਿਹਾ ਹੈ। ਹੋਰ ਕੋਈ ਇਸ ਸੰਬੰਧੀ ਜਾਣਕਾਰੀ ਆਪ ਜੀ ਦੇ ਕੋਲ ਹੈ ਜੀ? ਅੱਜ ਦੇ ਇਸ ਦਿਹਾੜੇ 'ਤੇ ਬਹੁਤ ਸੋਹਣੀ ਗੱਲ ਇਹਨਾਂ ਨੇ ਕਹੀ ਹੈ। ਸਤਿਕਾਰਯੋਗ ਸਾਧ ਸੰਗਤ ਜੀ, ਨਿਸ਼ਾਨਦਾਰ ਤਾਂ ਹੁੰਦਾ ਹੈ ਕਿ ਸ਼ਿਨਾਖਤੀ ਚਿੰਨ੍ਹ ਦਾ ਮਤਲਬ ਹੁੰਦਾ ਹੈ ਸਾਂਝਾ, ਸਾਰਿਆਂ ਦਾ ਸਥਾਨ, ਭਲਾਈ ਦਾ ਸਥਾਨ, ਜਿੱਥੇ ਆ ਕੇ ਅਸੀਂ ਆਸਰਾ ਲੈਂਦੇ ਹਾਂ, ਜਿੱਥੇ ਆ ਕੇ ਅਸੀਂ ਲੰਗਰ ਛਕਦੇ ਹਾਂ। ਧੰਨ ਗੁਰੂ ਨਾਨਕ ਸਾਹਿਬ ਜੀ ਦਾ ਉਹ ਨਿਸ਼ਾਨ ਜਿੱਥੇ ਸਰਬੱਤ ਦੇ ਭਲੇ ਦੀ ਗੱਲ ਹੁੰਦੀ ਹੈ, ਸਾਰਿਆਂ ਦੀ ਆਪਸੀ ਸਾਂਝ, ਭਾਈਚਾਰੇ ਦੀ ਗੱਲ ਹੁੰਦੀ ਹੈ, ਇਹ ਉਹ ਨਿਸ਼ਾਨ ਸਾਹਿਬ ਹੈ। ਕਿਸੇ ਇੱਕ ਦੇਸ਼ ਦਾ ਝੰਡਾ ਹੋ ਸਕਦਾ ਉਹਦੀ ਹੱਦ ਵਿੱਚ ਝੂਲੇ, ਬਾਹਰ ਦੀ ਇਜਾਜ਼ਤ ਨਾ ਹੋਵੇ, ਪਰ ਸਿੱਖਾਂ ਦਾ ਜਿਹੜਾ ਨਿਸ਼ਾਨ ਸਾਹਿਬ ਹੈ ਇਸ ਦੀ ਹੱਦਬੰਦੀ ਨਹੀਂ ਹੈ। ਇਹ ਦੁਨੀਆ ਦੇ ਕਿਸੇ ਵੀ ਕੋਨੇ 'ਤੇ ਕਿਸੇ ਵੀ ਸਥਾਨ 'ਤੇ ਜਾ ਕੇ ਇਹ ਲਹਿਰਾ ਸਕਦਾ ਹੈ, ਇਹ ਝੂਲ ਸਕਦਾ ਹੈ, ਫਹਿਰਾ ਸਕਦਾ ਹੈ। ਇਹ ਸਾਨੂੰ ਬਖਸ਼ਿਸ਼ ਸਾਡੇ ਗੁਰੂ ਤੋਂ ਮਿਲੀ ਹੋਈ ਹੈ। ਇਸ ਅਸੀਂ ਪਿੱਛੇ ਦਿਖਾਵਾਂਗੇ, ਪਿੱਛੇ ਸੰਗਤ ਨੂੰ ਇੱਕ ਵਾਰ ਦਿਖਾਇਆ ਜਾਵੇ, ਜਿਹੜੀ ਸੰਗਤ ਹੱਥ ਜੋਦੜੀ ਕਰਕੇ ਇਹ ਸੋਹਣੇ ਜਿਹੜੀਆਂ ਖੁਸ਼ੀਆਂ ਨੂੰ ਮਾਣ ਰਹੀ ਹੈ। ਇੱਕ ਵਾਰ ਇਹ ਸਾਰੀਆਂ ਸੇਵਾਵਾਂ ਨੂੰ ਇਹ ਸੰਗਤਾਂ ਦੇ ਦਰਸ਼ਨ ਕੈਮਰੇ ਦੇ ਰਾਹੀਂ ਅਸੀਂ ਇੱਕ ਵਾਰ ਕਰ ਲਈਏ, ਅਤੇ ਨਿਸ਼ਾਨ ਸਾਹਿਬ ਦੀ ਜਿਹੜੀ ਸਮੁੱਚੀ ਜਿਹੜੀ ਬਣਤਰ ਰਚਨਾ ਹੈ ਉਹ ਵੀ ਮੈਂ ਕੈਮਰੇ ਦੇ ਰਾਹੀਂ ਆਪ ਜੀ ਨੂੰ ਦਰਸ਼ਨ ਕਰਾਵਾਂਗਾ। ਇਸ ਸਿਰੇ ਤੋਂ ਉਸ ਸਿਰੇ ਤੱਕ ਇੱਕ ਵਾਰ ਦੇਖੋ ਕਿਸ ਤਰ੍ਹਾਂ ਨਿਸ਼ਾਨ ਸਾਹਿਬ ਸਜ ਕੇ ਤਿਆਰ ਹੈ। ਨਿਸ਼ਾਨ ਸਾਹਿਬ ਦਾ ਇਸ਼ਨਾਨ ਕੀਤਾ ਜਾ ਰਿਹਾ ਹੈ, ਉਸ ਤੋਂ ਬਾਅਦ ਨਿਸ਼ਾਨ ਸਾਹਿਬ ਦੇ ਬਸਤਰ ਪਾਏ ਜਾਣਗੇ, ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਦੇ ਜੈਕਾਰਿਆਂ ਦੇ ਨਾਲ, ਖਾਲਸਾ ਸਿੱਖ ਪੰਥ ਦੀ ਜੈ ਜੈਕਾਰ ਦੇ ਨਾਲ ਨਿਸ਼ਾਨ ਸਾਹਿਬ ਇੱਥੇ ਸਥਾਪਨਾ ਦੇ ਲਈ ਤਿਆਰ ਹੋ ਜਾ ਰਿਹਾ। ਸਤਿਕਾਰਯੋਗ ਸਾਧ ਸੰਗਤ ਜੀ, ਬਾਬਾ ਸੁੱਖਾ ਸਿੰਘ ਜੀ ਅਤੇ ਉਹਨਾਂ ਦੀ ਸਾਰੀ ਟੀਮ, ਜਥੇਬੰਦੀ, ਪਿਆਰ ਵਾਲੀ ਸੰਗਤ, ਦੂਰੋਂ ਨੇੜਿਓ, ਸਾਨੂੰ ਪਤਾ ਹੈ ਕਈ ਸਥਾਨਕ ਰੂਪ 'ਚ ਆਏ ਹਨ, ਕਈ ਪੰਜਾਬ ਤੋਂ ਵੀ ਆਏ ਹਨ ਇਹਨਾਂ ਸਾਰੀਆਂ ਸੇਵਾਵਾਂ ਦੇ ਵਿੱਚ ਜੁੜਨ ਦੇ ਲਈ। ਅਤੇ ਨਾਲੇ ਇੱਥੇ ਕੋਈ ਵੀ ਮੇਰੇ ਖਿਆਲ ਦੇ ਨਾਲ ਸਿੱਖ ਪਰਿਵਾਰ ਨਹੀਂ ਰਹਿੰਦਾ, ਇਹ ਜਾਣਕਾਰੀਆਂ ਸਾਨੂੰ ਇੱਥੇ ਆ ਕੇ ਪ੍ਰਾਪਤ ਹੋਈ ਹੈ। ਪਰ ਅੱਜ ਤੋਂ ਬਾਅਦ ਮੁੜ ਸਾਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਸਿੱਖਾਂ ਦੀ ਇੱਥੇ ਰੌਣਕ ਜ਼ਰੂਰ ਲੱਗੇਗੀ।
ਇੱਥੇ ਸਿੱਖ ਪਰਿਵਾਰ ਜ਼ਰੂਰ ਵਸਣਗੇ। ਇੱਥੇ ਗੁਰੂ ਸਾਹਿਬਾਂ ਦੀ ਵਿਚਾਰਧਾਰਾ ਜਿਹੜੀ ਹੈ ਪ੍ਰਚਾਰ ਪ੍ਰਸਾਰ ਲਈ ਆਸੇ ਪਾਸੇ ਦੇ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਜ਼ਰੂਰ ਸਾਂਝੀ ਕੀਤੀ ਜਾਵੇਗੀ ਅਤੇ ਜਿਹੜਾ ਬੰਗਾਲੀ ਸਮਾਜ ਹੈ ਉਹ ਇੱਥੇ ਸਿੱਖਾਂ ਦੀਆਂ ਚੱਲ ਰਹੀਆਂ ਸੇਵਾਵਾਂ ਨੂੰ ਜਦੋਂ ਸੁਣੇਗਾ ਉਹ ਮਨ ਦੇ ਵਿੱਚ ਇੱਕ ਖਿਆਲ ਤਾਂ ਜ਼ਰੂਰ ਕਰੇਗਾ ਕਿ ਸਿੱਖ ਭਾਵੇਂ ਕਿਸੇ ਵੀ ਦੁਨੀਆ ਤੋਂ ਆਵੇ, ਭਾਵੇਂ ਪੰਜਾਬ ਦੀ ਧਰਤੀ ਤੋਂ ਆਵੇ, ਭਾਵੇਂ ਬ੍ਰਿਟੇਨ ਦੀ ਧਰਤੀ ਤੋਂ ਆਵੇ, ਭਾਵੇਂ ਅਮਰੀਕਾ ਦੀ ਧਰਤੀ ਤੋਂ ਆਵੇ, ਪਰ ਜਿੱਥੇ ਗੁਰੂ ਦੀ ਗੱਲ ਹੁੰਦੀ ਹੈ ਉੱਥੋਂ ਸਿੱਖ ਸਾਰਾ ਕੁਛ ਸਾਰਾ ਸਟੇਟਸ ਭੁੱਲ ਕੇ ਭਾਵੇਂ ਉਹ ਆਪਣੇ ਕਿਰਦਾਰ ਦੇ ਵਿੱਚ ਬਿਜ਼ਨਸਮੈਨ ਹੋਵੇ, ਟੀਚਰ ਹੋਵੇ, ਵਕੀਲ ਹੋਵੇ, ਰਿਪੋਰਟਰ ਹੋਵੇ, ਕੁਛ ਵੀ ਹੋਵੇ, ਜਿੱਥੇ ਸੇਵਾ ਚੱਲਦੀ ਹੈ ਸਿਰਫ ਗੁਰੂ ਕਾ ਸਿੱਖ ਬਣ ਕੇ ਸੇਵਾ ਵਿੱਚ ਆਪਣੇ ਆਪ ਨੂੰ ਸਮਰਪਿਤ ਕਰ ਦਿੰਦਾ ਹੈ। ਇਹਨਾਂ ਸਾਰੀਆਂ ਸੇਵਾਵਾਂ ਨੂੰ ਅਸੀਂ ਅਕਾਲ ਚੈਨਲ ਦੇ ਰਾਹੀਂ ਆਪ ਜੀ ਨੂੰ ਦਿਖਾ ਰਹੇ ਹਾਂ ਅਤੇ ਇਹ ਜਿਹੜਾ ਵੀ ਆਪ ਜੀ ਇਸ ਵੇਲੇ ਦੇਖ ਰਹੇ ਹੋ ਸਾਰੀਆਂ ਸੇਵਾਵਾਂ ਨੂੰ ਇੱਥੇ ਨੇਪੜੇ ਚਾੜਨ ਦੇ ਲਈ ਪਿਆਰ ਦੇ ਨਾਲ ਵਾਰੋ ਵਾਰੀ ਦੇਖੋ ਕਿਸ ਤਰ੍ਹਾਂ ਇਹ ਭਖਦੀ ਗਰਮੀ ਦੇ ਵਿੱਚ ਵੀ ਆਪਣੇ ਆਪ ਨੂੰ ਸਿੱਖ ਸੇਵਾ ਵਿੱਚ ਸਮਰਪਿਤ ਕਰਕੇ ਠੰਡਾ ਮਹਿਸੂਸ ਕਰ ਰਿਹਾ। ਉਹਨੂੰ ਲੱਗਦਾ ਹੀ ਨਹੀਂ ਹੈ ਕਿ ਸੂਰਜ ਦੀ ਤੇਜ਼ ਤਾਪ ਮੈਨੂੰ ਕਿਧਰੇ ਤੰਗ ਕਰ ਰਹੀ ਹੈ ਜਾਂ ਮੈਨੂੰ ਗਰਮੀ ਲੱਗ ਰਹੀ ਹੈ। ਇਸ ਪਿਆਰ ਦੀ ਠੰਡਕ ਨੂੰ ਮਹਿਸੂਸ ਕਰਦੇ ਹੋਇਆ ਸਾਰਾ ਸਿੱਖ ਭਾਈਚਾਰਾ ਆਪਣੇ ਗੁਰੂ ਕੇ ਨਿਸ਼ਾਨ ਸਾਹਿਬ ਜੀ ਨੂੰ ਸਜਾ ਰਿਹਾ। ਇੱਥੋਂ ਤੱਕ ਦੇ ਆਪ ਜੀ ਨੂੰ ਹੁਣ ਲਾਈਵ ਅਸੀਂ ਦਿਖਾਇਆ ਹੈ। ਥੋੜ੍ਹੀ ਦੇਰ ਬਾਅਦ ਜਿਸ ਵੇਲੇ ਬਸ ਸੋਹਣੇ ਬਸਤਰ ਪੁਸ਼ਾਕ ਪਹਿਨਾਏ ਜਾਣਗੇ ਅਸੀਂ ਇੱਕ ਵਾਰ ਫਿਰ ਲਾਈਵ ਹੋਵਾਂਗੇ ਅਤੇ ਇਹ ਸਾਰਾ ਜਿਹੜਾ ਕੁਛ ਆਪ ਜੀ ਨੇ ਹੁਣੇ ਨਿਸ਼ਾਨ ਸਾਹਿਬ ਸੰਬੰਧੀ ਉਪਰਾਲਾ ਦੇਖਿਆ ਹੈ ਇਸ ਦੀ ਜਿਹੜੀ ਫਾਈਨਲ ਬਣਤਰ ਹੈ ਜਿਸ ਵੇਲੇ ਨਿਸ਼ਾਨ ਸਾਹਿਬ ਸੱਚ ਕੇ ਸਟੈਂਡ ਇੱਥੇ ਸਜੇਗਾ ਉਹ ਵੀ ਆਪ ਜੀ ਨੂੰ ਦਿਖਾਵਾਂਗੇ। ਉਦੋਂ ਤੱਕ ਦੇ ਲਈ ਸਾਡੇ ਨਾਲ ਬਣੇ ਰਹੋ। ਬੰਗਾਲ ਤੋਂ ਕੇਂਦੂਲੀ ਪਿੰਡ ਤੋਂ ਕਿਰਨਜੀਤ ਸਿੰਘ ਆਨੰਦ, ਅਕਾਲ ਚੈਨਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਫਿਰ ਅਸੀਂ ਕੇਂਦੂਲੀ ਪਿੰਡ ਜਿਹੜਾ ਹੈ ਪੱਛਮ ਬੰਗਾਲ ਦੇ ਵਿੱਚ ਭਗਤ ਜੈਦੇਵ ਜੀ ਦਾ ਜਨਮ ਸਥਲ ਹੈ, ਜਨਮ ਸਥਾਨ ਹੈ। ਉਹਨਾਂ ਸਥਾਨਾਂ 'ਤੇ ਸੰਪਰਦਾਇਕ ਕਾਰ ਸੇਵਾ ਸਰਹਾਲੀ ਵਾਲੇ ਮਹਾਂਪੁਰਖਾਂ ਦੀਆਂ ਚੱਲ ਰਹੀਆਂ ਹਨ। ਅਸੀਂ ਦੇਖ ਰਹੇ ਇੱਕ ਸੁੰਦਰ ਗੁਰਦੁਆਰੇ ਦਾ ਨਿਰਮਾਣ ਵੀ ਹੋ ਰਿਹਾ ਹੈ ਅਤੇ ਅੱਜ ਦੇ ਦਿਨ ਨਿਸ਼ਾਨ ਸਾਹਿਬ ਦੀ ਸਥਾਪਨਾ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਜਿਹੜਾ ਲਾਈਵ ਹੋਇਆ ਸੀ ਉਹਦੇ ਅੰਸ਼ ਵਿੱਚ ਅਸੀਂ ਦੱਸਿਆ ਸੀ ਕਿ ਨਿਸ਼ਾਨ ਸਾਹਿਬ ਦੇ ਇਸ ਸੁੰਦਰ ਜਿਹੜਾ ਤਿਆਰ ਹੈ ਜੋ ਸੁੰਦਰ ਸਟਰਕਚਰ ਤਿਆਰ ਹੈ, ਸੁੰਦਰ ਦੇਹ ਤਿਆਰ ਹੈ ਨਿਸ਼ਾਨ ਸਾਹਿਬ ਦੀ, ਅਸੀਂ ਸਨਮਾਨ ਦਿੰਦੇ ਹਾਂ। ਉਸ ਨੂੰ ਕੱਚੀ ਲੱਸੀ ਦੇ ਨਾਲ ਇਸ਼ਨਾਨ ਕਰਾਇਆ ਗਿਆ ਸੀ। ਹੁਣ ਸੁੰਦਰ ਪੁਸ਼ਾਕ ਜਿਹੜੇ ਹਨ, ਚੋਲਾ ਜਿਹੜਾ ਹੈ, ਬਾਬਾ ਸੁੱਖਾ ਸਿੰਘ ਜੀ ਜੋ ਇਸ ਸੰਪਰਦਾਇ ਦੇ ਮੌਜੂਦਾ ਮੁਖੀ ਹਨ ਉਹ ਇਹ ਸੇਵਾ ਨਿਭਾ ਰਹੇ ਹਨ। ਉਹਨਾਂ ਦੇ ਨਾਲ ਸਿੰਘ ਹਨ, ਸੰਗਤਾਂ ਹਨ, ਉਹਨਾਂ ਦੇ ਸੰਗੀ ਸਾਥੀ, ਸਾਰੀ ਟੀਮ ਅਤੇ ਉਹਨਾਂ ਦੇ ਨਾਲ ਬੰਗਾਲੀ ਭਾਈਚਾਰਾ ਵੀ ਕਿਧਰੇ ਆਇਆ ਜਾਪਦਾ ਹੈ ਉਹ ਵੀ ਨਾਲ ਹੈ। ਸਤਨਾਮ ਵਾਹਿਗੁਰੂ ਦੇ ਜਾਪ ਦੇ ਨਾਲ ਲਗਾਤਾਰ ਇਹ ਚੱਲ ਰਹੀ ਸੇਵਾ ਹੈ ਜੋ ਸਵੇਰ ਤੋਂ ਚੱਲ ਰਹੀ ਹੈ। ਹੁਣ ਪੰਥ ਕੇ ਝੂਲ ਅਤੇ ਨਿਸ਼ਾਨ ਜਿਹੜੇ ਹਨ ਉਹ ਸਜਾਏ ਜਾ ਰਹੇ ਹਨ। ਬਹੁਤ ਸੋਹਣਾ ਨੀਲੇ ਰੰਗ ਦੇ ਵਿੱਚ ਨਿਸ਼ਾਨ ਸਾਹਿਬ ਬਣ ਕੇ ਤਿਆਰ ਹੈ। ਉਸਦਾ ਚੋਲਾ ਜੋ ਲੜੀਵਾਰ ਇੱਕ ਇੱਕ ਕੁੰਡਾ ਲੜੀਵਾਰ ਬਣਦੇ ਹੋਏ ਸੋਹਣਾ ਨਿਸ਼ਾਨ ਸਾਹਿਬ ਸਜਾਇਆ ਜਾ ਰਿਹਾ ਹੈ। ਅਸੀਂ ਦਿਖਾਵਾਂਗੇ ਕੈਮਰੇ ਦੇ ਨਾਲ ਬਾਬਾ ਸੁੱਖਾ ਸਿੰਘ ਜੀ ਨੂੰ। ਬਾਬਾ ਸੁੱਖਾ ਸਿੰਘ ਜੀ, ਆਪ ਇਹ ਜਿਹੜੀ ਟੈਂਪਰੇਰੀ ਜਿਹੜੀ ਸਟੇਜ ਬਣੀ ਹੈ ਜਿਹਦੇ ਉੱਤੇ ਬਾਬਾ ਜੀ ਚੜ੍ਹੇ ਹੋਏ ਹਨ ਇਹਦੇ ਉੱਤੇ ਚੜ੍ਹ ਕੇ ਸੇਵਾ ਚਲਾ ਰਹੇ ਹਨ ਅਤੇ ਉੱਪਰ ਖੰਡੇ ਦਾ ਨਿਸ਼ਾਨ ਹੈ, ਪਵਿੱਤਰ ਖੰਡੇ ਦਾ ਨਿਸ਼ਾਨ ਹੈ ਜੋ ਖਾਲਸਾ ਸਿਰਜਣਾ ਦੀ ਨਿਸ਼ਾਨੀ ਹੈ। ਬਗੈਰ ਖੰਡੇ ਤੋਂ ਖਾਲਸਾ ਸਿਰਜਣਾ ਨਹੀਂ ਹੋ ਸਕਦਾ, ਖਾਲਸੇ ਦੀ ਸਾਜਨਾ ਨਹੀਂ ਕੀਤੀ ਜਾ ਸਕਦੀ। ਇਸੇ ਕਰਕੇ ਕਿਧਰੇ ਖੰਡੇ ਦੇ ਨਿਸ਼ਾਨ ਦੇ ਨਾਲ ਨਿਸ਼ਾਨ ਸਾਹਿਬ ਜਿਹੜਾ ਹੈ ਉਹ ਬਣਿਆ ਹੈ ਅਤੇ ਦੇਖ ਰਹੇ ਹਾਂ ਬਹੁਤ ਸੁੰਦਰ ਢੰਗ ਦੇ ਨਾਲ ਇਸਦੀ ਪਵਿੱਤਰਤਾ, ਇਸਦਾ ਸਨਮਾਨ ਦੇਖਦੇ ਹੋਏ ਕਿਧਰੇ ਵੀ ਕੋਈ ਬੇਅਦਬੀ ਨਾ ਹੋਵੇ। ਬਾਬਾ ਸੁੱਖਾ ਸਿੰਘ ਜੀ ਅਤੇ ਉਹਨਾਂ ਦੇ ਜਿਹੜੇ ਨਾਲ ਸਿੱਖ ਸੇਵਾਦਾਰ ਹਨ ਇਹ ਸਜਾ ਰਹੇ ਹਨ ਨਿਸ਼ਾਨ ਸਾਹਿਬ ਦਾ ਚੋਲਾ ਅਤੇ ਨਾਲ ਹੀ ਨਾਲ ਇਹ ਪਿੱਛੇ ਸੰਗਤ ਜਿਹੜੀ ਖੜ੍ਹੀ ਹੈ, ਇੱਕ ਵਾਰ ਮੈਂ ਕਹਾਂਗਾ ਕਿ ਪੂਰੀ ਸੰਗਤ ਨੂੰ ਵੀ ਕੈਮਰੇ ਵਿੱਚ ਦਿਖਾਇਆ ਜਾਵੇ ਜਿਹੜੀ ਸ਼ਰਧਾ ਦੇ ਨਾਲ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਇਹ ਸਾਰਾ ਕੁਛ ਕਰ ਰਹੀ ਹੈ ਅਤੇ ਨਾਲ ਅਸੀਂ ਦਿਖਾਵਾਂਗੇ ਇਹ ਪਿੱਛੇ ਜਿਹੜੀ ਇੱਧਰ ਬੰਗਾਲੀ ਭਾਈਚਾਰਾ ਹੈ
ਇਹ ਵੀ ਪਿੱਛੇ ਬੈਠਾ ਹੋਇਆ ਹੈ। ਇੱਥੋਂ ਦੇ ਸ਼ਾਇਦ ਨਿਵਾਸੀ ਹਨ ਜਿਹੜੇ ਇੱਥੇ ਆ ਕੇ ਇਹ ਸਾਰਾ ਕੁਝ ਦੇਖ ਰਹੇ ਹਨ। ਇਹਨਾਂ ਦੇ ਮਨ 'ਚ ਇੱਕ ਚਾਅ ਹੈ ਕਿ ਸਿੱਖ ਕਿਸ ਤਰ੍ਹਾਂ ਦਾ ਇਹ ਪ੍ਰੋਗਰਾਮ ਕਰ ਰਹੇ ਹਨ, ਆਪਣੇ ਧਰਮ ਦੀ ਸਥਾਪਨਾ ਕਹਿ ਲਓ ਜਾਂ ਆਪਣੇ ਧਰਮ ਦੀ ਸਾਜਨਾ ਕਹਿ ਲਓ ਜਾਂ ਆਪਣੇ ਧਰਮ ਦਾ ਸਨਮਾਨ ਕਹਿ ਲਓ ਜਾਂ ਆਪਣੇ ਧਰਮ ਨੂੰ ਸ਼ੌਂਕ ਦੇ ਨਾਲ ਇਸ ਸਥਾਨ 'ਤੇ ਪ੍ਰਚਾਰ ਦੇ ਲਈ ਨਿਰਮਾਣ ਕਰਨਾ, ਉਹ ਕਹਿ ਲਓ ਇਹ ਸਾਰਾ ਕੁਝ ਚੱਲ ਰਿਹਾ ਹੈ। ਇਹ ਜਿਹੜੀ ਏਕਤਾ ਜੋ ਇੱਥੇ ਦਿਖ ਰਹੀ ਹੈ, ਇਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੁੱਚੇ ਪਰਿਵਾਰ ਦੀ ਏਕਤਾ ਹੈ। ਅਸੀਂ ਪਿਤਾ ਦਸ਼ਮੇਸ਼ ਜੀ ਦੇ ਸਾਰੇ ਪੁੱਤਰ ਧੀ ਭਾਈ ਹੈ, ਸਾਰੇ ਜਿਹੜੇ ਇੱਥੇ ਭਾਈਚਾਰੇ ਦੇ ਰੂਪ 'ਚ ਖੜ੍ਹੇ ਹਾਂ ਅਤੇ ਸਾਰਾ ਪਰਿਵਾਰ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਹੈ। ਇਸ ਸਥਾਨ 'ਤੇ ਗੁਰੂ ਕੇ ਨਿਸ਼ਾਨ ਸਾਹਿਬ ਇੱਥੇ ਸਜਾਏ ਜਾ ਰਹੇ ਹਨ। ਬਾਬਾ ਸੁੱਖਾ ਸਿੰਘ ਜੀ ਅਤੇ ਉਹਨਾਂ ਦੇ ਸਾਥੀਆਂ ਸਮੇਤ ਇਹ ਸਾਰੀਆਂ ਜਿਹੜੀਆਂ ਸੇਵਾਵਾਂ ਹਨ ਇਹ ਸਜਾਈਆਂ ਜਾ ਰਹੀਆਂ ਹਨ। ਇੱਕ ਵਾਰ ਮੈਂ ਕਹਾਂਗਾ ਕਿ ਥੋੜ੍ਹਾ ਜਿਹਾ ਕੈਮਰੇ ਦੇ ਨਾਲ ਜ਼ੂਮ ਕਰਕੇ ਇਹ ਕਲੋਜ਼ ਕਰਕੇ ਨਿਸ਼ਾਨ ਸਾਹਿਬ ਜਿਹੜੇ ਸੁੰਦਰ ਪੁਸ਼ਾਕੇ ਪਾਏ ਜਾ ਰਹੇ ਹਨ, ਚੋਲਾ ਸਜਾਇਆ ਜਾ ਰਿਹਾ ਹੈ, ਉਸ ਨੂੰ ਸੋਹਣਾ ਦਿਖਾਇਆ ਜਾਵੇ ਤਾਂ ਕਿ ਇਸ ਸਾਰੀਆਂ ਗੱਲਾਂ ਨੂੰ ਅਸੀਂ ਆਪ ਇਹਦੇ ਸਨਮੁੱਖ ਰੱਖੀਏ। ਮੇਰੇ ਖਿਆਲ ਦੇ ਨਾਲ ਇੱਥੋਂ ਦੇ ਪੁਜਾਰੀ ਆਏ ਹਨ। ਬਾਬਾ ਜੀ, ਆਪਕਾ ਅਕਾਲ ਚੈਨਲ ਮੇਂ ਬਹੁਤ ਬਹੁਤ ਸਵਾਗਤ ਕੀਆ ਜਾ ਰਿਹਾ ਹੈ। ਆਪ ਇੱਕ ਵਾਰ ਸਿੱਖ ਧਰਮ ਕੀ ਫਤਿਹ ਕੋ ਕਬੂਲ ਕੀਜੀਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ। ਆਪ ਯਹਾਂ ਕੇ ਸਥਾਨੀਏ ਨਿਵਾਸੀ ਹੈ? ਹਾਂ, ਹਮਾਰਾ ਬੜੀ ਜਾਇਦੇਵ ਮੰਦਿਰ। ਆਪਕੋ ਹਿੰਦੀ ਸਮਝਨੇ ਮੇਂ ਕਸ਼ਟ ਹੋ ਰਿਹਾ ਨਾ, ਬੰਗਲਾ ਮੇਂ ਬੋਲੇ? ਇਹ ਬੰਗਲਾ ਜਾਣਦੇ ਹਨ, ਮੈਂ ਇੱਕ ਲਫ਼ਜ਼ ਬੰਗਲਾ ਦਾ ਬੋਲ ਕੇ ਫਿਰ ਪੰਜਾਬੀ ਵੀ ਆਪ ਜੀ ਦੇ ਨਾਲ ਗੁਰਮੁਖੀ ਭਾਸ਼ਾ ਵਿੱਚ ਗੱਲ ਕਰਾਂਗਾ। ਸਭ ਤੋਂ ਪਹਿਲਾਂ ਆਪ ਜੀ ਇੱਧਰ ਆਓ, ਉਹਨਾਂ ਨੂੰ ਜਾ ਲੈਣ ਦੋ, ਸੇਵਾਵਾਂ ਚੱਲ ਰਹੀਆਂ ਹਨ। ਆਪਣੀ ਏਖਾਂ ਨੇ ਥੱਕੇ? ਹਾਂ, ਆਮਾਰ ਬਾੜੀ ਜੈਦੇਵ, ਅਭੀ ਜੈਦੇਵ ਜੈਦੇਵ ਮੰਦਿਰ, ওই ਮੰਦਿਰ ਸੇਵਾਈ ਏਵੰ ਪੁਰੋਹਿਤ ਪੰਡਿਤ ਜੀ। ਆਪਣੀ ওই ਮੰਦਿਰੇ ਪੁਰੋਹਿਤ ਆ ਜੀ? ਭਗਤ ਜੈਦੇਵ ਜੀ ਦਾ ਜਿਹੜਾ ਮੰਦਰ ਹੈ, ਉੱਥੋਂ ਦੇ ਇਹ ਇੱਕ ਰੂਪ ਦੇ ਵਿੱਚ ਪੁਜਾਰੀ ਹਨ। ਇਹਨਾਂ ਕੋਲੋਂ ਬਾਬਾ ਸੁੱਖਾ ਸਿੰਘ ਜੀ ਦੇ ਨਾਲ ਕੀ ਇਹਨਾਂ ਦਾ ਦੋਸਤਾਨਾ ਹੈ, ਕੀ ਪਿਆਰ ਹੈ, ਉਹ ਪੁੱਛਾਂਗੇ। ਆਪਣੀ ਇੱਖਾਂ ਨੇ ਬਾਬਾ ਸੁੱਖਾ ਸਿੰਘ ਜੀ ਜੇ ਇੱਖਾਂ ਨੇ ਸਰਬਰਕਮ ਸੇਵਾ ਆਰੰਭ ਕਰੇਛੇਨ, ওই ਸੇਵਾਰ ਸੰਪਰਕੇ ਕਤ ਖੁਸ਼ੀ ਆਪਣਾਰ ਮਨੇ ਹੋਚੇ? ਆਮੀ ਬਹੁਤ ਖੁਸ਼ੀ, ਆਮੀ ਸਰਕਾਰ ਸਿੰਘ ਸੰਗੇ ਸੇਵਾ ਦਿੱਤੇ ਆਸਛੇ, ਉਹਨਾਂ ਸੰਗੇ ਬਹੁਤ ਖੁਸ਼ੀ ਆਮੀ। ਉਹਨਾਂ ਸੰਗੇ ਇਹ ਸੇਵਾਰ ਜੋਨੇ ਆਮੀ ਬਹੁਤ ਖੁਸ਼ੀ। ਕਹਿ ਰਹੇ ਹਨ ਬਾਬਾ ਸੁੱਖਾ ਸਿੰਘ ਜੀ ਜਿਹੜੀਆਂ ਸੇਵਾਵਾਂ ਕਰ ਰਹੇ ਹਨ, ਉਹ ਤੋਂ ਤਹਿ ਦਿਲੋਂ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਨ। ਇੱਕ ਸਵਾਲ ਹੋਰ ਕਰਾਂਗੇ, ਆਪਣੀ ਬਾਬਾ ਸੁੱਖਾ ਸਿੰਘ ਜੀ ਸਤੇ ਜੇ ਇਹ ਤੋਂ ਖੁਸ਼ੀ, ਬਾਬਾ ਜੀ ਇੱਕ ਵਾਰ ਤੁਸੀਂ ਵੀ ਨੇੜੇ ਆਓ ਕੈਮਰੇ ਦੇ, ਤਾਂ ਕਿ ਦੋਸਤਾਨਾ ਸਿੱਖ ਪੰਥ ਨੂੰ ਦਿਖਾਈਏ ਕਿ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਵੀ ਪੀਰ ਬੁੱਧੂ ਸ਼ਾਹ ਨੇ ਦਿੱਤਾ ਸੀ, ਗੁਰੂ ਅਰਜਨ ਸਾਹਿਬ ਜੀ ਦੇ ਨਾਲ ਸਾਈ ਮੀਆਂ ਮੀਰ ਸਨ, ਧੰਨ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਭਾਈ ਮਰਦਾਨਾ ਜੀ ਸਨ। ਸਿੱਖ ਧਰਮ ਦੀ ਹਮੇਸ਼ਾ ਮਹਾਨਤਾ ਰਹੀ ਹੈ, ਅਵਲ ਲੱਲੇ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਇਹ ਜਿਹੜੀ ਬਾਣੀ ਦਾ ਹੁਕਮ ਹੈ, ਇਹੀ ਹੁਕਮ ਬਾਬਾ ਸੁੱਖਾ ਸਿੰਘ ਜੀ ਨਿਭਾ ਰਹੇ ਹਨ। ਦੇਖੋ, ਇਹ ਭਾਈਚਾਰੇ ਦੇ ਰੂਪ ਦੇ ਵਿੱਚ ਮੰਦਰ ਨੂੰ ਅਤੇ ਗੁਰਦੁਆਰੇ ਦੀ ਇੱਕ ਸਾਂਝ ਬਣਾ ਕੇ ਭਗਤ ਜੈਦੇਵ ਜੀ ਨੂੰ ਸਾਂਝਾ ਸਨਮਾਨ ਦਿੱਤਾ ਜਾ ਰਿਹਾ ਹੈ। ਅਮਰਾ ਅਕਾਲ ਚੈਨਲ ਦੇ ਮਾਧਿਅਮ ਆਪਣਾ ਕੇ ਪ੍ਰਸ਼ਨ ਕੋਚੀ, ਸਿੱਖ ਸੰਪਰਦਾਇ ਇਖਾਨੇ ਇਸਛਿਨ, ਬਾਬਾ ਸੁੱਖਾ ਜੀ ਇਖਾਨੇ ਇਸਛਿਨ, ਆਸ਼ਾਰ ਪਰ ਭਗਤ ਜੈਦੇਵ, ਜਾਕੇ ਬੰਗਾਲੀ ਪਰਿਚਰਚਾਰ ਮਧ੍ਯੇ ਕਵਿ ਜੈਦੇਵ ਬੋਲਾ ਹੋਏ, ਉਹਨਾਂ ਪਵਿੱਤਰ ਰਚਨਾ ਗੀਤ ਗੋਬਿੰਦਮ ਆਛਿਨ, ਜਖਨ ਆਪਣਾਰਾ ਸੁਣਤੇ ਜਾਣਤੇ ਪੇਰੇਛਿਨ ਜੇ ਗੁਰੂ ਨਾਨਕ ਜੀ ਸ਼ਯਨ ਇਖਾਨੇ ਏਸ਼ੇ, তার জয়দেবের বাণী বাণী এখান থেকে উপলব্ধ ছিল, উনি নিয়ে গিয়ে নিজের কাছে রেখেছেন, কিন্তু তারপর গুরু অর্জন সাহেবজি যখন শিখ ধর্মের সম্পাদক হলেন, সম্পাদিত করলেন, তখন এই রচনা গুরু গ্রন্থ সাহেবে সামিল করলেন। এই সব ইতিহাস শোনার পর শিখ ধর্মের প্রতি আপনার মনে যে ব্যাপারটা এসছে, খুশি বলুন বা শুভেচ্ছা বলুন, কি ধরনের সেটা মনে? খুশি এবং বহুত শুভেচ্ছা, আন্তরিক ধন্যবাদ। ਜਦੋਂ ਇਹਨਾਂ ਨੂੰ ਪਤਾ ਚੱਲਿਆ ਇਸ ਇਤਿਹਾਸ ਬਾਰੇ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਇਸ ਸਥਾਨ 'ਤੇ ਪੁੱਜੇ ਸਨ ਅਤੇ ਇੱਥੇ ਪਾਵਨ ਰਚਨਾਵਾਂ ਭਗਤ ਜੈਦੇਵ ਜੀ ਦੀਆਂ ਉਹਨਾਂ ਨੇ ਗ੍ਰਹਿਣ ਕੀਤੀਆਂ, ਫਿਰ ਗੁਰੂ ਅਰਜਨ ਸਾਹਿਬ ਜੀ ਨੇ ਸੰਪਾਦਨਾ ਕਰਕੇ ਹਮੇਸ਼ਾ ਦੇ ਲਈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸੁਸ਼ੋਭਿਤ ਕਰ ਦਿੱਤੀਆਂ, ਇਤਿਹਾਸ ਦਾ ਜਦੋਂ ਇਹਨਾਂ ਨੂੰ ਪਤਾ ਚੱਲਿਆ ਇਹ ਬਹੁਤ ਖੁਸ਼ ਹਨ। ਅਤੇ ਮੈਂ ਇੱਕ ਸਵਾਲ ਹੋਰ ਕਰਾਂਗਾ ਇਹਨਾਂ ਨੂੰ ਕਿ ਬਾਬਾ ਸੁੱਖਾ ਸਿੰਘ ਜੀ ਨੇ ਅਜੇ ਤਾਂ ਨੀਂਹ ਰੱਖੀ ਹੈ, ਅਜੇ ਤਾਂ ਆਰੰਭਤਾ ਕੀਤੀ ਹੈ, ਆਉਣ ਵਾਲੀਆਂ ਪੀੜ੍ਹੀਆਂ ਜਦੋਂ ਇਸ ਸਥਾਨਾਂ 'ਤੇ ਰੌਣਕਾਂ ਵਧਾਉਣਗੀਆਂ, ਉਦੋਂ ਤੱਕ ਦੇ ਲਈ ਇੱਥੋਂ ਦੇ ਸਮਾਜ ਨੂੰ, ਬੰਗਾਲੀ ਸਮਾਜ ਨੂੰ ਇਹ ਆਪਣੀਆਂ ਜ਼ਿੰਮੇਵਾਰੀਆਂ ਕੀ ਦੇਣਗੇ, ਆਪਣੇ ਸੁਨੇਹੇ ਕੀ ਦੇਣਗੇ, ਇਹਨਾਂ ਦੀ ਭਾਸ਼ਾ ਵਿੱਚ ਮੈਂ ਇਹਨਾਂ ਨੂੰ ਪੁੱਛਣ ਲੱਗਿਆ। ਇਹ ਸੇਵਾ ਟੇਖਾਂ ਨੇ ਬਾਬਾ ਸੁੱਖਾ ਸਿੰਘ ਜੀ ਆਰੰਭ ਕਰੇ ਜਾਂਚੇ, ਇਹ ਸਥਾਪਨਾ ਹੋਏ ਜਾਵੇ। ਅੱਛਾ, ਠੀਕ ਹੈ ਜੀ। ਅੱਜਕੇ ਨਿਸ਼ਾਨ ਸਾਹਿਬ ਲੈ ਕੇ ਜਾਵੇ, ਪਰਵਰਤੀ ਕਾਲੇ ਗੁਰਦੁਆਰਾ ਤਿਆਰੀ ਹੋਏ ਜਾਵੇ। ਅੱਛਾ, ਠੀਕ ਹੈ ਜੀ। ਕਿੰਤੂ
যে ইতিহাসটা নতুন করে আসছে, আমিও থাকবো না আপনিও থাকবো না, এই পৃথিবীতে নতুন প্রজন্মের মানুষ আসবেন, সেই ইতিহাস তৈরি করার জন্যে নতুন প্রজন্মের মানুষকে আপনি কি সন্দেশ বার্তা এখান থেকে দেবেন? এখান থেকে জয়দেবের যে সমস্ত বার্তা আছে সেই বার্তা আমি দিয়ে যাব জয়দেব সম্পর্কে। শিখ ধর্মের ব্যাপারে কি বলে যাবেন? শিখ ধর্মে বলে দেবো যেটা যাতে বরাবর থাকে, পাশাপাশি থাকে, পাশাপাশি থাকে, মানে সবসময় থাকে, সবসময় জনের থাকে, তাহলে এটা আমরা খুশি। আপনি সাম্প্রদায়িক প্রীতি একদম তৈরি করে যাবেন? হুম, সমস্ত কিছু একদম তৈরি করে তারপর যাব, ভাইচারা বানিয়ে যাবেন। আর বাবা সুক্ষা সিংজিকে নিজের ভালোবাসা জড়িয়ে কেরম ভাবে দেবেন ক্যামেরার সামনে একটু করে দেখান। এ প্যার দে রে নে মে পুছিয়া সি বাবা সুক্ষা সিংজি নু জপিয়া পাগে কি প্যার ਪੁੱਛਿਆ ਕਿ ਬਾਬਾ ਜਿਹਨੂੰ ਆਪਣਾ ਪਿਆਰ ਜੱਫੀ ਪਾ ਕੇ ਕਿੱਦਾਂ ਦਓਗੇ, ਨਾਲ ਦੀ ਨਾਲ ਇਹਨਾਂ ਨੇ ਜੱਫੀ ਪਾ ਲਈ, ਇਹਦਾ ਮਤਲਬ ਪਿਆਰ ਹੈ? ਤਿਆਰੀ ਨਹੀਂ ਸੀ, ਪਿਆਰ ਹੈ ਦਿਲੋ ਦਿਲੋ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਅਸੀਂ ਬਾਬਾ ਸੁੱਖਾ ਸਿੰਘ ਜੀ ਨੂੰ ਵੀ ਸਾਰੀ ਕੌਮ ਵੱਲੋਂ ਧੰਨਵਾਦ ਦੇਵਾਂਗੇ, ਜਿਨ੍ਹਾਂ ਨੇ ਇਹ ਨੀਂਹ ਪੱਥਰ ਤਾਂ ਸਿੱਖ ਧਰਮ ਦੀ ਰੱਖੀ ਹੀ ਹੈ, ਨਾਲ ਬੰਗਾਲੀਆਂ ਦੇ ਮਨਾਂ ਵਿੱਚ ਵੀ ਇੱਕ ਨੀਂਹ ਪੱਥਰ ਰੱਖ ਕੇ ਜਾ ਰਹੇ ਹਨ ਕਿ ਆਉਣ ਵਾਲੇ ਦਿਨਾਂ ਵਿੱਚ ਜੇ ਸਿੱਖ ਇੱਥੇ ਵਪਾਰ ਕਰਨ ਆਉਂਦਾ, ਰਹਿਣ ਆਉਂਦਾ, ਕਾਰੋਬਾਰ ਕਰਨ ਆਉਂਦਾ, ਪੜ੍ਹਾਈਆਂ ਕਰਨ ਆਉਂਦਾ, ਲੇਕਿਨ ਉਹਨਾਂ ਨੂੰ ਕੋਈ ਤਕਲੀਫ ਨਹੀਂ ਹੋਏਗੀ, ਇਹ ਭਾਈਚਾਰਾ ਬਾਬਾ ਜੀ ਸਾਰਿਆਂ ਦੇ ਵਿੱਚ ਬਣਾ ਕੇ ਜਾ ਰਹੇ ਹਨ। ਇਹ ਗੁਰੂ ਨਾਨਕ ਸਾਹਿਬ ਜੀ ਦੀ ਰੀਤ ਹੈ, ਜਿਨ੍ਹਾਂ ਜਿਨ੍ਹਾਂ ਸਥਾਨਾਂ 'ਤੇ ਗੁਰੂ ਸਾਹਿਬ ਗਏ ਸਨ ਉਹਨਾਂ ਸਥਾਨਾਂ 'ਤੇ ਸੰਤ ਮਹਾਂਪੁਰਸ਼ ਆਏ ਹਨ। ਗੁਰਬਾਣੀ ਕਹਿੰਦੀ ਹੈ, ਸੰਤ ਨਾ ਛੋਡੇ ਸੰਤ ਹੀ ਜੇ ਕੋਟਕ ਮਿਲੇ ਅਸੰਤ, ਸੰਤ ਕਦੇ ਆਪਣੀ ਸੱਤਤਾ ਸੱਚੇ ਮਾਰਗ ਦੇ ਰਸਤੇ ਤੋਂ ਪਿੱਛੇ ਨਹੀਂ ਹਟਦੇ, ਭਾਵੇਂ ਲੱਖ ਸ਼ੈਤਾਨ ਜਾਂ ਉਹਨਾਂ ਨੂੰ ਵਿਰੋਧ ਕਰਨ ਵਾਲੇ ਆ ਜਾਣ, ਆਪਣੀ ਸੇਵਾਵਾਂ ਨਹੀਂ ਛੱਡਦੇ। ਇੱਥੇ ਕੋਈ ਅੱਜ ਪ੍ਰੋਫੈਸਰ ਨਹੀਂ ਆ ਰਿਹਾ, ਇੱਥੇ ਕੋਈ ਇੰਜੀਨੀਅਰ ਨਹੀਂ ਆ ਰਿਹਾ, ਜਿਹੜੇ ਸਿੱਖ ਧਰਮ ਦੇ ਚੁੰਚ ਗਿਆਨੀ ਸਟੇਜਾਂ 'ਤੇ ਪ੍ਰਚਾਰ ਕਰ ਰਹੇ ਹਨ ਉਹ ਨਹੀਂ ਆ ਰਹੇ, ਇਹ ਕੱਚੀ ਮਿੱਟੀ ਨੂੰ ਸੋਹਣਾ ਰੂਪ ਦੇਣ ਲਈ ਸੰਤ ਹੀ ਆ ਰਹੇ ਹਨ, ਅਤੇ ਸੰਤਾਂ ਨੇ ਹੀ ਹਮੇਸ਼ਾ ਸਿੱਖ ਧਰਮ ਦੀਆਂ ਸੇਵਾਵਾਂ ਨਿਭਾਈਆਂ ਹਨ। ਅਸੀਂ ਬਾਬਾ ਸੁੱਖਾ ਸਿੰਘ ਜੀ ਨੂੰ ਅਕਾਲ ਚੈਨਲ ਵੱਲੋਂ ਵੀ ਵਧਾਈਆਂ ਦਿੰਦੇ ਹਾਂ, ਨਾਲ ਹੀ ਪੁੱਛਾਂਗੇ ਬਾਬਾ ਜੀ ਜਿੱਦਾਂ ਇਹਨਾਂ ਨੇ ਤੁਹਾਨੂੰ ਗਲੇ ਲਗਾਇਆ ਹੈ ਉੱਦਾਂ ਤੁਸੀਂ ਬੰਗਾਲੀ ਭਾਈਚਾਰੇ ਲਈ ਕੀ ਦਿਓਗੇ? ਮੈਂ ਇਹਨਾਂ ਨੂੰ ਪਹਿਲਾਂ ਬੰਗਲਾ ਸਮਝਾ ਦੇਵਾਂ, ਆਪਣੀ ਜਿਹਾਵੇ বাঙালি হয়ে শিখ ধর্মের পাঞ্জাবি সমাজকে বার্তা দিলেন। আমি বাবাজিকেও প্রশ্ন করব যে বাবাজি আপনি বাঙালি সমাজকে কি শুভেচ্ছা দিতে চাইছেন, তা বাবাজিও সেই উত্তরটা দেবেন। হুন বাবাজি তুসি দসো, এনা বলো তা ভাইচারা নিভায়া যা রা, আপনি কম বলো এনানু কি সন্দেশ তুসি ভি দওগে, লাইভ চল রে একবার দসো। ওয়াহিগুরু জি কা খালসা, ওয়াহিগুরু জি কি ফতেহ। যো গুরু নানক সাহিব দে সহুল নে যো স্থান তা সিখ কৌম বাস্তে তা কিরত করো নাম জপো বানসে কোস নু আপা আগে জানা হে। ਆਪਾਂ ਇੱਥੇ ਭਾਈਚਾਰਕ ਸਾਂਝ ਕਾਇਮ ਕਰਨੀ, ਜਿਸ ਤਰ੍ਹਾਂ ਭਗਤ ਜੀ ਦੇ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਰਜ ਨੇ ਉਹਨਾਂ ਦਾ ਆਪਾਂ ਉਲਥਾ ਕਰਕੇ ਇੱਥੇ ਇਲਾਕੇ 'ਚ ਪ੍ਰਚਾਰ ਕਰਾਂਗੇ, ਤਾਂ ਕਿ ਉਹਨਾਂ ਨੂੰ ਪਤਾ ਲੱਗੇ ਵੀ ਜਿਸ ਤਰ੍ਹਾਂ ਅਸੀਂ ਭਗਤ ਜੀ ਦੀ ਸੇਵਾ ਕਰਦੇ ਹਾਂ ਜਾਂ ਅਸੀਂ ਉਹਨਾਂ ਨੂੰ ਪੂਜਾ ਕਰਦੇ ਹਾਂ, ਇਸ ਤਰ੍ਹਾਂ ਸਿੱਖ ਕੌਮ ਉਹਨਾਂ ਦੀ ਪੂਜਾ ਕਰਦੀ ਆ, ਆਪਸੀ ਜਿਹੜੀ ਸਾਂਝ ਉਹ ਕਾਇਮ ਰਹੇਗੀ। ਇਸੇ ਤਰ੍ਹਾਂ ਜਦੋਂ ਜਨਵਰੀ 'ਚ ਪ੍ਰੋਗਰਾਮ ਹੁੰਦਾ ਭਗਤ ਜੀ ਦਾ, ਅਸੀਂ ਬਹੁਤ ਵੱਡੇ ਪੱਧਰ 'ਤੇ ਇੱਥੇ ਲੰਗਰ ਲਗਾਵਾਂਗੇ, ਨਾਲੇ ਇਸ ਸਥਾਨ 'ਤੇ ਮੰਦਰ ਦੇ ਨਾਲ ਜਿੱਥੇ ਸਾਰੇ ਸਮਾਜ ਨੂੰ ਅਸੀਂ ਇਹ ਦੱਸਾਂਗੇ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਦੋ ਸ਼ਬਦ ਜਿਹੜੇ ਦਰਜ ਆ ਉਹਨਾਂ ਦਾ ਉਲਥਾ ਕਰਕੇ ਉਸ ਟਾਈਮ 'ਤੇ ਸਾਰਿਆਂ ਨੂੰ ਵੰਡਾਂਗੇ, ਨਾਲੇ ਪੂਰਾ ਗੁਰੂ ਕਾ ਲੰਗਰ ਉੱਥੇ ਚਲਾਵਾਂਗੇ। ਬਹੁਤ ਸੋਨਿਹਾਲ, ਇੱਕ ਮੈਂ ਸਮਾਜ ਵਾਸਤੇ ਇੱਥੇ ਇੱਕ ਡਿਸਪੈਂਸਰੀ ਜਿਹੜੀ ਸਥਾਪਿਤ ਕਰਨੀ ਆ, ਥੋੜ੍ਹੇ ਸਮੇਂ ਤੱਕ ਹੀ ਉਹ ਜਿਹੜੀ ਡਿਸਪੈਂਸਰੀ ਸਥਾਪਿਤ ਇਸ ਜਗ੍ਹਾ 'ਤੇ ਹੋ ਜਾਊਗੀ, ਜਿਹੜੇ ਲੋਕਲ ਲੋਕ ਆ, ਗਰੀਬ ਲੋਕ ਆ, ਉਹਨਾਂ ਨੂੰ ਇੱਥੋਂ ਜਿਹੜਾ ਵਾ ਫਰੀ ਦਵਾ ਦਾ ਜਿਹੜਾ ਹੋ ਸਕੇ, ਖਾਣਾ ਵੀ ਫਰੀ ਤਾਂ ਮਿਲੇਗਾ 24 ਘੰਟੇ ਤੋਂ ਬਾਅਦ, ਲੰਗਰ 24 ਘੰਟੇ ਜਿਹੜਾ ਉੱਥੇ ਸਟਾਰਟ ਆ, ਗਰੀਬ ਦੀ ਮਦਦ ਇਸ ਤਰ੍ਹਾਂ ਤੋਂ ਹਮੇਸ਼ਾ ਹੀ ਹੁੰਦੀ ਰਹੇਗੀ। আমি অনুবাদ করে দিচ্ছি, আমি অনুবাদ কর দেন, আমি অনুবাদ করেছি। বাবাজি বলছে এখানে পরবর্তীকালে এই স্থানে লঙ্গর চলবে, যারা না খেয়ে আছে, যাদের তৃষ্ণা আছে খাবার, ঠিক আছে, তারা এখানে এসে খাবার খেয়ে যাবে এবং সব ফ্রি লঙ্গর হবে। দ্বিতীয় বাবাজি বলেছেন এখানে বিদ্যার স্থান হবে, শিক্ষার স্থান, আমি এখানে স্কুল কলেজ যা আপনাদের সকলের সহযোগের মাধ্যমে বাবাজি পাবেন এখানে নির্মিত করে যাবেন। দ্বিতীয় কথা বলেছেন এখানে একটা ডিসপেন্সারি আমি খুব তাড়াতাড়ি তৈরি করে যাচ্ছি, কারণ যারা সামাজিকভাবে কোনো দিন কোনো রোগ ব্যাধি হলে সুবিধা পান না, যে আমার ওষুধ দরকার ওষুধ পাচ্ছি না, ডাক্তার চাই ডাক্তার পাচ্ছি না, বাবাজি বলছেন সেই সেবাটাও আমরা নির্মাণ করে যাব। পর এক গাল জরুর হ্যাঁ, 15ਵੀਂ ਸਦੀ ਦੇ ਵਿੱਚ ਜਿਹੜੇ ਹਾਲਾਤ ਸਨ ਹਿੰਦੁਸਤਾਨ ਦੇ, ਅੱਜ ਬਦਲੀ ਨਹੀਂ ਹੋਏ, ਜਾਪਦਾਈ ਹੈ। ਇਸ ਧਰਤੀ 'ਤੇ ਗੁਰੂ ਨਾਨਕ ਸਾਹਿਬ ਆਏ ਹਨ ਅਤੇ ਇਹ 500 ਸਾਲਾਂ ਤੋਂ ਬਾਅਦ ਇਹ ਧਰਤੀ ਰੰਗਮਈ ਹੋਣੀ ਚਾਹੀਦੀ ਸੀ, ਪਰ ਅੱਜ ਵੀ ਇਹ ਧਰਤੀ ਦੇ ਵਿੱਚ ਕੋਈ ਵਿਸ਼ੇਸ਼ ਤਰੱਕੀਆਂ ਨਹੀਂ ਹਨ।
ਲੇਕਿਨ ਗੁਰੂ ਸਾਹਿਬ ਜੀ ਦੀ ਇਸ ਪਾਵਨ ਛੋਹ ਧਰਤੀ 'ਤੇ ਸਿੱਖ ਹੀ ਆਇਆ ਹੈ ਵਾਪਸ ਗੁਰੂ ਸਾਹਿਬ ਦੀ ਨਿਸ਼ਾਨਦੇਹੀ 'ਤੇ ਅਤੇ ਬਾਬਾ ਸੁੱਖਾ ਸਿੰਘ ਜੀ ਨੇ ਆ ਕੇ ਜੋ ਇਹ ਉਪਰਾਲਾ ਕੀਤਾ ਹੈ ਮੈਨੂੰ ਲੱਗਦਾ ਹੈ ਇਹ ਉਹਨਾਂ ਦਿਨਾਂ ਵਿੱਚ ਜੋ ਗੁਰੂ ਸਾਹਿਬ ਚਾਹੁੰਦੇ ਸਨ ਬਾਬਾ ਸੁੱਖਾ ਸਿੰਘ ਜੀ ਉਹ ਸਾਰੀਆਂ ਗੱਲਾਂ ਨੂੰ ਪੂਰਾ ਕਰਨ ਦਾ ਬੀੜਾ ਚੁੱਕ ਰਹੇ ਹਨ ਸੰਤ ਦੀ ਇੱਕ ਬਹੁਤ ਵੱਡੀ ਕਾਲ ਕਮਾਈ ਇਹ ਹੁੰਦੀ ਹੈ ਕਿ ਅਸੀਂ ਜਦੋਂ ਕੋਈ ਕੰਮ ਕਰਦੇ ਹਾਂ ਸਭ ਤੋਂ ਪਹਿਲਾਂ ਪੂੰਜੀ ਦੇਖਦੇ ਹਾਂ ਦੌਲਤ ਦੇਖਦੇ ਹਾਂ ਸਾਡੇ ਨਾਲ ਕਿੰਨੇ ਬੰਦੇ ਹੈ ਚੱਲਦੇ ਉਹ ਦੇਖਦੇ ਹਨ ਪਰ ਜਦੋਂ ਬਾਬਾ ਸੁੱਖਾ ਸਿੰਘ ਜੀ ਮੂੰਹੋਂ ਗੱਲ ਕੱਢਦੇ ਹਨ ਇੱਕ ਵਾਰ ਵੀ ਨਹੀਂ ਦੇਖਿਆ ਬਾਬਾ ਜੀ ਦੇ ਗਿੱਜੇ ਵਿੱਚ ਕਿੰਨੇ ਪੈਸੇ ਹਨ ਕਿੰਨੀ ਮਾਇਆ ਹੈ ਕਿੰਨੇ ਨਾਲ ਚੱਲਣ ਵਾਲੇ ਹਨ ਕਿਉਂ ਕਿਉਂਕਿ ਇਹਦਾ ਕਾਰਨ ਹੈ ਸਿਰਫ ਅਤੇ ਸਿਰਫ ਸੰਤਾਂ ਕੋਲ ਅਕਾਲ ਪੁਰਖ ਦਾ ਓਟ ਆਸਰਾ ਹੁੰਦਾ ਹੈ ਉਸ ਓਟ ਆਸਰੇ ਦੇ ਵਿੱਚ ਹਿੰਮਤ ਲੈ ਕੇ ਸਿਰਫ ਉਸ ਦਾ ਸਹਾਰਾ ਬਣ ਕੇ ਸੇਵਾਵਾਂ ਕਰਦੇ ਹਨ ਅੱਗੇ ਸਾਰੀ ਸੰਗਤ ਅਤੇ ਸਾਰਾ ਸੰਸਾਰ ਨਾਲ ਜੁੜਦਾ ਹੈ ਹੁਣ ਇਹ ਦੇਖਿਆ ਸੀ ਕਿਸ ਤਰ੍ਹਾਂ ਇਹ ਪੰਡਿਤ ਜੀ ਬਾਬਾ ਜੀ ਦੇ ਨਾਲ ਜੱਫੀਆਂ ਪਾ ਕੇ ਨਾਲ ਖੜੇ ਸਨ ਜੱਫੀਆਂ ਕੌਣ ਕਿਹਨੂੰ ਪਾਉਂਦਾ ਅੱਜ ਦੇ ਦਿਨਾਂ ਵਿੱਚ ਭਰਾ ਨੂੰ ਨਹੀਂ ਪਾਉਂਦਾ ਪੁੱਤਰ ਪਿਓ ਨੂੰ ਨਹੀਂ ਪਾਉਂਦਾ ਪਰ ਇਹ ਜੱਫੀਆਂ ਉਸ ਵੇਲੇ ਪਾਇਆ ਜਾਂਦਾ ਜਦੋਂ ਕੋਈ ਕਿਸੇ ਦਾ ਦਰਦ ਵੰਡਦਾ ਜਦੋਂ ਦਿਲ ਵਿੱਚ ਪਿਆਰ ਵਸਾਉਂਦਾ ਉਸ ਪਿਆਰ ਵਿੱਚ ਇੱਕ ਭਾਈਚਾਰਾ ਨੇੜੇ ਲੈ ਕੇ ਆਉਂਦਾ ਜ਼ਰੂਰ ਅਕਾਲ ਚੈਨਲ ਅੱਜ ਪਹਿਲੀ ਵਾਰ ਪਹੁੰਚਿਆ ਹੋਵੇਗਾ ਸਾਨੂੰ ਪਰ ਭਰੋਸਾ ਹੈ ਬਾਬਾ ਜੀ ਜਦੋਂ ਵੀ ਇੱਥੇ ਆਉਂਦੇ ਸਨ ਇਹਨਾਂ ਨੂੰ ਵੀ ਉਸ ਤਰ੍ਹਾਂ ਹੀ ਗੱਲ ਲਗਾਉਂਦੇ ਸਨ ਜਿਵੇਂ ਅੱਜ ਇਹਨਾਂ ਨੇ ਜੱਫੀਆਂ ਬਾਬਾ ਜੀ ਨੂੰ ਪਾਈਆਂ ਨੇ ਇਹ ਪਿਆਰ ਦੇ ਬਦਲੇ ਪਿਆਰ ਮਿਲਿਆ ਹੈ ਇਹ ਬਾਬਾ ਜੀ ਨੂੰ ਅੱਜ ਕੀਮਤ ਜਿਹੜੀ ਮਿਲੀ ਹੈ ਬਾਬਾ ਜੀ ਨੂੰ ਨਹੀਂ ਮਿਲੀ ਇਹ ਸਾਰੀ ਕੌਮ ਨੂੰ ਮਿਲੀ ਹੈ ਬਾਬਾ ਜੀ ਦੇ ਮਾਧਿਅਮ ਦੇ ਨਾਲ ਸਾਰੀ ਸਿੱਖ ਕੌਮ ਨੂੰ ਇਹਨਾਂ ਨੇ ਜੱਫੀ ਪਾਈ ਹੈ ਸਤਿ ਸੰਗਤ ਜੀ ਇੰਨਾ ਵੱਡਾ ਇਤਿਹਾਸ ਬਾਬਾ ਸੁੱਖਾ ਸਿੰਘ ਜੀ ਅੱਜ ਇੱਥੇ ਤਿਆਰ ਕਰਕੇ ਜਾ ਰਹੇ ਹਨ ਅਸੀਂ ਇੱਕ ਗੱਲ ਇੱਥੋਂ ਇਹ ਸਿੱਖਣੀ ਹੈ ਕਿ ਜਿੱਥੇ ਵੀ ਸਿੱਖ ਵੱਸਦਾ ਹੋਵੇ ਇਸੇ ਤਰ੍ਹਾਂ ਆਪਣੇ ਭਾਈਚਾਰੇ ਨੂੰ ਗਲੇ ਲਗਾਵੇ ਜੇ ਅਸੀਂ ਇਹਨਾਂ ਨੂੰ ਗਲੇ ਲਗਾਵਾਂਗੇ ਸਾਡੇ ਬੱਚਿਆਂ ਨੂੰ ਸਾਡੇ ਭਰਾਵਾਂ ਨੂੰ ਸਾਡੇ ਪਰਿਵਾਰ ਨੂੰ ਵੀ ਸਨਮਾਨ ਕਰਦਾ ਹੈ ਨਫ਼ਰਤ ਦੀ ਨਜ਼ਰ ਨਾਲ ਨਹੀਂ ਦੇਖਣਾ ਬਾਬਾ ਸੁੱਖਾ ਸਿੰਘ ਜੀ ਨੇ ਅੱਜ ਇਸ਼ਾਰਿਆਂ ਵਿੱਚ ਘੱਟ ਬੋਲ ਕੇ ਬਹੁਤ ਸਾਰੀਆਂ ਗੱਲਾਂ ਇੱਥੇ ਸਾਰਥਕ ਕੀਤੀਆਂ ਹਨ ਅਤੇ ਨਾਲ ਹੀ ਇਹਨਾਂ ਦੇ ਸੇਵਾਦਾਰ ਹਨ ਆਓ ਉਹਨਾਂ ਨਾਲ ਵੀ ਇੱਕ ਵਾਰ ਫਤਿਹ ਦੀ ਸਾਂਝ ਕਰਦੇ ਹਨ ਗੁਰੂ ਘਰ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇੱਕ ਖੁਸ਼ੀ ਦੇ ਵਿੱਚ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਇਲਾਕੇ ਦੇਸ਼ਾਂ ਵਿਦੇਸ਼ਾਂ ਦੀ ਸੰਗਤਾਂ ਦੇ ਸਹਿਯੋਗ ਦੇ ਨਾਲ ਜੋ ਸੰਪਰਦਾਇਕ ਕਾਰ ਸੇਵਾ ਸਰਿਹਾਲੀ ਸਾਹਿਬ ਸੰਤ ਬਾਬਾ ਤਾਰਾ ਸਿੰਘ ਸਾਹਿਬ ਜੀ ਸੰਤ ਬਾਬਾ ਚਰਨ ਸਿੰਘ ਸਾਹਿਬ ਜੀ ਮੌਜੂਦਾ ਮੁਖੀ ਸੰਤ ਬਾਬਾ ਸੁੱਖਾ ਸਿੰਘ ਜੀ ਕਾਰ ਸੇਵਾ ਸਰਿਹਾਲੀ ਸਾਹਿਬ ਤਰਨ ਤਾਰਨ ਤੋਂ ਜੋ ਕਲਕੱਤੇ ਦੀ ਪਵਿੱਤਰ ਧਰਤੀ 'ਤੇ ਕੇਂਦਲੀ ਪਹੁੰਚ ਕੇ ਜੋ ਸੰਗਤਾਂ ਦੇ ਸੰਯੋਗ ਦੇ ਨਾਲ ਬਹੁਤ ਵੱਡਾ ਜਿਹੜਾ ਇਹ ਸਮਾਗਮ ਰੱਖਿਆ ਗਿਆ ਜਿਸ ਦੇ ਨਾਲ ਆਉਣ ਵਾਲੀਆਂ ਸੰਗਤਾਂ ਜੋ ਜਲ ਪਾਣੀ ਛਕਣਾ 24 ਘੰਟੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਚੱਲੇਗਾ ਔਰ ਭਗਤ ਜੈਦੇਵ ਜੀ ਦੀ ਜਿਹਨਾਂ ਦੀ ਬਾਣੀ ਬਹੁਤ ਮਹਾਨ ਕਿਰਪਾ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਜ ਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਮਹਾਂਪੁਰਸ਼ਾਂ ਨੇ ਸ਼ਹਿਦ ਲੈ ਕੇ ਇਹਨਾਂ ਭਗਤ ਜੈਦੇਵ ਜੀ ਦੇ ਨਾਂ 'ਤੇ ਨਿਸ਼ਾਨ ਸਾਹਿਬ ਚਲਾਇਆ ਜਾ ਰਿਹਾ ਔਰ ਸੰਗਤਾਂ ਵਾਸਤੇ ਗਰੀਬਾਂ ਵਾਸਤੇ ਬੇਅੰਤ ਸੰਗਤਾਂ ਵਾਸਤੇ ਲੰਗਰ ਦੇ ਪ੍ਰਬੰਧ ਜਿਹੜੇ 24 ਘੰਟੇ ਵਾਸਤੇ ਚਲਾਏ ਗਏ ਇਹ ਖੁਸ਼ੀ ਨੂੰ ਮੁੱਖ ਰੱਖਦਿਆਂ ਮਹਾਂਪੁਰਸ਼ਾਂ ਨੇ ਜੋ ਅੱਜ ਉਪਰਾਲਾ ਕੀਤਾ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਦੇ ਨਾਲ ਸੇਵਾ ਨਿਭਾ ਰਹੇ ਹਨ ਬਹੁਤ ਦਿਨਾਂ ਤੋਂ ਭਾਈ ਦਵਿੰਦਰ ਸਿੰਘ ਜੀ ਗੁਰਦੁਆਰਾ ਸਿੱਖ ਸੰਗਤ ਡਲਬ ਦੇ ਵਸਨੀਕ ਹਨ ਅਤੇ ਉੱਥੇ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਹਨ ਅਤੇ ਬਹੁਤ ਪਿਆਰ ਦਿੰਦੇ ਹਨ ਪੱਥ ਦੀਆਂ ਸੇਵਾਵਾਂ ਨਿਭਾ ਕੇ ਅਤੇ ਸਾਨੂੰ ਅਕਾਲ ਚੈਨਲ ਵਿੱਚ ਵੀ ਇਹਨਾਂ ਵੱਲੋਂ ਸਮੇਂ ਸਮੇਂ ਪਰ ਜਿਹੜੇ ਵੀ ਪ੍ਰੋਗਰਾਮ ਹੁੰਦੇ ਹਨ ਪਿਆਰ ਦਿੰਦੇ ਰਹਿੰਦੇ ਹਨ ਅਸੀਂ ਜਾਣਨਾ ਚਾਹਾਂਗੇ ਕਿ ਬਾਬਾ ਜੀ ਦੇ ਨਾਲ ਜਿਹੜੀਆਂ ਸੇਵਾਵਾਂ ਦਾ ਅੱਜ ਤੁਸੀਂ ਵਿਸ਼ਾ ਸੁਣਿਆ ਅਤੇ ਇੱਕ ਪੰਡਿਤ ਜੱਫੀਆਂ ਪਾ ਕੇ ਬਾਬਾ ਜੀ ਨੂੰ ਜਦੋਂ ਆਪਣਾ ਪਿਆਰ ਦਿੰਦਾ ਹੈ ਇਹ ਸੁੱਖ ਸੁਨੇਹਾ ਜਾਂ ਖੁਸ਼ੀ ਤੁਸੀਂ ਕਿਸ ਰੂਪ 'ਚ ਮਹਿਸੂਸ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਖੁਸ਼ੀ ਦਾ ਮੰਜ਼ਰ ਹੈ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿਉਂਕਿ ਕਾਰ ਸੇਵਾ ਸੰਪਰਦਾਇ ਸਰਿਹਾਲੀ ਸਾਹਿਬ ਮੌਜੂਦਾ ਮੁਖੀ ਸੰਤ ਬਾਬਾ ਸੁੱਖਾ ਸਿੰਘ ਜੀ ਨੇ ਜਿਵੇਂ ਕਿ ਮੈਂ ਆਪ ਜੀ ਨੂੰ ਦੱਸਿਆ ਸੀ ਕਿ ਜ਼ਮੀਨ ਪਹਿਲਾਂ ਹੀ ਤਿਆਰ ਕੀਤੀ ਹੋਈ ਹੈ ਪਹਿਲਾਂ ਹੀ ਭਗਤ ਜੀ ਦੇ ਮੰਦਿਰ 'ਤੇ ਕਈ ਪ੍ਰੋਗਰਾਮ ਉਲੀਕ ਕੇ ਉੱਥੇ ਕੀਰਤਨ ਦਰਬਾਰ ਕਰਾਏ ਜਾ ਚੁੱਕੇ ਨੇ ਗੁਰੂ ਕੇ ਲੰਗਰ ਉੱਥੇ ਲਾਏ ਜਾ ਚੁੱਕੇ ਨੇ ਬੰਗਾਲੀ ਕਮਿਊਨਿਟੀ ਨੂੰ ਨਾਲ ਜੋੜਿਆ ਜਾ ਚੁੱਕਾ ਸਹੀ ਗੱਲ ਹੈ ਕਿਉਂਕਿ ਆਪ ਜੀ ਨੇ ਹੁਣੇ ਚੈਨਲ 'ਤੇ ਵਿਖਾਇਆ ਕਿ ਬੰਗਾਲੀ ਕਮਿਊਨਿਟੀ ਵੀ ਇੱਥੇ ਪਹੁੰਚੀ ਹੋਈ ਹੈ ਇਹ ਸਦਭਾਵਨਾ ਦਾ ਜੋ ਮਾਹੌਲ ਹੈ ਬਾਬਾ ਜੀ ਨੇ ਤਿਆਰ ਕੀਤਾ ਹੈ ਉਸ ਲਈ ਮੈਂ ਬਾਬਾ ਜੀ ਨੂੰ ਅਤੇ ਸਮੁੱਚੀ ਸੰਪਰਦਾਇ ਨੂੰ ਸ਼ੁਭਕਾਮਨਾਵਾਂ ਦਿੰਦਾ ਕਿਉਂਕਿ ਇਹੋ ਜਿਹੇ ਕਾਰਜ ਜੋ ਹੈ ਉਹ ਸੰਪਰਦਾਇ ਸੰਤ ਮਹਾਂਪੁਰਸ਼ ਹੀ ਕਰ ਸਕਦੇ ਨੇ ਇਹਨਾਂ 'ਤੇ ਅਕਾਲ ਪੁਰਖ ਦੀ ਇੰਨੀ ਕੁ ਕਿਰਪਾ ਹੁੰਦੀ ਹੈ ਕਿ ਅਕਾਲ ਪੁਰਖ ਜੀ ਦੇ ਦੋਸਤ ਬਣ ਕੇ ਇਸ ਸੰਸਾਰ 'ਤੇ ਆਉਂਦੇ ਆ ਅਤੇ ਉਹਨਾਂ ਦਾ ਦੱਸਿਆ ਹੋਇਆ ਕਾਰਜ ਕਰਦੇ ਆ ਇੱਥੇ ਕੋਈ ਵੀ ਸਿੱਖ ਵਸੋਂ ਨਹੀਂ ਹੈ 15 ਕਿਲੋਮੀਟਰ ਤੋਂ ਨੇੜੇ ਇੱਕ ਵੀ ਸਿੱਖਾਂ ਦਾ ਘਰ ਨਾ ਆਉਣ ਦੇ ਬਾਵਜੂਦ ਵੀ ਬਾਬਾ ਜੀ ਨੇ ਭਗਤ ਜੀ ਦਾ ਸਥਾਨ ਇੱਥੇ ਤਿਆਰ ਕਰਵਾਉਣਾ ਕੀਤਾ ਹੈ ਅਤੇ ਕੋਈ ਲਾਭ ਜਹਾਨ ਦਾ ਕੋਈ ਇਹ ਮਾਮਲਾ ਨਹੀਂ ਵਿਚਾਰਿਆ
ਇਹ ਮਾਮਲਾ ਸਿਰਫ ਤੇ ਸਿਰਫ ਸਿੱਖਇਜ਼ਮ ਦਾ ਉਹਨਾਂ ਨੇ ਵਿਚਾਰਿਆ ਹੈ ਕਿ ਸਿੱਖ ਕੌਮ ਨੂੰ ਕਿਵੇਂ ਪ੍ਰਫੁੱਲਤ ਕਰਨਾ ਹੈ, ਕਿਵੇਂ ਸਿੱਖਾਂ ਨੂੰ ਦੂਜੀਆਂ ਕਮਿਊਨਿਟੀਆਂ ਨਾਲ ਜੋੜ ਕੇ ਸੱਭੇ ਸਾਂਝੀ ਵਾਲਸਦਾਇਨ ਕੋ ਇਹਨਾਂ ਦਿੱਸੇ ਬਾਰਾਂ ਜੀਓ ਦਾ ਜੋ ਉਪਦੇਸ਼ ਹੈ ਉਹ ਅੱਜ ਸੰਤ ਬਾਬਾ ਸੁੱਖਾ ਸਿੰਘ ਜੀ ਨੇ ਇਹ ਸਮੁੱਚੇ ਬੰਗਾਲੀ ਭਾਈਚਾਰੇ ਨੂੰ ਦਿੱਤਾ ਹੈ। ਅਤੇ ਅਕਾਲ ਚੈਨਲ ਦਾ ਵੀ ਮੈਂ ਬਹੁਤ ਸ਼ੁਕਰੀਆ ਅਦਾ ਕਰਦਾ ਹੈ ਜਿਹੜੇ ਪਹਿਲੀ ਵਾਰ ਭਗਤ ਜੈਦੇਵ ਜੀ ਦੇ ਸਥਾਨ 'ਤੇ ਜੋ ਚੈਨਲ ਹੈ ਉਹ ਆਇਆ ਹੈ। ਕਿਰਨਜੀਤ ਸਿੰਘ ਜੀ ਆਨੰਦ ਜੋ ਬੰਗਾਲ ਦੇ ਹੈੱਡ ਨੇ ਉਹ ਇੱਥੇ ਪਹੁੰਚੇ ਹੋਏ ਨੇ। ਸਰਦਾਰ ਕਿਰਨਜੀਤ ਸਿੰਘ ਜੀ ਆਨੰਦ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦਾ। ਸਰਦਾਰ ਅਮਰੀਕ ਸਿੰਘ ਜੀ ਕੂਨਰ ਜੋ ਮੇਰੇ ਪਰਮ ਮਿੱਤਰ ਵੀ ਨੇ ਉਹਨਾਂ ਦਾ ਵੀ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦਾ ਕਿ ਉਹਨਾਂ ਨੇ ਆਪਣਾ ਵਾਅਦਾ ਨਿਭਾਉਂਦੇ ਹੋਏ ਬੰਗਾਲ ਦੀ ਧਰਤੀ 'ਤੇ ਉਹਨਾਂ ਕਿਹਾ ਸੀ ਕਿ ਜਿੰਨੇ ਪ੍ਰੋਗਰਾਮ ਹੋਣਗੇ ਅਸੀਂ ਲਾਈਵ ਟੈਲੀਕਾਸਟ ਕਰਾਂਗੇ। ਉਹ ਉਹਨਾਂ ਨੇ ਆਪਣੇ ਵਾਅਦੇ ਨੂੰ ਬਖੂਬੀ ਨਿਭਾਇਆ। ਮੈਂ ਉਹਨਾਂ ਦਾ ਇੱਕ ਵਾਰ ਫਿਰ ਤੋਂ ਅਮਰੀਕ ਸਿੰਘ ਜੀ ਕੂਨਰ, ਗੁਰਪ੍ਰੀਤ ਸਿੰਘ ਜੀ ਦਿੱਲੀ ਜੋ ਮੇਰੇ ਮਿੱਤਰ ਹੈ ਉਹਨਾਂ ਦਾ ਫਿਰ ਤੋਂ ਤਹਿ ਦਿਲ ਤੋਂ ਧੰਨਵਾਦ ਕਰਦਾ ਅਤੇ ਬਾਬਾ ਜੀ ਦਾ ਆਸ਼ੀਰਵਾਦ ਲੈਂਦਾ ਹੋਇਆ ਖਿਮਾ ਦਾ ਜਾ ਚੁੱਕਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ, ਤੁਹਾਨੂੰ ਬੰਗਾਲੀ ਭਾਈਚਾਰੇ ਦੀ ਇੱਕ ਵਿਡੰਬਨਾ ਦੱਸਦਾ, ਬਹੁਤ ਅਸ਼ਚਰਜ ਦੀ ਗੱਲ ਹੈ ਕਿ ਸਾਨੂੰ ਪੰਜਾਬੀਆਂ ਨੂੰ ਉਹ ਸਨਮਾਨ ਕਿਸ ਤਰ੍ਹਾਂ ਦਿੰਦੇ ਹਨ। ਅਸੀਂ ਜਿਹੜਾ ਕੁੜਤੇ ਪਜਾਮੇ 'ਚ ਜਿਹੜਾ ਉੱਪਰਲਾ ਕਮੀਜ਼ ਹੈ ਉਹ ਪਾਉਂਦੇ ਹਾਂ, ਬੰਗਾਲੀਆਂ ਨੇ ਉਹਦਾ ਨਾਂ ਪਤਾ ਕੀ ਰੱਖਿਆ ਹੋਇਆ ਹੈ? ਉਹ ਜਦੋਂ ਆਪਣੀ ਦੁਕਾਨ 'ਤੇ ਜਾਂਦੇ ਹਨ ਉਹਦਾ ਨਾਂ ਕੁੜਤਾ ਨਹੀਂ ਰੱਖਿਆ, ਉਹ ਕਹਿੰਦੇ ਹਨ ਇੱਕ ਪੰਜਾਬੀ ਦੇ ਦਿਓ। ਅੱਛਾ, ਉਹਦਾ ਨਾਂ ਪੰਜਾਬੀ ਹੈ ਅਤੇ ਕਈ ਦੁਕਾਨਾਂ ਦਾ ਨਾਂ ਵੀ ਲਿਖਿਆ ਹੁੰਦਾ ਪੰਜਾਬੀ ਵਸਤਰਾਲਾ ਹੈ। ਇਹਦਾ ਅਰਥ ਇਹ ਨਹੀਂ ਹੈ ਕਿ ਪੰਜਾਬੀ ਸੂਟ ਮਿਲਦੇ ਹਨ, ਉੱਪਰਲਾ ਜਿਹੜਾ ਟੋਪ ਹੈ ਉਸ ਟੋਪ ਦਾ ਨਾਂ ਹੀ ਉਹਨਾਂ ਨੇ ਸਾਡੀ ਕੌਮ ਦੇ ਨਾਂ 'ਤੇ ਸਿੱਖ ਧਰਮ 'ਤੇ ਗਰਵ ਕਰਦੇ ਹੋਏ ਉਹ ਕਹਿੰਦੇ ਹੁੰਦੇ ਆ ਕਿ ਇਹ ਸੋਲਜਰ ਕਮਿਊਨਿਟੀ ਹੈ, ਇਹ ਕਮਿਊਨਿਟੀ ਜਿਹੜੀ ਹੈ ਬਹਾਦਰ ਹੈ, ਵੀਰ ਹੈ, ਉਹਨਾਂ ਨੇ ਉਸਦਾ ਨਾਂ ਹੀ ਪੰਜਾਬੀ ਰੱਖਿਆ। ਜੇ ਘਰ ਵਿੱਚ ਵੀ ਵੱਡਾ ਭਰਾ ਆਪਦੀ ਭੈਣ ਨੂੰ ਕਿਤੇ ਬਾਹਰ ਜਾ ਕੇ ਕੁੜਤਾ ਪਾਉਣ ਦੇ ਲਈ ਕੁੜਤਾ ਮੰਗੇਗਾ ਨਾ, ਉਹ ਕੋਈ ਮੇਰੀ ਪੰਜਾਬੀ ਮੈਨੂੰ ਦੇ ਦੇ ਮੈਂ ਪਾਉਣਾ ਹੈ। ਇਸ ਢੰਗ ਦੇ ਨਾਲ ਇਹ ਵਿਚਿੱਤਰ ਗੱਲ ਤਾਂ ਤੁਹਾਨੂੰ ਦੱਸੀ ਹੈ ਕਿ ਆਸ ਪਾਸ ਦੇ ਇਲਾਕੇ 'ਚ ਤੁਸੀਂ ਤਾਂ ਫਿਰ ਆਉਣਾ ਇਹਨਾਂ ਸੇਵਾਵਾਂ ਨੂੰ ਚਲਾਉਣ ਦੇ ਲਈ। ਉਸ ਭਾਈਚਾਰੇ ਨੂੰ ਤੁਸੀਂ ਦੇਖੋ, ਉਹਨਾਂ ਦੀ ਸੰਸਕ੍ਰਿਤੀ ਨੇ, ਉਹਨਾਂ ਦੇ ਰੋਜ਼ ਦੇ ਵਰਤਾਵੇ ਨੇ ਸਾਨੂੰ ਕਿਸ ਕਦਰ ਆਪਣੇ ਨਾਲ ਰਲਾ ਕੇ ਰੱਖਿਆ ਹੈ। ਇਹ ਇੱਕ ਐਸੀ ਕੌਮ ਹੈ ਜੋ ਸਿੱਖਾਂ ਉੱਤੇ ਬਹੁਤ ਪ੍ਰਾਊਡ ਕਰਦੀ ਹੈ, ਸਿੱਖਾਂ ਦੇ ਇਤਿਹਾਸ 'ਤੇ, ਸਿੱਖਾਂ ਦੀਆਂ ਸ਼ਹਾਦਤਾਂ 'ਤੇ। ਅਤੇ ਹੋਰ ਇੱਕ ਵੱਖਰੀ ਗੱਲ ਤੁਹਾਨੂੰ ਦੱਸਦੀ ਹੈ ਕਿ ਬੰਗਾਲ ਦੇ ਵਿੱਚ ਅੱਜ ਵੀ ਧੀਆਂ ਭੈਣਾਂ ਜਦੋਂ ਰਾਤ ਨੂੰ ਲੇਟ ਘਰ ਆਉਂਦੀਆਂ ਨੇ ਅਤੇ ਮਾਂ ਪਿਓ ਕਹਿੰਦੇ ਹਨ ਸਿੱਖ ਡਰਾਈਵਰ ਹੋਵੇ ਟੈਕਸੀ ਦਾ, ਉਹ ਟੈਕਸੀ ਫੜ ਕੇ ਤੁਸੀਂ ਆਉਣੀ ਹੈ ਘਰੇ, ਇਹ ਸਾਨੂੰ ਵਿਸ਼ੇਸ਼ ਸਨਮਾਨ ਦਿੰਦੇ ਹਨ। ਪਰ ਨਾਲ ਹੀ ਨਾਲ ਅਸੀਂ ਤੁਹਾਡਾ ਵੀ ਬਹੁਤ ਆਦਰ ਸਹਿਤ ਸਨਮਾਨ ਕਰਾਂਗੇ ਕਿ ਤੁਸੀਂ ਇੱਕ ਨਵੀਂ ਨੀਂਹ, ਨਿਸ਼ਾਨ ਸਾਹਿਬ ਤਾਂ ਗੁਰੂ ਕੇ ਹਨ ਉਹ ਝੁੱਲਣਗੇ, ਉਹ ਸਥਾਪਿਤ ਕੀਤੀ ਇੱਕ ਭਾਈਚਾਰੇ ਦੀ ਨੀਂਹ ਰੱਖ ਕੇ ਜਾ ਰਹੇ ਹੋ ਜੋ ਸਮੁੱਚੇ ਬੰਗਾਲ ਦੇ ਵਿੱਚ ਅੱਜ ਦਾ ਜਿਹੜਾ ਹਿੰਦੁਸਤਾਨ ਦਾ ਕੜੱਤਨ ਭਰਿਆ ਸਮਾਂ ਜਾ ਰਿਹਾ ਕਿ ਮੁਸਲਿਮ ਹਿੰਦੂ ਦਾ ਵੈਰੀ ਹੈ, ਹਿੰਦੂ ਮੁਸਲਮਾਨ ਦਾ ਵੈਰੀ ਹੈ, ਇਹ ਸੰਪਰਦਾਇਕਤਾ ਜਿਹੜੀ ਚੱਲ ਰਹੀ ਹੈ ਇਹਦੇ ਵਿਚਕਾਰ ਤੁਸੀਂ ਇੱਕ ਠੰਡਕ ਭਰਿਆ ਭਾਈਚਾਰੇ ਦਾ ਇੱਕ ਨੀਂਹ ਪੱਥਰ ਰੱਖ ਕੇ ਜਾ ਰਹੇ ਹੋ। ਇਸ ਲੜਾਈ ਨੂੰ ਮੇਰੇ ਖਿਆਲ ਨਾਲ ਖਤਮ ਕਰੇਗਾ ਅਤੇ ਇਹ ਪ੍ਰਮਾਣ ਦੇਵੇਗਾ ਕਿ ਸਿੱਖ ਜਿੱਥੇ ਵੀ ਵੱਸਦਾ ਹੈ ਨਾਲ ਆਪਣੇ ਭਾਈਚਾਰੇ ਨੂੰ ਲੈ ਕੇ ਵੱਸਦਾ ਹੈ ਅਤੇ ਕਿਸੇ ਦੇ ਨਾਲ ਫਰਕ ਭੇਦ ਨਹੀਂ ਰੱਖਦਾ। ਇੱਕ ਵਾਰ ਫਿਰ ਬਾਬਾ ਜੀ, ਇਹ ਸਾਰਾ ਜਿਹੜਾ ਪ੍ਰੋਗਰਾਮ ਹੈ ਖੁਸ਼ੀਆਂ ਭਰਾ, ਵਧਾਈ ਭਰਾ ਸੰਦੇਸ਼, ਅਤੇ ਇੱਥੇ ਕੀ ਗੱਲਾਂ ਆਉਣ ਵਾਲੇ ਦਿਨਾਂ ਵਿੱਚ ਨਿਰਮਾਣ ਹਨ, ਤੁਹਾਡੀ ਸੋਚ ਵਿੱਚ ਹਨ, ਜਿਹਦੇ ਕਰਕੇ ਹੋਰ ਸਿੱਖ ਸੰਗਤ ਤੁਹਾਡੇ ਨਾਲ ਇਹਨਾਂ ਸੇਵਾਵਾਂ 'ਚ ਜੁੜੇ? ਅਕਾਲ ਚੈਨਲ 'ਚ ਅਖੀਰਲੀ ਵਾਰ ਤੁਸੀਂ ਆਪਣੀ ਵਾਰਤਾ ਪੇਸ਼ ਕਰੋ ਜੀ। ਮੈਂ ਸਭ ਤੋਂ ਪਹਿਲਾਂ ਤਾਂ ਅਕਾਲ ਚੈਨਲ ਦਾ ਧੰਨਵਾਦ ਕਰਦਾ, ਜਿਹੜੇ ਅਕਾਲ ਚੈਨਲ ਦੇ ਮਾਲਕ ਸਰਦਾਰ ਅਮਰੀਕ ਸਿੰਘ ਜੀ, ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਉਪਰਾਲਾ ਕਰਕੇ ਅਤੇ ਟੀਮ ਨੂੰ ਭੇਜਿਆ, ਸਾਰੀ ਟੀਮ ਦਾ ਧੰਨਵਾਦ ਕਰਦਾ, ਜਿਹੜੀ ਇੱਥੋਂ ਦੀ ਜਿਹੜੀ ਸਾਰੀ ਗੱਲ ਪੂਰੀ ਦੁਨੀਆ 'ਚ ਜਾਏਗੀ। ਬਾਕੀ ਜਿਹੜੀ ਇਲਾਕੇ ਦੀ ਗੱਲ ਹੁੰਦੀ, ਜਦੋਂ ਅਸੀਂ ਇਲਾਕੇ 'ਚ ਵਿਚਰਦੇ ਹਾਂ ਸਮਾਜ ਨਾਲ, ਅਸੀਂ ਦੂਜੇ ਨਾਲ ਪਿਆਰ ਰੱਖਾਂਗੇ, ਉਹ ਵੀ ਸਾਡੇ ਨਾਲ ਪਿਆਰ ਰੱਖਣਗੇ। ਬਿਲਕੁਲ। ਉਸ ਤੋਂ ਪਹਿਲਾਂ ਅਸੀਂ ਜਿਸ ਤਰ੍ਹਾਂ ਉੱਥੇ ਸਮਾਗਮ ਕੀਤੇ ਆ ਮੰਦਰ 'ਤੇ, ਅਸੀਂ ਯਾਤਰਾਵਾਂ ਸੰਗਤਾਂ ਦੀਆਂ ਕਰਵਾਈਆਂ ਬੱਸਾਂ ਰਾਹੀਂ ਕਲਕੱਤੇ ਤੋਂ, ਉਹ ਸਾਰੀਆਂ ਸੱਜੇ ਖੱਬੇ ਸੰਗਤਾਂ ਉੱਥੇ ਆਈਆਂ, ਅਸੀਂ ਉਹ ਦਰਿਆਵਾਂ 'ਤੇ ਵੀ ਗਏ ਹਾਂ, ਜਿਹੜੇ ਪੁਜਾਰੀ ਸਾਹਿਬ ਜਦੋਂ ਅਸੀਂ ਇਹਨਾਂ ਨੂੰ ਬੁਲਾਉਂਦੇ ਹਾਂ ਸਾਡੇ ਨਾਲ ਚੱਲਦੇ ਆ, ਇਸ ਤਰ੍ਹਾਂ ਦਾ ਪਿਆਰ ਜਿਹੜਾ ਸਾਡਾ ਵੱਧਦਾ ਗਿਆ। ਜਦੋਂ ਵੀ ਇਹਨਾਂ ਨੂੰ ਬੁਲਾਇਆ ਸੀ, ਜਿਹਦੇ ਨੇ ਇੱਥੇ ਲੰਗਰ ਦੀ ਨਹੀਂ ਰੱਖੀ, ਉਹਦੇ ਨੇ ਪੁਜਾਰੀ ਸਾਹਿਬ ਨੂੰ ਇੱਥੇ ਬੁਲਾ ਕੇ ਮਹਾਰਾਜ ਗੜੀ ਅਰਦਾਸ ਬੇਨਤੀ ਕਰਕੇ ਲੰਗਰ ਦੀ ਨਹੀਂ ਰੱਖੀ, ਅੱਜ ਵੀ ਇਹਨਾਂ ਨੂੰ ਇੱਥੇ ਬੁਲਾਇਆ ਗਿਆ। ਜੋ ਅਸੀਂ ਇਸ ਤਰ੍ਹਾਂ ਇਹਨਾਂ ਪਰਿਵਾਰਾਂ ਨੂੰ ਘੁਲਾ ਮਿਲਾਂਗੇ ਸਮਾਜ ਦੇ ਨਾਲ, ਤਾਂ ਆਪਣੇ ਆਪ ਆਪਣਾ ਜਿਹੜਾ ਸਮਾਜ ਆ ਇੱਕੋ ਜਿਹੇ ਨਾਲ ਜਿਹੜਾ ਮੇਲ ਜੋਲ ਵਧੇਗਾ, ਵਧੇਗਾ ਨਹੀਂ ਆ ਵਧੇਗਾ। ਜਿਹੜੀਆਂ ਕੜੱਤਨਾਵਾਂ ਕਿਸੇ ਨੇ ਪਾਈਆਂ ਉਹ ਉਹਨਾਂ ਦੇ ਜਿਹੜੇ ਮਨਸੂਬੇ ਸਫਲ ਨਹੀਂ ਹੋਣਗੇ, ਅਸੀਂ ਆਪਸੀ ਪਿਆਰ ਨਾਲ ਅੱਗੇ ਵਧਾਂਗੇ। ਸਮਾਜ ਜਿਹੜੀਆਂ ਚੀਜ਼ਾਂ ਦੀਆਂ ਘਾਟਾਂ ਵਾ, ਜਿਸ ਡਿਸਪੈਂਸਰੀਆਂ ਜਾਂ ਸਕੂਲ ਕਾਲਜ ਹੋਰ ਸਥਾਪਿਤ ਕਰਨੇ ਜਾਂ ਗਰੀਬ ਦੀ ਮਦਦ ਕਰਨੀ, ਜਿਸ ਤਰ੍ਹਾਂ ਅਸੀਂ ਪੰਜਾਬ 'ਚ ਹਰ ਸਾਲ 2 ਜਨਵਰੀ ਅਸੀਂ ਗਰੀਬ ਲੜਕੀਆਂ ਸਮੂਹ ਸ਼ਾਦੀਆਂ ਵੀ ਕਰਦੇ ਹਾਂ, ਵਾਤਾਵਰਨ ਦੀ ਸੁਵਿਧਾ ਵਾਸਤੇ ਅਸੀਂ ਰੁੱਖ ਵੀ ਲਗਾਉਂਦੇ ਹਾਂ, ਬਲੱਡ ਡੋਨੇਸ਼ਨ ਕੈਂਪ ਵੀ ਅਸੀਂ ਲਗਾਉਂਦੇ ਹਾਂ, ਜਾਂ 1000 ਯੂਨਿਟ ਅਸੀਂ ਹਰ ਸਾਲ ਖੂਨ ਜਿਹੜਾ ਡੋਨੇਟ ਕਰਾਉਂਦੇ ਹਾਂ। ਇਸ ਤਰ੍ਹਾਂ ਦੇ ਕੰਮ ਸਮਾਜ ਸੇਵਾ ਦੇ ਅਸੀਂ ਹਮੇਸ਼ਾ ਤਤਪਰ ਰਹਿੰਦੇ ਹਾਂ, ਉਹ
ਲੋਕ ਭਲਾਈ ਦੇ ਕੰਮਾਂ ਦੇ ਵਿੱਚ ਸੰਪਰਦਾਇ ਕਾਰ ਸੇਵਾ ਸਰਾਲੀ ਵਾਲਿਆ ਜੀ ਦੀ ਸਰਵਸ੍ਰੇਸ਼ਟ ਹੈ। ਇਹਨਾਂ ਦਾ ਮਕਸਦ ਹਰ ਜ਼ਰੂਰਤ ਮਨੁੱਖਤਾ ਦੀ ਦੇ ਨਾਲ ਖੜ੍ਹੇ ਹੋਣਾ, ਚਾਹੇ ਉਹ ਦੁੱਖ ਰੋਗ ਦੀ ਗੱਲ ਹੋਵੇ, ਚਾਹੇ ਪੜ੍ਹਾਈ ਦੀ ਗੱਲ ਹੋਵੇ, ਚਾਹੇ ਅਨਾਥ ਬੱਚਿਆਂ ਨੂੰ ਸਿਰ ਦੇ ਕੇ ਸਹਾਰਾ ਦੇਣ ਦੀ ਗੱਲ ਹੋਵੇ, ਚਾਹੇ ਭਗਤਾਂ ਦੀਆਂ ਸਥਾਨਾਂ ਨੂੰ ਜਾ ਕੇ ਰੌਣਕਾਂ ਲਗਾਉਣ ਦੀ ਗੱਲ ਹੋਵੇ, ਚਾਹੇ ਗੁਰੂ ਕੇ ਜਿਹੜੇ ਸਥਾਨ ਗੁਰੂ ਘਰ ਹਨ ਉਹਨੂੰ ਸੋਹਣਾ ਬਣਾਉਣ ਦੀ ਗੱਲ ਹੋਵੇ। ਬਾਬਾ ਸੁੱਖਾ ਸਿੰਘ ਜੀ ਦੀ ਇਹਨਾਂ ਸਾਰੀਆਂ ਜਿਹੜੀਆਂ ਕੋਸ਼ਿਸ਼ਾਂ ਹਨ, ਜਿਹੜੇ ਯਤਨ ਹਨ, ਜਿਹੜੇ ਉਪਰਾਲੇ ਹਨ, ਅਕਾਲ ਚੈਨਲ ਉਹਨਾਂ ਦੇ ਲਈ ਬਹੁਤ ਮਾਣ ਕਰਦਾ ਹੈ। ਨਾਲ ਹੀ ਨਾਲ ਇਹ ਗੱਲ ਸੁਨੇਹੇ ਦੇ ਵਿੱਚ ਸਮੁੱਚੇ ਪੰਥ ਨੂੰ ਵੀ ਦਿੰਦਾ ਹੈ। ਜਿਸ ਤਰ੍ਹਾਂ ਇਹਨਾਂ ਨੇ ਸੇਵਾਵਾਂ ਦਾ ਉੱਦਮ ਸ਼ੁਰੂ ਕੀਤਾ ਹੈ, ਉਸੇ ਤਰ੍ਹਾਂ ਬਾਬਾ ਸੁੱਖਾ ਸਿੰਘ ਜੀ ਦੀਆਂ ਹੀ ਇਹਨਾਂ ਸੇਵਾਵਾਂ ਨੂੰ ਮੁੱਖ ਰੱਖ ਕੇ ਅਸੀਂ ਵੀ ਜੁੜੀਏ ਨਾਲ, ਕਿਧਰੇ ਕੌਮ ਦਾ ਨਾਂ ਅਸੀਂ ਸ਼ੁਰੂ ਕਰੀਏ। ਇੱਕ ਵਾਰ ਬਾਬਾ ਜੀ, ਇਸ ਨਿਸ਼ਾਨ ਸਾਹਿਬ ਦੀ ਬਣਤਰ ਕਿਵੇਂ ਸ਼ੁਰੂ ਹੋਈ, ਕਿਵੇਂ ਤੁਸੀਂ ਕਾਰੀਗਰ ਲਿਆਂਦੇ, ਇੱਕ ਸ਼ੋਰਟ ਡਿਸਕ੍ਰਿਪਸ਼ਨ ਅਕਾਲ ਚੈਨਲ 'ਚ ਦਿਓ ਜੀ, ਤਾਂ ਕਿ ਪਤਾ ਚੱਲੇ ਇੱਥੇ ਤਾਂ ਇੱਕ ਗੱਡੀ ਆਉਣ ਦੇ ਲਈ ਬਹੁਤ ਮੁਸ਼ਕਲ ਹੁੰਦੀ ਹੈ, ਇਹ ਸਾਰੇ ਉਪਰਾਲੇ 'ਤੇ ਵੀ ਥੋੜ੍ਹੀ ਜਿਹੀ ਰੌਸ਼ਨੀ ਪਾਓ ਜੀ। ਪਹਿਲਾਂ ਤਾਂ ਅਸੀਂ ਜਿਹੜੇ ਸੰਪਰਦਾਇ ਨੂੰ ਅੱਜ ਤੱਕ ਨਿਸ਼ਾਨ ਸਾਹਿਬ ਜਿਹੜੇ ਦੂਸਰੇ ਆਪਾਂ ਸਧਾਰਨ ਚੜ੍ਹਾਉਂਦੇ ਉਹੀ ਚਲਾਉਂਦੇ ਰਹੇ ਹਾਂ, ਪਰ ਕੁਝ ਸਿੰਘਾਂ ਕਰਕੇ ਵਿਚਾਰ ਬਣਿਆ ਵੀ ਆਪਾਂ ਚੱਕ ਵਾਲਾ ਨਿਸ਼ਾਨ ਸਾਹਿਬ ਚੜ੍ਹਾਉਣਾ। ਕਾਫੀ ਇਹ ਵਿਚਾਰ ਵੀ ਚੱਲਦੀ ਰਹੀ, ਵਿਚਾਰ ਤੋਂ ਬਾਅਦ ਫਾਈਨਲ ਹੋ ਗਿਆ, ਫਿਰ ਅਸੀਂ ਨਿਸ਼ਾਨ ਸਾਹਿਬ ਦਾ ਜਿਹੜਾ ਅੰਮ੍ਰਿਤਸਰ ਆਰਡਰ ਦੇ ਦਿੱਤਾ, ਉੱਥੋਂ ਫਿਰ ਨਿਸ਼ਾਨ ਸਾਹਿਬ ਜਿਹੜਾ ਇੱਕ ਸਿੰਘ ਨੇ ਸੇਵਾ ਹੀ ਕਰ ਦਿੱਤੀ ਆ, ਫਿਰ ਗੱਡੀ ਦੇ ਉੱਥੇ ਲਿਆਉਣ ਕੇ ਉਹਨਾਂ ਨੇ ਇੱਥੇ ਪਹੁੰਚਾ ਤਾ ਨਿਸ਼ਾਨ ਸਾਹਿਬ, ਅੱਜ ਤੁਹਾਡੇ ਸਾਹਮਣੇ ਨਿਸ਼ਾਨ ਸਾਹਿਬ 'ਚ ਲਿਆ ਜਾ ਰਿਹਾ। ਉਸ ਤੋਂ ਪਹਿਲਾਂ ਇੱਥੇ ਆ ਕੇ ਕੋਈ ਜਗ੍ਹਾ ਮਿਣ ਕੇ ਵੀ ਗਏ ਸੀ ਜਾਂ ਦੇਖ ਕੇ ਗਏ ਸੀ? ਹਾਂਜੀ, ਉਹ ਅਸੀਂ ਪਹਿਲਾਂ ਆਣ ਕੇ, ਮੈਂ ਤਾਂ ਵੈਸੇ ਆਸਾਮ 'ਚ ਸੀ, ਉੱਥੋਂ ਫਿਰ ਸੰਗਤ ਨੂੰ ਮੈਂ ਦੱਸਤਾ ਸੀ ਨਾ ਸਿੰਘਾਂ ਨੂੰ, ਚਾਹਦਰ ਸਾਹਿਬ ਨੂੰ, ਵੀ ਤੁਸੀਂ ਇਸ ਤਰੀਕੇ ਨਾਲ ਇੱਥੇ ਜਗ੍ਹਾ ਹੈਗੀ ਆ, ਉੱਥੇ ਉੱਥੇ ਥੋੜ੍ਹਾ ਸਾਹਿਬ ਬਣਾ ਲਓ, ਅਸੀਂ ਬਾਅਦ 'ਚ ਆਵਾਂਗੇ। ਇਹ ਨਾ ਥੋੜ੍ਹਾ ਸਾਹਿਬ ਬਣਾਇਆ ਸੀ, ਆਣ ਕੇ ਇੱਥੇ ਵਿਜ਼ਿਟ ਕਰਕੇ ਗਏ ਹਾਂ। ਉਸ ਤੋਂ ਬਾਅਦ ਫਿਰ ਮੈਂ ਮੁੰਬਈ ਚਲੇ ਗਿਆ ਸੀ, ਮੁੰਬਈ ਤੋਂ ਫਿਰ ਮੈਂ ਕੱਲ੍ਹ ਹੀ ਆਇਆ ਸੀ ਵਾਪਸ। ਦੇਖੋ ਕਿੰਨਾ ਸੋਹਣਾ ਉਪਰਾਲਾ ਬਾਬਾ ਜੀ ਦੀ ਟੀਮ ਦਾ। ਬਾਬਾ ਜੀ ਬਿਓਤ ਬਣਾ ਕੇ ਆਪਣੀ ਟੀਮ ਨੂੰ ਕੀ ਲੋੜ ਹੈ, ਕੀ ਜ਼ਰੂਰਤ ਹੈ ਸਮਝਾ ਦਿੰਦੇ ਹਨ। ਉਸ ਤੋਂ ਬਾਅਦ ਭਾਵੇਂ ਆਪਣੀ ਹਾਜ਼ਰੀ ਨਾ ਰਹੇ, ਉਹ ਆ ਕੇ ਆਪਣੀ ਜ਼ਿੰਮੇਵਾਰੀਆਂ ਨਿਭਾ ਜਾਂਦੇ ਹਨ। ਇੱਕ ਵਾਰ ਮੈਂ ਕੈਮਰੇ ਨੂੰ ਕਹਾਂਗਾ, ਨਿਸ਼ਾਨ ਸਾਹਿਬ ਦੀ ਆਰੰਭਤਾ ਤੋਂ ਲੈ ਕੇ ਜਿਹੜੀ ਸੇਵਾ ਚੱਲਦੀ ਹੈ ਉਹ ਇੱਕ ਵਾਰ ਦਰਸ਼ਨ ਕਰਾਓ ਜੀ, ਤਾਂ ਕਿ ਦੇਖੀਏ ਇਹ ਸਿੰਘ ਕਿਸ ਤਰ੍ਹਾਂ ਸੇਵਾ ਕਰ ਰਹੇ ਹਨ। ਇਹ ਦੇਖੋ ਇਹ ਸਾਰਾ ਨਿਸ਼ਾਨ ਸਾਹਿਬ ਤੁਸੀਂ ਦੇਖ ਰਹੇ ਹੋ। ਇਹਨਾਂ ਸਾਰੀਆਂ ਨਿਸ਼ਾਨ ਸਾਹਿਬ ਦੀਆਂ ਸੇਵਾਵਾਂ ਦੇ ਵਿੱਚ ਤੁਸੀਂ ਦੇਖੋ ਕਿੰਨਾ ਸੋਹਣਾ ਨਿਸ਼ਾਨ ਸਾਹਿਬ ਅੱਗੇ ਪਿੱਛੇ ਹੋ ਕੇ ਸੱਜ ਰਿਹਾ ਹੈ। ਸੋਹਣੇ ਬਸਤਰ ਚੋਲੇ ਦੇ ਰੂਪ ਦੇ ਵਿੱਚ ਕਿੰਨੇ ਸੋਹਣੇ ਸਜਾਏ ਜਾ ਰਹੇ ਹਨ। ਨਿਸ਼ਾਨ ਸਾਹਿਬ ਤੋਂ ਪਤਾ ਚੱਲਦਾ ਹੈ ਇੱਥੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਆ ਕੇ ਵਸਣ ਜਾ ਰਿਹਾ ਹੋਵੇ। ਇੱਕ ਬਾਬਾ ਜੀ ਤੋਂ ਸਵਾਲ ਹੋਰ ਕਰਾਂਗੇ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਬੰਗਲਾਦੇਸ਼ ਵਿੱਚ ਜਾ ਕੇ ਵੀ ਉੱਥੇ ਆਪਣੇ ਚਮਤਕਾਰ ਭਾਈ ਮਰਦਾਨਾ ਜੀ ਦੇ ਨਾਲ, ਇਹਨਾਂ ਸਾਖੀਆਂ ਨੂੰ ਅਸੀਂ ਨਹੀਂ ਦੁਹਰਾਵਾਂਗੇ, ਉਨਾ ਸਮਾਂ ਨਹੀਂ ਹੈ, ਪਰ ਜਿੱਥੇ ਗੁਰੂ ਸਾਹਿਬ ਜੀ ਆਪ ਗਏ ਹਨ ਉੱਥੇ ਪਿੱਛੇ ਸੰਤ ਮਹਾਂਪੁਰਸ਼ ਜਾ ਕੇ ਉਹਨਾਂ ਸਥਾਨਾਂ ਨੂੰ ਸਜਾਉਂਦੇ ਹਨ। ਬਾਬਾ ਜੀ ਉੱਥੇ ਇੱਕ ਗੁਰਦੁਆਰਾ ਵੀ ਹੈ ਧੰਨ ਗੁਰੂ ਨਾਨਕ ਸਾਹਿਬ ਜੀ ਦੇ, ਮੇਰੇ ਖਿਆਲ ਨਾਲ 2 ਜਾਂ 3 ਗੁਰਦੁਆਰੇ ਹਨ, ਇੱਕ 'ਚ ਸ਼ਾਇਦ ਕੋਈ ਯੂਨੀਵਰਸਿਟੀ ਵੀ ਨਾਲ ਟੱਚ ਕਰਦੀ ਹੈ। ਉਹਨਾਂ ਸੇਵਾਵਾਂ ਦੀ ਸੁਣਿਆ ਹੈ ਕਾਰ ਸੇਵਾ ਆਪ ਜੀ ਦੇ ਅਧੀਨ ਚੱਲ ਰਹੀ ਹੈ, ਉਹਨਾਂ ਸੇਵਾਵਾਂ ਬਾਰੇ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਸਮੁੱਚੇ ਪੰਥ ਨੂੰ, ਕਿਉਂਕਿ ਉਹ ਹਿੰਦੁਸਤਾਨ ਦੀ ਹੱਦਬੰਦੀ ਤੋਂ ਬਾਹਰ ਇੱਕ ਵੱਖਰਾ ਆਜ਼ਾਦ ਮੁਲਕ ਬੰਗਲਾਦੇਸ਼ ਹੈ, ਲੇਕਿਨ ਬੰਗਲਾਦੇਸ਼ ਦੇ ਵਿੱਚ ਇੱਕ ਇਸਲਾਮਿਕ ਕੰਟਰੀ ਹੋਣ ਦੇ ਨਾਤੇ ਕਿ ਤੁਹਾਨੂੰ ਉੱਥੇ ਵੀ ਆਸ ਪਾਸ ਦੇ ਭਾਈਚਾਰੇ ਵੱਲੋਂ ਇੰਨਾ ਪਿਆਰ, ਇੰਨਾ ਸਹਿਯੋਗ ਮਿਲਦਾ, ਜਾਂ ਕਿਸੇ ਤੱਤਾਂ ਦੀ ਸਰਕਾਰੀ ਜਾਂ ਇਸਲਾਮਿਕ ਕਾਨੂੰਨ ਦੀ ਕੋਈ ਉੱਥੇ ਸ਼ਰੀਅਤ ਦੀ ਕਿਸੇ ਪ੍ਰਕਾਰ ਦੀ ਵੀ ਕੋਈ ਤੁਹਾਨੂੰ ਮੁਕਾਬਲਾ ਕਰਨਾ ਪਿਆ ਹੋਵੇ? ਅਸੀਂ ਗੁਰੂ ਸਾਹਿਬ ਦੀ ਬਖਸ਼ਿਸ਼ ਸਦਕਾ 2004 ਦੇ ਵਿੱਚ ਅਸੀਂ ਬੰਗਲਾਦੇਸ਼ ਗਏ ਸੀ। ਜਾਂਦਿਆਂ ਸਮੇਂ ਸਾਨੂੰ ਬਹੁਤ ਮੁਸ਼ਕਲਾਂ ਉੱਥੇ ਆਈਆਂ, ਇਹੋ ਜਿਹੇ ਹਾਲਾਤ ਬਣੇ ਵੀ ਉਹ ਜਿਹੜੇ ਲੋਕ ਸੀ ਉਹ ਮਤਲਬ ਸਿੱਖਾਂ ਦੀ ਪਛਾਣ ਨਹੀਂ ਸੀ ਇਹਨਾਂ ਨੂੰ ਹੈਗੀ। ਮੈਂ ਅੱਗੇ ਵੀ ਪਹਿਲਾਂ ਬੇਨਤੀ ਕਰ ਚੁੱਕਾ ਵਾਂ ਕਿ ਸਾਨੂੰ ਉੱਥੇ ਇੱਕ ਮੁਲਾਜ਼ਮ ਪੁੱਛਦਾ ਵੀ ਤੁਸੀਂ ਕਿਹੜੀ ਕਮਿਊਨਿਟੀ 'ਚ ਹੁੰਦੇ ਜੋ, ਉਦੋਂ ਭਜਨ ਸਿੰਘ ਦਾ ਨਾਮ ਕਾਫੀ ਟੀਵੀਆਂ 'ਚ ਆ ਰਿਹਾ ਸੀ। 2004 ਦੀ ਘਟਨਾ ਜੀ, 2004 ਵਿੱਚ ਸਵਾਲ ਕੀਤਾ ਜਾ ਰਿਹਾ ਤੁਸੀਂ ਕਿਹੜੀ ਕਮਿਊਨਿਟੀ ਦੇ ਹੋ, ਅਰਥਾਤ ਉੱਥੇ ਦੇ ਵਸਨੀਕ ਨੂੰ ਨਹੀਂ ਪਤਾ ਸਿੱਖ ਕੌਣ ਹਨ। ਇਹ ਬਹੁਤ ਸਵਾਲ ਜਿਹੜਾ ਆਪਸ 'ਚ ਸ਼ਰਮਸਾਰ ਕਰ ਦੇਣਾ ਪੈ ਰਿਹਾ ਕਿ ਸਿੱਖ ਨੂੰ ਇੰਨੇ ਸਾਲ ਬਣ ਹੋਣ, 500 ਸਾਲ ਲਗਭਗ ਹੋਣ ਤੋਂ ਬਾਅਦ ਆਪਣਾ ਪਰਿਚੇ ਫਿਰ ਤੋਂ ਦੇਣਾ ਪੈ ਰਿਹਾ ਹੋਵੇ ਕਿ ਮੈਂ ਸਿੱਖ ਹਾਂ। ਹਾਂਜੀ ਬਾਬਾ ਜੀ, ਫਿਰ ਅਸੀਂ ਉਹਨੂੰ ਦੱਸਿਆ, ਉਹਨੇ ਭਜਨ ਸਿੰਘ ਦਾ ਨਾਮ ਫਿਰ ਮੰਨਿਆ, ਠੀਕ ਹੈ ਤੁਹਾਡੀ ਕੌਮ 'ਚ ਕਾਫੀ ਬੰਦਾ ਖਿਡਾਰੀ ਆ। ਇਸ ਤਰ੍ਹਾਂ ਜਦੋਂ ਸਮੇਂ ਅਸੀਂ ਚੱਲਦੇ ਗਏ ਹਾਂ, ਆਸਤੇ ਉੱਥੇ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ। ਹਰ ਸ਼ੁੱਕਰ ਅਸੀਂ ਫਰਾਈਡੇ ਉੱਥੇ ਲੰਗਰ ਕਰਦੇ ਹਾਂ, ਤਕਰੀਬਨ 700-800 ਬੰਗਾਲੀ, ਹਿੰਦੂ ਅਤੇ ਮੁਸਲਮਾਨ ਉੱਥੇ ਇਕੱਠੇ ਹੁੰਦੇ ਆ। ਮੁੜ ਕੇ ਨਾ ਸਾਨੂੰ ਕਿਸੇ ਹਿੰਦੂ ਵੱਲੋਂ ਕੋਈ ਪ੍ਰੋਬਲਮ ਹੈ, ਨਾ ਸਾਨੂੰ ਕਿਸੇ ਮੁਸਲਮਾਨ ਵੱਲੋਂ ਪ੍ਰੋਬਲਮ ਹੈ, ਸਾਨੂੰ ਪੂਰਾ ਉਹਨਾਂ ਦਾ ਸਹਿਯੋਗ ਰਿਹਾ। ਉਸ ਤੋਂ ਬਾਅਦ ਅਸੀਂ ਉੱਥੇ ਇੱਕ ਦਰਬਾਰ ਹਾਲ ਉੱਥੇ ਸਥਾਪਿਤ ਕੀਤਾ, ਇੱਕ ਲੰਗਰ ਹਾਲ ਕੀਤਾ, ਇੱਕ ਸਰਾਂ ਅਸੀਂ ਉੱਥੇ ਸਥਾਪਿਤ ਕੀਤੀ, ਇੱਕ ਅਸੀਂ ਸਿੱਖ ਰਿਸਰਚ ਸੈਂਟਰ ਸਥਾਪਿਤ ਕੀਤਾ, ਜਿਹਦੇ ਵਿੱਚ ਘੱਟੋ ਘੱਟ 90 ਬੱਚੇ ਜਿਹੜੇ ਆ ਯੂਨੀਵਰਸਿਟੀ ਦੇ ਉੱਥੇ ਆਣ ਕੇ ਹਫ਼ਤੇ ਵਿੱਚ 2 ਦਿਨ
ਉੱਥੇ ਜਿਹੜੇ ਕਾਬਜ਼ ਲੋਕ ਸੀ ਉਹਨਾਂ ਨੂੰ ਬੇਨਤੀ ਕਰਕੇ ਦੋ ਤਿੰਨ ਕਮਰੇ ਅਸੀਂ ਉਹਨਾਂ ਤੋਂ ਲੈ ਕੇ ਇੱਕ ਰਸੋਈ ਵਾਸਤੇ ਅਤੇ ਗ੍ਰੰਥੀ ਸਿੰਘ ਦੀ ਰਹਿਸ਼ ਵਾਸਤੇ ਮਹਾਰਾਜ ਦਾ ਪ੍ਰਕਾਸ਼ ਅਸੀਂ ਪਰਮਾਨੈਂਟ ਉੱਥੇ ਕੀਤਾ। ਅਸੀਂ ਜਾ ਕੇ ਕੀਤਾ ਪ੍ਰਕਾਸ਼, ਉੱਥੇ ਨਿਸ਼ਾਨ ਸਾਹਿਬ ਸਥਾਪਿਤ ਨਹੀਂ ਕਿਉਂਕਿ ਅਸੀਂ ਨਿਸ਼ਾਨ ਸਾਹਿਬ ਜਾ ਕੇ ਆਪ ਹੀ ਸਥਾਪਿਤ ਕੀਤਾ। ਉਹ ਗੁਰਦੁਆਰਾ ਸਾਹਿਬ ਨੂੰ ਅਸੀਂ ਕੰਟੀਨਿਊ ਉਹਦੇ ਪ੍ਰਕਾਸ਼ ਮਹਾਰਾਜ ਦਾ ਹੋ ਰਿਹਾ। ਇਸੇ ਤਰ੍ਹਾਂ ਭਾਰਤ ਲਈ ਗੁਰਦੁਆਰਾ ਚਿੱਟਾਗੋਂ ਉਹਦੀ ਨਵਸਾਰੀ ਕਰਾ ਕੇ ਮਹਾਰਾਜ ਕਿਰਪਾ ਨਾਲ ਪ੍ਰਕਾਸ਼ ਜਿਹੜਾ ਕੰਟੀਨਿਊ ਦੋਨੋਂ ਟਾਈਮ ਹੋ ਰਿਹਾ। ਇਸ ਤੋਂ ਪਹਿਲਾਂ ਜਿਹੜਾ ਗੁਰਦਾ ਚੌਂਕ ਬਾਜ਼ਾਰ ਸੀ ਉੱਥੇ ਪ੍ਰਕਾਸ਼ ਤੇ ਮਹਾਰਾਜ ਪਹਿਲਾਂ ਵੀ ਕੰਟੀਨਿਊ ਹੋ ਰਿਹਾ ਸੀ। ਕੁਝ ਲੋਕ ਕਾਫੀ ਸੀ, ਉਹਨਾਂ ਨਾਲ ਸਾਨੂੰ ਕੁਝ ਮੁਸ਼ਕਲਾਂ ਆਈਆਂ ਜੋ ਕਿ ਅੱਜ ਕੱਲ੍ਹ ਵੀ ਚੱਲ ਰਹੀਆਂ, ਬਟ ਇਸ ਟਾਈਮ 'ਤੇ ਸਾਡੀ ਜਿਹੜੀ ਗੌਰਮੈਂਟ ਨਾਲ ਕਾਫੀ ਮਤਲਬ ਲਗਾਓ ਆ। ਪਿੱਛੇ ਜੇ ਉੱਥੇ ਸਰਕਾਰੀ ਸਾਂਝ ਹੋ ਗਈ ਹੈ। ਹਾਂਜੀ ਹਾਂਜੀ, ਇਸ ਤਰ੍ਹਾਂ ਪਿੱਛੇ ਜੇ ਉੱਥੇ ਸਲਾਮੀ ਆਈ ਸੀ, ਅਸੀਂ ਜਾ ਕੇ ਪ੍ਰਧਾਨ ਮੰਤਰੀ ਨੂੰ ਮਿਲੇ। ਪ੍ਰਧਾਨ ਮੰਤਰੀ ਨੇ ਸਾਡਾ ਇੰਨਾ ਸਤਿਕਾਰ ਕੀਤਾ, ਜਿੱਥੇ ਪ੍ਰਧਾਨ ਮੰਤਰੀ ਦੀ ਗੱਡੀ ਰੁਕਦੀ ਉੱਥੇ ਸਾਡੀ ਗੱਡੀ ਨਾਲ ਰਖਾਈ, ਫਿਰ ਉਹਨਾਂ ਪਾਰਕਿੰਗ ਕਰਾਈ, ਫਿਰ ਮੰਗਾਈ, ਇਸ ਤਰ੍ਹਾਂ ਕੱਲਿਆ ਸਾਰੀ ਜਿੰਨੇ ਸਾਡੀ ਟੀਮ ਸੀ ਸਭ ਨੂੰ ਸਤਿਕਾਰ ਦਿੱਤਾ। 5-10 ਮਿੰਟ ਪ੍ਰਧਾਨ ਮੰਤਰੀ ਸਾਡੇ ਨਾਲ ਖਲੋ ਕੇ ਗੱਲਾਂ ਬਾਤਾਂ ਉੱਥੇ ਕਰਦੇ ਰਹੇ ਅਤੇ ਉਹਨਾਂ ਕੋਈ ਮੁਸ਼ਕਲ ਸਾਨੂੰ ਦੱਸੋ। ਮੈਂ ਉੱਥੇ ਘੱਟੋ ਘੱਟ 10 ਲੱਖ ਦਾ ਜਿਹੜਾ ਰਾਸ਼ਨ ਸੀ ਉਹ ਜਿਹੜੇ ਸਲਾਮੀ ਆਏ ਲੋਕ ਗਰੀਬ ਸੀ ਉਹਨਾਂ ਨੂੰ ਜਾ ਕੇ ਟਰੱਕ ਭਰ ਕੇ ਉੱਥੇ ਵੰਡਿਆ ਅਤੇ 5 ਲੱਖ ਦਾ ਚੈੱਕ ਮੈਂ ਪ੍ਰਧਾਨ ਮੰਤਰੀ ਨੂੰ ਦਿੱਤਾ ਰਿਲੀਫ ਫੰਡ ਦੇ ਵਿੱਚ। ਸ੍ਰੀ ਅਕਾਲ। ਕਿਸੇ ਗੈਰ ਮੁਲਕ ਦੇ ਵਿੱਚ ਜਾ ਕੇ ਉਹ ਵੀ ਆਪਣੀ ਕੌਮ ਦੇ ਵਿਪਰੀਤ ਧਰਮ ਦੀ ਹੋਵੇ, ਇਸਲਾਮਿਕ ਧਰਮ ਦੀ, ਜਿੱਥੇ ਕਿ ਸ਼ਰੀਅਤ ਕਾਨੂੰਨ ਵੀ ਲਾਗੂ ਹੈ, ਉਹਨਾਂ ਸਥਾਨਾਂ 'ਤੇ ਸਿੱਖ ਧਰਮ ਦੀਆਂ ਸੇਵਾਵਾਂ ਕਰਨੀਆਂ ਅਤੇ ਜਿਹੜੀ ਬੀੜ ਸਾਹਿਬ ਹੈ ਉਹਦੀ ਟਹਿਲ ਸੇਵਾ ਕਰਨੀ। ਸਾਨੂੰ ਵੀ ਪਤਾ ਸੀ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਜਿਹੜੀ ਇੱਕ ਬਿਰਧ ਬੀੜ ਹੈ ਉਹਦੀ ਕੋਈ ਸੇਵਾ ਨਹੀਂ ਕਰ ਰਿਹਾ ਸੀ, ਉਹਦੀਆਂ ਰਿਪੋਰਟਾਂ ਵੀ ਆਉਂਦੀਆਂ ਸੀ। ਪਰ ਅੱਜ ਬਾਬਾ ਸੁੱਖਾ ਸਿੰਘ ਜੀ ਸੰਪਰਦਾਇ ਕਾਰ ਸੇਵਾ ਵਾਲੇ ਸਰਹਾਲੀ ਵਾਲੇ ਜਦੋਂ ਸੇਵਾ ਨਿਭਾ ਰਹੇ ਹਨ ਤਾਂ ਕੌਮ ਨੂੰ ਕਿਸੇ ਪ੍ਰਕਾਰ ਦੀ ਕੋਈ ਚਿੰਤਾ ਦੀ ਗੱਲ ਨਹੀਂ ਹੈ, ਜ਼ਰੂਰ ਟਹਿਲ ਸੇਵਾ ਉੱਥੇ ਹੁੰਦੀ ਹੋਵੇਗੀ। ਦੂਸਰਾ ਜਿਹੜਾ ਉਪਰਾਲਾ ਉੱਥੇ ਦੀ ਯੂਨੀਵਰਸਿਟੀ ਨੂੰ ਸਿੱਖ ਧਰਮ ਦੀ ਜਾਣਕਾਰੀ ਦੇ ਲਈ ਇਨਫੋਰਮੇਸ਼ਨ ਸੈਂਟਰ ਜਿਹੜਾ ਤਿਆਰ ਕੀਤਾ ਗਿਆ ਹੈ ਇਹਦੇ ਲਈ ਵੀ ਅਸੀਂ ਧੰਨਵਾਦ ਦੇਵਾਂਗੇ। ਹਰ ਗੁਰਦੁਆਰੇ ਦੇ ਨਾਲ ਅੱਜ ਇੱਕ ਇਨਫੋਰਮੇਸ਼ਨ ਸੈਂਟਰ ਜ਼ਰੂਰ ਚਾਹੀਦਾ ਹੈ ਤਾਂ ਕਿ ਲਿਟਰੇਚਰ ਮਿਲੇ, ਸਿੱਖ ਧਰਮ ਦੀ ਜਾਣਕਾਰੀ ਮਿਲੇ, ਕਮਿਊਨੀਕੇਸ਼ਨ ਦੇ ਲਈ ਉੱਥੇ ਸੋਰਸ ਮਿਲੇ ਕਿ ਕਿਸੇ ਵੱਡੀ ਜਾਣਕਾਰੀ ਦੇ ਲਈ ਕਿਸੇ ਨੂੰ ਮਿਲਣਾ ਹੋਵੇ। ਇਹਨਾਂ ਦੀ ਜਿਹੜੀ ਦੂਰਦਰਸ਼ਿਤਾ ਅਤੇ ਅੱਗੇ ਸਿੱਖ ਧਰਮ ਦੀ ਵਧਾਊ, ਸਿੱਖ ਧਰਮ ਦੀ ਜਿਹੜੀ ਤਰੱਕੀ ਦੀ ਸੋਚ ਹੈ ਉਹਦੇ ਉੱਤੇ ਅਕਾਲ ਚੰਨ ਇਹਨਾਂ ਨੂੰ ਤਹਿ ਦਿਲੋਂ ਧੰਨਵਾਦ ਦਿੰਦਾ ਹੈ। ਸਿਰਫ ਤੋਂ ਸਿਰਫ ਗੁਰੂ ਕੇ ਲੰਗਰ ਅਤੇ ਗੁਰੂ ਘਰ ਹੀ ਨਹੀਂ ਬਣਾ ਰਹੇ, ਸਿੱਖਿਆ ਦੇ ਅਦਾਰੇ ਅਤੇ ਗੁਰੂ ਘਰਾਂ ਦੇ ਨਾਲ ਐਡੂਕੇਟਡ ਜਿਹੜੀ ਵੇਅ ਹੈ, ਸਿੱਖਿਆ ਦੇ ਲਈ ਜਿਹੜੇ ਰਸਤੇ ਹਨ ਉਹ ਵੀ ਨਾਲ ਸਥਾਪਿਤ ਕਰਦੇ ਜਾ ਰਹੇ ਹਨ। ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਉਪਰਾਲਾ ਹੈ, ਕਿਉਂਕਿ ਦੂਸਰੀ ਪਾਤਸ਼ਾਹ ਜੀ ਨੇ ਜਦੋਂ ਗੁਰਮੁਖੀ ਅੱਖਰ ਬਣਾਏ ਸੀ ਸਾਨੂੰ ਸੁਚੇਤ ਰਹਿਣਾ ਚਾਹੀਦਾ, ਸਾਨੂੰ ਗੁਰੂ ਸਾਹਿਬਾਂ ਨੇ ਅੱਖਰੀ ਗਿਆਨ ਵੀ ਨਾਲ ਦੇ ਦਿੱਤਾ ਹੈ। ਅੱਖਰੀ ਗਿਆਨ ਗੀਤ ਗੁਣਗਾ ਇਹ ਹੁਕਮ ਵੀ ਸਾਨੂੰ ਹੋਇਆ ਹੈ ਅਤੇ ਇਸੇ ਤਰਜ਼ ਦੇ ਵਿੱਚ ਅਸੀਂ ਅੱਜ ਦਾ ਜਿਹੜਾ ਇਹ ਨਿਸ਼ਾਨ ਸਾਹਿਬ ਦਾ ਜਿਹੜਾ ਸਮਾਰੋਹ ਹੈ, ਸਥਾਪਨਾ ਸਮਾਰੋਹ ਹੈ, ਇਹਦਾ ਲਾਈਵ ਹੁਣ ਤੱਕ ਕੀਤਾ ਹੈ ਅਤੇ ਬਾਬਾ ਜੀ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਥੋੜ੍ਹੀ ਦੇਰ 'ਚ ਜਿਸ ਵੇਲੇ ਨਿਸ਼ਾਨ ਸਾਹਿਬ ਇੱਥੇ ਝੂਲਦਾ ਹੋਇਆ, ਲਹਿਰਾਏਗਾ, ਆਕਾਸ਼ ਨੂੰ ਛੂਏਗਾ, ਉਹ ਵੀ ਅਸੀਂ ਤੁਹਾਨੂੰ ਥੋੜ੍ਹੀ ਦੇਰ 'ਚ ਲਾਈਵ ਕਰਾਂਗੇ। ਉਦੋਂ ਤੱਕ ਦੇ ਲਈ ਅਸੀਂ ਖਿਮਾ ਦੇ ਜਾਚਕ ਹੋਵਾਂਗੇ। ਅਕਾਲ ਚੈਨਲ ਤੋਂ ਕੇਂਦੂਲੀ ਗ੍ਰਾਮ ਪੱਛਮ ਬੰਗਾਲ ਤੋਂ ਕਿਰਨਜੀਤ ਸਿੰਘ ਅਨੰਦ ਅਤੇ ਬਾਬਾ ਸੁੱਖਾ ਸਿੰਘ ਜੀ ਸਰਹਾਲੀ ਵਾਲੇ ਸਮੁੱਚੀ ਸਾਧ ਸੰਗਤ ਪੱਛਮ ਬੰਗਾਲ ਦੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰ ਫਿਰ ਅਕਾਲ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਅਸੀਂ ਖੁਸ਼ੀ ਭਰਿਆ ਉਹ ਮਾਹੌਲ ਦਿਖਾਵਾਂਗੇ। ਹੁਣ ਨਿਸ਼ਾਨ ਸਾਹਿਬ ਜੀ ਨੂੰ ਸਾਰਾ ਚੋਲਾ ਜਿਹੜਾ ਹੈ ਸੋਨਾ ਸੱਜ ਚੁੱਕਿਆ ਹੈ। ਨਿਸ਼ਾਨ ਸਾਹਿਬ ਤਿਆਰ ਹਨ ਆਪਣੇ ਸਥਾਨ 'ਤੇ ਸ਼ੋਭਿਤ ਹੋ ਕੇ ਆਕਾਸ਼ ਨੂੰ ਛੂਹਣ ਦੇ ਲਈ। ਅਤੇ ਬਾਬਾ ਸੁੱਖਾ ਸਿੰਘ ਜੀ ਹੁਣੇ ਇਹ ਚਾਬੀ ਬਾਬਾ ਜੀ ਦੇ ਹੱਥ ਵਿੱਚ ਹੈ, ਕੈਮਰੇ ਦੇ ਨਾਲ ਅਸੀਂ ਦਿਖਾਵਾਂਗੇ, ਇਹਦਾ ਉਦਘਾਟਨ ਕਰਨਗੇ। ਅਤੇ ਬਾਬਾ ਸੁੱਖਾ ਸਿੰਘ ਜੀ ਜੈਕਾਰੇ ਲੱਗ ਚੁੱਕੇ ਹਨ, ਪਰ ਫਿਰ ਵੀ ਮੈਂ ਕਹਾਂਗਾ ਕਿ ਜੈਕਾਰੇ ਸਦਾ ਪੰਥ ਦੀ ਜੀਤ ਦੇ ਲੱਗਦੇ ਰਹਿਣ ਅਤੇ ਇਹ ਜੈਕਾਰਿਆਂ ਦੇ ਨਾਲ ਬਾਬਾ ਜੀ ਚਾਬੀ ਨੂੰ ਮੋੜ ਦੇਣਗੇ। ਇਸ ਮੋੜ ਦੇ ਨਾਲ ਹੀ ਨਿਸ਼ਾਨ ਸਾਹਿਬ ਜਿਹੜਾ ਹੈ ਉਹ ਆਕਾਸ਼ ਨੂੰ ਛੂਹਣਾ ਸ਼ੁਰੂ ਹੋਏਗਾ। ਥੋੜ੍ਹੀ ਥੋੜ੍ਹੀ ਜਗ੍ਹਾ ਸਾਧ ਸੰਗਤ ਜੀ ਖੁੱਲ੍ਹੇ ਹੋ ਕੇ ਦਿਓ ਤਾਂ ਕਿ ਬਾਬਾ ਜੀ ਨੂੰ ਸਥਾਨ ਮਿਲੇ। ਅਤੇ ਇਹ ਸਾਰਾ ਜਿਹੜਾ ਦ੍ਰਿਸ਼ ਹੈ ਇੰਨੀ ਖੁਸ਼ੀਆਂ ਭਰਿਆ ਹੈ ਕਿ ਸੰਗਤ ਉਤਸ਼ਾਹਿਤ ਹੋ ਕੇ ਖੜ੍ਹੀ ਹੈ। ਆਓ ਬਾਬਾ ਸੁੱਖਾ ਸਿੰਘ ਜੀ ਨੂੰ ਅਤੇ ਨਾਲ ਭਗਤ ਜੈਦੇਵ ਜੀ ਦੇ ਮੰਦਰ ਤੋਂ ਵਧੇਰੇ ਪਿਆਰ ਦੇ ਕੇ ਪੰਡਿਤ ਜੀ ਪਹੁੰਚੇ ਹਨ, ਉਹਨਾਂ ਨੂੰ ਇਕੱਠੇ ਦੇ ਇਹ ਪੰਥ ਦੀ ਜੀਤ ਦੇ ਜੈਕਾਰੇ ਹਨ। ਜੈਕਾਰੇ ਤੇ ਜੈਕਾਰੇ ਲੱਗਦੇ ਰਹਿਣ। ਇੰਨੀ ਵੱਡੀ ਖੁਸ਼ੀ, ਇੰਨਾ ਸੋਹਣਾ ਮਾਹੌਲ ਅੱਜ ਦੀ ਇਸ ਘੜੀ ਵਿੱਚ ਦੇਖਣ ਨੂੰ ਮਿਲਦਾ ਹੈ। ਇਸ ਜਗ੍ਹਾ 'ਤੇ ਬਾਬਾ ਸੁੱਖਾ ਸਿੰਘ ਜੀ ਅਤੇ ਪੰਡਿਤ ਜੀ ਭਗਤ ਜੈਦੇਵ ਜੀ ਜਨਮ ਸਥਾਨ ਤੋਂ ਆਏ ਹਨ। ਦੇਖੋ ਉਸ ਜਗ੍ਹਾ 'ਤੇ ਕੈਮਰੇ ਨੂੰ ਉੱਧਰ ਦਿਖਾਉਣ ਨੂੰ ਕਹਾਂਗੇ ਕਿ ਨਿਸ਼ਾਨ ਸਾਹਿਬ ਆਕਾਸ਼ ਨੂੰ ਛੂਹ ਰਿਹਾ ਹੈ, ਹੌਲੀ ਹੌਲੀ ਗਗਨ ਨੂੰ ਚੁੰਬਨ ਦੇ ਲਈ ਆਕਾਸ਼ ਜਾ ਰਿਹਾ ਅਤੇ ਜਿਹੜੀ ਬੇਸ ਹੈ ਇਸ ਸਥਾਨ 'ਤੇ ਆ ਕੇ ਮਿਲੇਗੀ। ਮਾੜਾ ਕਹਿੰਦਾ
ਅਸੀਂ ਕੈਮਰੇ ਨੂੰ ਇੱਕ ਵਾਰ ਕਹਾਂਗੇ ਕਿ ਇੱਧਰਲੇ ਪਾਸੇ ਆ ਕੇ ਇਹ ਸਾਰਾ ਕੁਛ ਦਿਖਾਇਆ ਜਾਵੇ, ਸਾਰੀ ਸੰਗਤ ਨੂੰ ਵੀ ਦਿਖਾਇਆ ਜਾਵੇ। ਨਿਸ਼ਾਨ ਸਾਹਿਬ ਹੌਲੀ ਹੌਲੀ ਉੱਪਰ ਚੜ੍ਹ ਰਿਹਾ ਹੈ। ਇਹ ਸੁੰਦਰ ਨਜ਼ਾਰਾ ਅਕਾਲ ਚੈਨਲ ਦੇ ਰਾਹੀਂ, ਸਿਰਫ ਅਤੇ ਸਿਰਫ ਅਕਾਲ ਚੈਨਲ ਦੇ ਰਾਹੀਂ ਭਗਤ ਜੈਦੇਵ ਜੀ ਦੇ ਪਾਵਨ ਜਨਮ ਸਥਾਨ ਕੇਂਦੂਲੀ ਤੋਂ ਲਾਈਵ ਦਿਖਾਇਆ ਜਾ ਰਿਹਾ ਹੈ। ਇੰਨਾ ਸੋਹਣਾ ਮਨੋਰਮ ਦ੍ਰਿਸ਼ ਹੋਰ ਕਿਧਰੇ ਦੇਖਣ ਨੂੰ ਨਹੀਂ ਮਿਲਦਾ। ਅਸੀਂ ਬਹੁਤ ਬਹੁਤ ਖੁਸ਼ੀਆਂ ਮਾਣ ਰਹੇ ਹਾਂ, ਬਹੁਤ ਭਾਗਾਂ ਵਾਲੇ ਹਾਂ ਕਿ ਇਹ ਨਿਸ਼ਾਨ ਸਾਹਿਬ ਜਿਹੜਾ ਉੱਪਰ ਚੜ੍ਹ ਰਿਹਾ, ਤੁਸੀਂ ਦੇਖੋ ਕਿਸ ਤਰ੍ਹਾਂ ਉੱਪਰ ਸੂਰਜ ਵੀ ਚਮਕ ਰਿਹਾ ਹੈ। ਅਤੇ ਅਕਾਲ ਪੰਥ ਜਿਹੜਾ ਹੈ ਉਹ ਸਾਡੇ ਅਕਾਲ ਪੁਰਖ ਦਾ ਸਾਜਿਆ ਹੈ, ਅਕਾਲ ਪੁਰਖ ਦਾ ਬਣਾਇਆ ਹੈ। ਅਸੀਂ ਦੇਖ ਰਹੇ ਹਾਂ ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ। ਇਹ ਭਾਈਚਾਰਾ ਇਸ ਜਗ੍ਹਾ 'ਤੇ ਸਾਂਝੇ ਹੱਥਾਂ ਦੇ ਨਾਲ ਇਸ ਚਾਬੀ ਨੂੰ ਗੇੜਾ ਦੇ ਕੇ ਨਿਸ਼ਾਨ ਸਾਹਿਬ ਉੱਪਰੋਂ ਦੇਖੋ ਕਿਸ ਤਰ੍ਹਾਂ ਆਪਣੀ ਬੇਸ 'ਤੇ ਬੇਸ ਨਾਲ ਮਿਲੇਗਾ ਅਤੇ ਐਨ ਸਿੱਧਾ ਖੜ੍ਹਾ ਹੋ ਜਾਵੇਗਾ ਆਕਾਸ਼ ਨੂੰ ਛੂਹਣ ਦੇ ਲਈ। ਜੈਕਾਰੇ ਅਤੇ ਜੈਕਾਰੇ ਗੂੰਜ ਰਹੇ ਹਨ। ਅਸੀਂ ਨੇੜੇ ਆਉਣ ਨੂੰ ਕਹਾਂਗੇ, ਕੈਮਰਾ ਇੱਕ ਵਾਰ ਨੇੜੇ ਆਵੇ ਅਤੇ ਨੇੜੇ ਆ ਕੇ ਇਹ ਸਾਰਾ ਜਿਹੜਾ ਭਾਈਚਾਰਾ ਹੈ ਇੱਕ ਵਾਰ ਸਾਰੇ ਭਾਈਚਾਰੇ ਨੂੰ ਦਿਖਾਇਆ ਜਾਵੇ, ਤਾਂ ਕਿ ਸਾਰਾ ਭਾਈਚਾਰਾ ਜਿਸ ਤਰ੍ਹਾਂ ਜੈਕਾਰੇ ਲਗਾ ਰਿਹਾ ਹੈ, ਜਿਸ ਤਰ੍ਹਾਂ ਇੱਕ ਸਾਥ ਪਿੱਛੇ ਅਸੀਂ ਬੀਬੀਆਂ ਨੂੰ ਵੀ ਦਿਖਾਵਾਂਗੇ ਕਿ ਸਾਰੀਆਂ ਬੀਬੀਆਂ ਮਾਤਾਵਾਂ ਭੈਣਾਂ ਵੀ ਪਿੱਛੇ ਇਹ ਖੁਸ਼ੀਆਂ ਨੂੰ ਮਾਣ ਰਹੀਆਂ ਹਨ। ਦੂਰੋਂ ਨੇੜਿਓ ਆ ਕੇ ਬੰਗਾਲ ਦੀ ਇਸ ਧਰਤੀ 'ਤੇ ਭਗਤ ਜੈਦੇਵ ਜੀ ਦੇ ਸਥਾਨ 'ਤੇ ਇਹ ਸੋਹਣਾ ਸਥਾਨ ਜਿਹੜਾ ਨਿਰਮਿਤ ਕੀਤਾ ਜਾ ਰਿਹਾ ਹੈ। ਸਤਿਕਾਰਯੋਗ ਸਾਧ ਸੰਗਤ ਜੀ, ਉਹ ਦੇਖੋ ਉੱਪਰ ਅਸੀਂ ਦਿਖਾਵਾਂਗੇ ਕਿ ਨਿਸ਼ਾਨ ਸਾਹਿਬ ਦੀ ਇਹ ਬੇਸ ਇਹਦੇ ਨਾਲ ਮਿਲਣ ਜਾ ਰਹੀ ਹੈ ਅਤੇ ਇਹ ਬੇਸ ਦੇ ਨਾਲ ਇੱਥੇ ਬਾਬਾ ਸੁੱਖਾ ਸਿੰਘ ਜੀ ਅਤੇ ਉਹਦੇ ਨਾਲ ਜਿਹੜੇ ਇੱਥੋਂ ਦੇ ਭਗਤ ਜੈਦੇਵ ਜੀ ਦੇ ਪੰਡਿਤ ਹਨ, ਉਹ ਮਿਲ ਕੇ ਇਹ ਸਾਰਾ ਨਿਸ਼ਾਨ ਸਾਹਿਬ ਸਿੱਧਾ ਹੋਣ ਜਾ ਰਿਹਾ ਹੈ। ਇਹ ਸਜਾ ਰਹੇ ਹਨ। ਇਹ ਸੋਹਣਾ ਦ੍ਰਿਸ਼ ਅੱਜ ਦੇ ਮੌਕੇ ਦਾ ਹੋਰ ਕਿਧਰੇ ਨੂੰ ਨਹੀਂ ਦੇਖਣ ਨੂੰ ਮਿਲਦਾ। ਧੰਨ ਗੁਰੂ ਨਾਨਕ ਸਾਹਿਬ ਇਸ ਧਰਤੀ 'ਤੇ ਅੱਜ ਤੋਂ 550 ਸਾਲ ਪਹਿਲਾਂ ਪਰਤੇ ਹੋਣਗੇ, ਪਰ ਜਦੋਂ ਵੀ ਪਹੁੰਚੇ ਹੋਣਗੇ ਉਦੋਂ ਵੀ ਇੱਥੇ ਕੋਈ ਸਿੱਖ ਨਹੀਂ ਵੱਸ ਰਿਹਾ ਸੀ, ਅੱਜ ਵੀ ਇੱਥੇ ਕੋਈ ਵੀ ਸਿੱਖ ਨਹੀਂ ਵੱਸ ਰਿਹਾ। ਪਰ ਸਰਹਾਲੀ ਵਾਲੇ ਮਹਾਂਪੁਰਸ਼ ਬਾਬਾ ਤਾਰਾ ਸਿੰਘ ਜੀ, ਬਾਬਾ ਚਰਨ ਸਿੰਘ ਜੀ ਦੀ ਵਰਸਾ ਅਤੇ ਮੌਜੂਦਾ ਮੁਖੀ ਬਾਬਾ ਸੁੱਖਾ ਸਿੰਘ ਜੀ ਇਹਨਾਂ ਸੇਵਾਵਾਂ ਨੂੰ ਨੇਪੜੇ ਚਾਰ ਰਹੇ ਹਨ। ਇੱਥੇ ਬੇਸ ਦੇਖੋ, ਹੁਣ ਬੇਸ ਨਾਲ ਜੁੜਨ ਵਾਲੀ ਹੈ ਅਤੇ ਉਹ ਦੇਖੋ ਉੱਪਰ ਨਿਸ਼ਾਨ ਸਾਹਿਬ, ਨਿਸ਼ਾਨ ਸਾਹਿਬ ਨੂੰ ਇੱਕ ਵਾਰ ਦਿਖਾਇਆ ਜਾਵੇ। ਇਹ ਸੋਹਣਾ ਨਿਸ਼ਾਨ ਸਾਹਿਬ ਤਿਆਰ ਹੈ, ਇੰਨਾ ਸੋਹਣਾ ਨਜ਼ਾਰਾ, ਇੰਨਾ ਸੋਹਣਾ ਦ੍ਰਿਸ਼ਟੀਮਾਨ ਨਿਸ਼ਾਨ ਸਾਹਿਬ ਇੱਥੇ ਸਥਾਪਿਤ ਹੋਇਆ ਹੈ। ਸਾਰੀਆਂ ਸੰਗਤਾਂ ਦਾ ਪਿਆਰ, ਸਾਰੀਆਂ ਸੰਗਤਾਂ ਦਾ ਜੈ ਜੈਕਾਰਾ ਲਗਾ ਕੇ ਪੰਥ ਦੀ ਜੀਤ ਨੂੰ ਇੱਥੇ ਸਥਾਪਿਤ ਕੀਤਾ ਹੈ। ਦੇਖੋ ਇੱਥੇ ਫਾਈਨਲੀ ਇਸ ਬੇਸ ਨੂੰ ਹੁਣ ਕੱਸਿਆ ਜਾ ਰਿਹਾ ਹੈ। ਮੈਂ ਬੇਨਤੀ ਕਰਾਂਗਾ ਇੱਕ ਵਾਰ ਦਿੱਤਾ ਜਾਵੇ। ਇਹ ਦੇਖੋ ਸੇਵਾਦਾਰ ਕਿਸ ਤਰ੍ਹਾਂ ਇੱਥੇ ਸੇਵਾ ਕਰ ਰਹੇ ਹਨ। ਇੱਕ ਇੱਕ ਨਟ ਜਿਹੜਾ ਹੈ ਇੱਕ ਵਾਰ ਜਿਹੜਾ ਆਉਂਦੇ ਹੋ ਦਿਖਾ ਦਿਓ, ਇੱਥੇ ਸੇਵਾ ਕਰ ਰਹੇ ਹਨ। ਇਹਦੇ ਨਾਲ ਕੱਸ ਦਿੱਤਾ ਜਾਵੇਗਾ, ਨਿਸ਼ਾਨ ਸਾਹਿਬ ਸਥਾਪਿਤ ਹੋ ਗਿਆ। ਇੱਕ ਵਾਰ ਨਿਸ਼ਾਨ ਸਾਹਿਬ ਨੂੰ ਦਿਖਾਇਆ ਜਾਵੇ। ਇੱਕ ਵਾਰ ਉੱਪਰ ਕਰੋ ਜੀ ਨਿਸ਼ਾਨ ਸਾਹਿਬ ਨੂੰ। ਉੱਪਰ ਅਸੀਂ ਦੇਖ ਰਹੇ ਹਾਂ ਸੋਹਣਾ ਨਿਸ਼ਾਨ ਜਿਹੜਾ ਇਹ ਸੱਜ ਕੇ ਤਿਆਰ ਹੈ। ਭਗਤ ਜੈਦੇਵ ਜੀ ਦੇ ਜਨਮ ਸਥਾਨ ਕੇਂਦੂਲੀ ਤੋਂ ਅਕਾਲ ਚੈਨਲ ਪਹੁੰਚ ਕੇ ਇਹ ਪਿਆਰ ਭਰਿਆ ਸੋਹਣਾ ਇਹ ਨਜ਼ਾਰਾ, ਇਹ ਗੁਰੂ ਘਰ ਦੀ ਪ੍ਰੀਤ, ਆਪਣੇ ਭਾਈਚਾਰੇ ਦੀ ਪ੍ਰੀਤ, ਆਪਣੇ ਸਾਰੇ ਪਰਿਵਾਰ ਦੀ ਪ੍ਰੀਤ, ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਪਰਿਵਾਰ ਇੱਥੇ ਆਇਆ ਹੋਇਆ ਹੈ ਅਤੇ ਨਾਲ ਹੀ ਬੰਗਾਲੀ ਭਰਾ ਜਿਹੜੇ ਆਸ ਪਾਸ ਵੱਸਦੇ ਹਨ ਉਹ ਵੀ ਆਏ ਹੋਏ ਹਨ। ਇਹ ਸੋਹਣਾ ਭਾਈਚਾਰਾ ਹੋਰ ਕਿਧਰੇ ਦੇਖਣ ਨੂੰ ਨਹੀਂ ਮਿਲਦਾ। ਇਸ ਸਥਾਨ 'ਤੇ ਅੱਜ ਜੋ ਇਤਿਹਾਸ ਸਿਰਜਿਆ ਗਿਆ ਹੈ, ਆਉਣ ਵਾਲੀ ਪੀੜ੍ਹੀ ਇਸ ਨੂੰ ਯਾਦ ਕਰੇਗੀ ਕਿ ਅਕਾਲ ਚੈਨਲ ਨੇ ਪਹਿਲੀ ਵਾਰ ਪਹੁੰਚ ਕੇ ਇਤਿਹਾਸ ਦੇ ਇਹਨਾਂ ਛਣਾਂ ਨੂੰ, ਇਤਿਹਾਸ ਦੇ ਇਹਨਾਂ ਪਲਾਂ ਨੂੰ, ਇਹ ਸੋਹਣੇ ਦ੍ਰਿਸ਼ ਨੂੰ ਪਹੁੰਚ ਕੇ ਕਵਰ ਕੀਤਾ ਹੈ ਅਤੇ ਸਮੁੱਚੀ ਗੁਰੂ ਨਾਨਕ ਨਾਮ ਲੇਵਾ ਸਾਧ ਸੰਗਤ ਨੂੰ ਇਹ ਸਾਰਾ ਜਿਹੜਾ ਵੀ ਸੋਹਣਾ ਦ੍ਰਿਸ਼ ਹੈ ਦਿਖਾਉਣ ਦਾ ਇੱਕ ਯਤਨ ਕੀਤਾ ਹੈ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਬੋਲ